रेडियो चन परदेसी दे मान मत्थे स्रोतों स्वागत करदे आं तुहाडा रेडियो चन परदेसी दी पंजाबी सत विच। मैं हां तुहाडा दोस्त होस्ट सरवण सिंह टवाणा अमेरिका दी विंडी ते ठंडी सिटी शिकागो तों। इन्नी ठंडी नहीं जी, बहुत सोहना वीकेंड है। ये पहली वारी है मैनू तां पता नहीं किन्ने सालां दे विच जदां मैं शिकागो एरिए दे विच आया है। ये जिहड़ी क्रिसमस है बिना बर्फ तो जिन्हों कहते पंजाबी दे विच ना स्नो तो बिना गुजरी है, भावें चंगी नहीं लगी क्योंकि क्रिसमस का नजारा ही तां जे स्नो पवे। जे स्नो नहीं पैंदी तां क्रिसमस मनाउण दा उन्ना जिहड़ा लुत्फ नहीं आउंदा। भावें क्रिसमस भी एक अजिहा दिवस है, अजिहा दिन है जिहड़ा कि ਆਪਾਂ ਇਹ ਕਹਿ ਦਈਏ ਸੱਚ ਤੇ ਝੂਠ ਦੀ ਇੱਕ ਲੜਾਈ ਜਿਹੜੀ ਆ ਉਹਦੇ ਵਿੱਚ ਸੱਚ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਬੜਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਦੁਨੀਆਂ ਭਰ ਦੇ ਵਿੱਚ ਈਸਾਈ ਮਤ ਵੱਲੋਂ ਜਾਂ ਆਪਾਂ ਕਹਿ ਦਈਏ ਉਹ ਇਸ ਦਾ ਜਿਹੜਾ ਮਨਾਇਆ ਜਾਂਦਾ ਪਰਿਵਾਰਾਂ ਦੇ ਵਿੱਚ ਬਹਿ ਕੇ ਤੇ ਇੱਕ ਅਹਿਦ ਲਿਆ ਜਾਂਦਾ ਹੈ ਤੇ ਜ਼ਿੰਦਗੀ ਦੇ ਨਾਲ ਵੀ ਦੁਨੀਆਂ ਦੇ ਵਿੱਚ ਜਿੰਨੀ ਮਰਜ਼ੀ ਕਠਿਨਾਈਆਂ ਕਿਉਂ ਨਾ ਆ ਜਾਣ, ਤੁਹਾਡੀ ਜ਼ਿੰਦਗੀ ਵਿੱਚ ਭਾਵੇਂ ਕਿਹਾ ਜਿਹਾ ਕੋਈ ਨਾ ਵਾਪਰ ਜਾਵੇ ਜਿਹੜਾ ਕਿ ਨਹੀਂ ਹੋਣਾ ਚਾਹੀਦਾ, ਫੇਰ ਵੀ ਅਗਰ ਤੁਸੀਂ ਸੱਚੇ ਹੋ, ਸੱਚੇ ਦਿਲੋਂ ਅਡੋਲ ਹੋ ਤੇ ਤੁਸੀਂ ਕਦੇ ਹਾਰਦੇ ਨਹੀਂ। ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ ਤੁਹਾਡੀ ਜਿੱਤ ਹੋਣੀ ਹੈ। ਤੇ ਉਹ ਜਿਹੜੇ ਜ਼ੁਲਮ ਕਰਨ ਵਾਲੇ ਬੰਦੇ ਨੇ ਉਹ ਉਸ ਟਾਈਮ ਹੀ ਨਸ਼ਟ ਹੋ ਜਾਂਦੇ, ਮੁੜ ਕੇ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ। ਪਰ ਸੱਚ ਦੇ ਲਈ ਲੜਨ ਵਾਲੇ ਉਹ ਸਾਰੀ ਜ਼ਿੰਦਗੀ ਜਿਹੜੇ ਨੇ ਹਮੇਸ਼ਾ ਹੀ ਯਾਦ ਰੱਖੇ ਜਾਂਦੇ ਨੇ ਤੇ ਉਹਨਾਂ ਨੂੰ ਕੋਈ ਭੁੱਲਦਾ ਨਹੀਂ। ਛੋਟੇ ਸਾਹਿਬਜ਼ਾਦਿਆਂ ਦੀ ਪਹਿਲਾਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਾ, ਹੁਣ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਾ ਲੰਘ ਕੇ ਹਟਿਆ। ਬੜੀ ਸ਼ਰਧਾ ਪੂਰਵਕ ਮਨਾਂ ਦੇ ਵਿੱਚ ਬਹੁਤ ਹੀ ਜਿਹਨੂੰ ਕਹਿੰਦੇ ਆ ਨਾ, ਜਦੋਂ ਅਸੀਂ ਸੋਚਦੇ ਹਾਂ ਵੀ ਕੀ ਮੈਨੀਆਂ ਛੋਟੀਆਂ ਛੋਟੀਆਂ ਜਿੰਦਾਂ ਨੂੰ ਕਿੰਨੇ ਤਸੀਹੇ ਦਿੱਤੇ ਗਏ ਸੀ। ਇੱਕ ਦਾਦੀ ਮਾਂ ਨੂੰ ਖੁਦ ਇਹ ਪਤਾ ਸੀ ਵੀ ਇਹ ਕੁਛ ਹੋਣਾ ਹੈ, ਕਿਵੇਂ ਆਪਣੇ ਦਿਲ ਦੇ ਉੱਤੇ ਇਹ ਤੜਫ ਸੀ, ਉਹਨੂੰ ਕੀ ਸੋਚਦੀ ਸੀ ਉਹ। ਪਹਿਲਾਂ ਉਹਨੇ ਆਪਣੇ ਪਤੀ ਨੂੰ ਸ਼ਹੀਦ ਹੁੰਦਾ ਸੁਣਿਆ, ਫਿਰ ਉਹਨੇ ਆਪਣੇ ਪੋਤਿਆਂ ਨੂੰ ਸ਼ਹੀਦ ਹੁੰਦੇ ਸੁਣਿਆ ਤੇ ਕਿਵੇਂ ਜਲੂਗੀ ਕੋਈ ਦਾਦੀ। ਪਰ ਉਹ ਵੀ ਕਿਉਂਕਿ ਉਸ ਗੁਰੂ ਨੂੰ ਜਨਮ ਦੇਣ ਵਾਲੀ ਸੀ ਜਿਸ ਗੁਰੂ ਨੇ ਆਪਣਾ ਪਰਿਵਾਰ ਮਨੁੱਖਤਾ ਦੇ ਲਈ ਵਾਰ ਦਿੱਤਾ, ਉਹ ਕਿਵੇਂ ਅਡੋਲ ਹੋ ਜਾਂਦੀ। ਇਹ ਦਿਨ ਲੰਘ ਕੇ ਗਏ ਨੇ, ਮਹਾਨ ਦਿਨ ਨੇ ਤੇ ਦੁਨੀਆਂ ਭਰ ਦੇ ਵਿੱਚ ਬਹੁਤ ਹੀ ਸਤਿਕਾਰ ਦੇ ਨਾਲ ਮਨਾਏ ਗਏ ਨੇ, ਮਨਾਏ ਜਾਣੇ ਚਾਹੀਦੇ ਵੀ ਨੇ ਤੇ ਇਹਨਾਂ ਤੋਂ ਕੋਈ ਨਾ ਕੋਈ ਸਿੱਖਿਆ ਵੀ ਜਾਣਾ ਚਾਹੀਦਾ। ਤੇ ਇਸ ਵਾਰੀ ਮੈਨੂੰ ਇਹ ਵੀ ਲੱਗਦਾ ਕਿ ਥੋੜੀ ਜਿਹੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਕਿਸਾਨੀ ਘੋਲ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਸੱਚ ਤੇ ਝੂਠ ਦੀ ਜਿਹੜੀ ਲੜਾਈ ਹੈ, ਜਾਬਰ ਤੇ ਜ਼ੁਲਮ ਕਰਨ ਵਾਲੇ ਦੀ ਤੇ ਇੱਕ ਜ਼ੁਲਮ ਸਹਿਣ ਵਾਲੇ ਦੀ ਇੱਕ ਜਿਹੜੀ ਲੜਾਈ ਹੈ ਉਹਦੇ ਵਿੱਚ ਜਿੱਤ ਜਿਹੜੀ ਹੈ ਮਨੁੱਖਤਾ ਦੀ ਜਿੱਤ ਦਰਸਾਈ ਗਈ ਹੈ। ਪਰ ਉਹ ਹੈਗੀ ਸ਼ਾਂਤੀ ਵਾਲੇ ਤਰੀਕੇ ਨਾਲ ਹੀ, ਇਹ ਸਾਡੇ ਕਿਸਾਨੀ ਘੋਲ ਨੇ ਵੀ ਦਿਖਾ ਦਿੱਤਾ, ਉਹ ਸਾਰਾ ਕੁਝ ਸਾਡੇ ਸਾਹਮਣੇ ਆਇਆ, ਬੜਾ ਕੁਝ ਹੋਇਆ। ਬੜੀ ਖੁਸ਼ੀ ਹੋਈ ਹੈ ਕੱਲ ਇੱਕ ਸ਼ਿਕਾਗੋ ਦੇ ਏਰੀਏ ਦੇ ਵਿੱਚ ਕਾਫੀ ਅਗਾਂਹਵਧੂ ਨੌਜਵਾਨ, ਅਗਾਂਹਵਧੂ ਬੁੱਧੀਜੀਵੀ, ਅਗਾਂਹਵਧੂ ਬਹੁਤ ਹੀ ਚਿੰਤਕ ਲੇਖਕ ਜਿਹੜੇ ਪੰਜਾਬੀ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਵਿੱਚ ਖਾਸ ਕਰਕੇ ਲਾਲੀ ਬਟਾਲਾ ਜਿਹਨੂੰ ਕਹਿੰਦੇ ਰਾਜ ਲਾਲੀ ਬਟਾਲਾ, ਮੈਂ ਤਾਂ ਉਹਨੂੰ ਬਟਾਲਾ ਹੋਣ ਕਰਕੇ ਇੱਕ ਸ਼ਿਕਾਗੋ ਦਾ ਬਟਾਲ ਵੀ ਕਹਿੰਦਾ ਹੁੰਦਾ, ਉਹਨਾਂ ਦੇ ਨਾਲ ਸਾਥ ਹੋਇਆ ਤੇ ਉਹ ਉਹਨਾਂ ਦੇ ਵੱਲੋਂ ਜਿਹੜਾ ਇੱਕ ਅਹਿਦ ਕੀਤਾ ਗਿਆ ਕਿ ਪੰਜਾਬੀ ਭਾਸ਼ਾ ਦੇ ਪ੍ਰਤੀ, ਕਿਉਂਕਿ ਕੌਮਾਂਤਰੀ ਭਾਸ਼ਾ ਇੱਕ ਦਿਵਸ ਹੈ, ਦੁਨੀਆਂ ਦਾ ਭਾਸ਼ਾ ਦਿਵਸ ਜਿਹੜਾ
ਉਹ 21 ਫਰਵਰੀ ਨੂੰ ਮਨਾਇਆ ਜਾਂਦਾ ਸਾਰੀ ਦੁਨੀਆ ਦੇ ਵਿੱਚ। ਉਸ ਦਿਨ ਦੇ ਤਹਿਤ ਵੀ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ਾਂ ਦੇ ਵਿੱਚ ਹੋਰ ਕਿਵੇਂ ਪ੍ਰਫੁੱਲਤ ਕੀਤਾ ਜਾਵੇ, ਆਪਣੇ ਬੱਚਿਆਂ ਨੂੰ ਕਿਵੇਂ ਇਹਦੇ ਨਾਲ ਜੋੜਿਆ ਜਾਵੇ, ਉਨ੍ਹਾਂ ਦੇ ਨਾਲ ਮਿਲਣ ਦਾ ਮੌਕਾ ਵੀ ਮਿਲਿਆ। ਤੁਹਾਡੇ ਨਾਲ ਕੁਝ ਗੱਲਾਂ ਫੇਸਬੁੱਕ ਤੇ ਸਾਂਝੀਆਂ ਵੀ ਕੀਤੀਆਂ ਨੇ, ਆਪਣੇ ਆਪ ਦੇ ਵਿੱਚ ਬੜਾ ਵਧੀਆ ਲੱਗਿਆ। ਉਹ ਫਰਵਰੀ ਦੇ ਅਖੀਰ ਦੇ ਵਿੱਚ ਜਾਂ ਮਾਰਚ ਦੇ ਪਹਿਲੇ ਹਫ਼ਤੇ ਇੱਕ ਵਧੀਆ ਤਰੀਕੇ ਦੇ ਨਾਲ ਮਨਾਉਣ ਦੀ ਅਹਿਦ ਕੀਤਾ ਗਿਆ, ਜਿਹਦੇ ਵਿੱਚ ਖਾਸ ਕਰਕੇ ਬੱਚਿਆਂ ਨੂੰ ਇਸ ਗੱਲ ਦੇ ਲਈ ਜਿਹੜਾ ਕਿ ਅੱਗੇ ਆਉਣ ਦਾ ਮੌਕਾ ਦਿੱਤਾ ਜਾਊਗਾ ਕਿ ਉਹ ਆਪਣੇ ਤਰੀਕੇ ਦੇ ਨਾਲ, ਅਗਰ ਉਹ ਕੋਈ ਵੀ ਜਿਵੇਂ ਪਿੰਡਾਂ ਵਿੱਚੋਂ ਪਿੰਡ ਜਾ ਕਹਿ ਦਈਏ, ਪਿੰਡ ਦੀ ਨੁਹਾਰ, ਆਪਣੇ ਕਿਸੇ ਪਿੰਡ ਦੇ ਵਿੱਚ ਬੱਚੇ ਗਏ ਨੇ ਪੰਜਾਬ ਦੇ ਵਿੱਚ ਵਿਦੇਸ਼ਾਂ ਤੋਂ, ਉਹਨਾਂ ਨੇ ਪਿੰਡ 'ਚ ਜਾ ਕੇ ਕੀ ਦੇਖਿਆ, ਉਹਨੂੰ ਕੀ ਚੰਗਾ ਲੱਗਿਆ, ਕਿਵੇਂ ਉਹ ਪੰਜਾਬ ਦੇ ਸੱਭਿਆਚਾਰ ਦੇ ਨਾਲ ਜੁੜਨਾ ਚਾਹੁੰਦੇ ਆ, ਕਿਵੇਂ ਉਹ ਪੰਜਾਬੀ ਬੋਲੀ ਦੇ ਨਾਲ ਜੁੜਨਾ ਚਾਹੁੰਦੇ ਆ, ਜਾਂ ਕੀ ਉਹਨਾਂ ਨੂੰ ਹੈਲਪ ਦੀ ਲੋੜ ਹੈ, ਜਾਂ ਉਹ ਕੀ ਸਾਡੇ ਲਈ ਅੱਗੇ ਕੀ ਉਹ ਕਰ ਸਕਦੇ। ਬੱਚਿਆਂ ਕੋਲ ਬਹੁਤ ਕੁਛ ਅੱਜ ਕੱਲ, ਉਹ ਗੱਲਾਂ ਵੀ ਇਸ ਜਿਹੜਾ ਸੰਮੇਲਨ ਜਿਹੜਾ ਹੋਊਗਾ ਉਹਦੇ ਵਿੱਚ ਕੀਤੀਆਂ ਜਾਣਗੀਆਂ, ਉਹਨਾਂ ਬੱਚਿਆਂ ਨੂੰ ਉੱਥੇ ਆਉਣ ਦਾ ਮੌਕਾ ਦਿੱਤਾ ਜਾਊਗਾ। ਜਿਹੜੇ ਵੀ ਮਿਡ ਵੈਸਟ ਦੇ ਜਿੰਨੇ ਵੀ ਪੰਜਾਬੀ ਦੇ ਰਾਈਟਰ ਹੋਣਗੇ, ਉਹਨਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਉੱਥੇ ਆਉਣ, ਉਹ ਆਪਣੀ ਜਿਹੜੀ ਕਲਾ, ਚਾਹੇ ਉਹ ਗੀਤ ਲਿਖਦੇ ਨੇ, ਚਾਹੇ ਉਹ ਕੋਈ ਕਵਿਤਾਵਾਂ ਲਿਖਦੇ ਨੇ, ਚਾਹੇ ਕਹਾਣੀਆਂ ਲਿਖਦੇ ਨੇ, ਜਾਂ ਕੋਈ ਹੋਰ ਤਰੀਕੇ ਦੇ ਨਾਲ ਜਿਹੜੀ ਪੰਜਾਬੀ ਭਾਸ਼ਾ ਦੇ ਵਿੱਚ ਯੋਗਦਾਨ ਪਾਉਂਦੇ ਹੈ, ਉਹਨਾਂ ਨੂੰ ਵੀ ਉਸ ਦੇ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਹੈ ਤੇ ਵੈਲਕਮ ਹੈ। ਤੇ ਇਸ ਦੇ ਨਾਲ ਹੀ ਸੱਭਿਆਚਾਰ ਦੀ ਜੇ ਆਪਾਂ ਗੱਲ ਕਰੀਏ, ਸੱਭਿਆਚਾਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਗਿੱਧਾ ਭੰਗੜਾ ਨਹੀਂ ਰੱਖਿਆ ਗਿਆ, ਉਹਦੇ ਲਈ ਸੰਸਥਾਵਾਂ ਹੋਰ ਬਹੁਤ ਨੇ, ਉਹ ਕਰਵਾਉਂਦੀਆਂ ਨੇ, ਪਰ ਸੱਭਿਆਚਾਰ ਦੇ ਵਿੱਚ ਜਿਵੇਂ ਕੋਈ ਪਿੰਡ ਦੀ ਨਹਾਰ ਦਿਖਾਉਣੀ ਚਾਹੁੰਦਾ, ਪੁਰਾਣੇ ਕੋਈ ਭਾਂਡਿਆਂ ਦੀ ਗੱਲ ਕਰਨੀ ਚਾਹੁੰਦਾ, ਪੁਰਾਣੇ ਕੋਈ ਹੋਰ ਚੀਜ਼ਾਂ ਦੀ ਗੱਲ ਕਰਨੀ ਚਾਹੁੰਦਾ, ਪੰਜਾਬੀ ਦੇ ਵਿੱਚ ਪੰਜਾਬੀ ਦੇ ਰਾਹੀਂ ਪੰਜਾਬੀ ਦੇ ਸੱਭਿਆਚਾਰ ਦੀ ਕੋਈ ਗੱਲ ਕਰਨੀ ਚਾਹੁੰਦਾ, ਬਜ਼ੁਰਗਾਂ ਦੀਆਂ ਗੱਲਾਂ ਕਰਨਾ ਚਾਹੁੰਦਾ, ਉਹਨਾਂ ਨੂੰ ਤਰਜੀਹ ਦਿੱਤੀ ਜਾਊਗੀ। ਇਹ ਵੱਖਰੀ ਜੀ ਪੇਸ਼ਕਾਰੀ ਇਸ ਦਿਵਸ ਦੇ ਉੱਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸ਼ਿਕਾਗੋ ਦੇ ਵਿੱਚ ਜਨਰਲ ਕੌਂਸਲੇਟ ਦਾ ਆਫਿਸ ਹੈ ਜਿਹੜੀ ਕਿ ਭਾਰਤ ਸਰਕਾਰ ਵੱਲੋਂ ਹੁੰਦਾ, ਉਹਦੇ ਵਿੱਚ ਇੱਕ ਸਰਦਾਰ ਸਾਹਿਬ ਸਰਦਾਰ ਰਣਜੀਤ ਸਿੰਘ ਜੀ, ਉਹ ਵੀ ਆਪਣੀ ਜੌਬ ਕਰਦੇ ਨੇ, ਉਹ ਹਮੇਸ਼ਾ ਹੀ ਪੰਜਾਬੀ ਭਾਸ਼ਾ ਦੇ ਲਈ ਬੜੇ ਤਤਪਰ ਰਹਿੰਦੇ ਨੇ, ਬੜੀ ਕੋਸ਼ਿਸ਼ ਕਰਦੇ ਰਹਿੰਦੇ ਨੇ, ਤੇ ਸਰਕਾਰ ਦੇ ਵੱਲੋਂ ਵੀ ਜੋ ਉਹਨਾਂ ਦੇ ਵੱਲੋਂ ਕੀਤਾ ਯੋਗਦਾਨ ਹੈ ਉਹ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ। ਉਹ ਪਗੜੀ ਧਾਰੀ ਨੇ ਤੇ ਸਿੱਖ ਨੇ, ਤੇ ਇਸ ਕਰਕੇ ਉਹਨਾਂ ਦੇ ਵੱਲੋਂ ਇਹ ਖਾਸ ਪ੍ਰੋਗਰਾਮ ਦੇ ਵਿੱਚ ਪਹਿਲਕਦਮੀ ਕੀਤੀ ਜਾਂਦੀ ਹੈ। ਵੈਸੇ ਤਾਂ ਸ਼ਿਕਾਗੋ ਏਰੀਏ ਦੇ ਵਿੱਚ ਕਈ ਸੰਸਥਾਵਾਂ ਨੇ ਜਿਹੜੀਆਂ ਬਹੁਤ ਦੇਰ ਤੋਂ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਨੇ, ਜਿਹਦੇ ਪੰਜਾਬੀ ਹੈਰੀਟੇਜ ਸੁਸਾਇਟੀ ਹੈ ਜਿਹਨੂੰ PHO ਵੀ ਕਹਿ ਦਿੰਦੇ ਨੇ, ਜਾਂ PCS ਹੈਗੀ ਹੈ, ਪੰਜਾਬੀ ਕਲਚਰ ਸੁਸਾਇਟੀ ਹੈਗੀ ਹੈ, ਉਹ ਗਿੱਧੇ ਭੰਗੜੇ ਦੇ ਪ੍ਰੋਗਰਾਮ ਵੀ ਕਰਾਉਂਦੇ ਨੇ, ਹੋਰ ਵੀ ਕਰਵਾਉਂਦੇ ਨੇ, ਬੜੀਆਂ ਸੁਸਾਇਟੀਆਂ ਜਿਹੜੇ ਆਪਣੇ ਆਪਣੇ ਤੌਰ ਤੇ ਕੰਮ ਕਰਦੀਆਂ ਨੇ ਜਿਵੇਂ ਬਾਕੀ ਦੂਜੇ ਦੇਸ਼ਾਂ ਵਿੱਚ ਕਰਦੇ ਨੇ ਲੋਕ, ਪਰ ਇਹਨਾਂ ਦਾ ਇੱਕ ਵੱਖਰਾ ਤਰੀਕਾ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਵਧੀਆ ਲੱਗਿਆ, ਮੈਨੂੰ ਵੀ ਚੰਗਾ ਲੱਗਿਆ, ਤੇ ਅਸਾਰ ਸਾਹਿਬ ਆਪਣੇ ਰੇਡੀਓ ਚੰਨ ਪਰਦੇਸੀ ਵੱਲੋਂ ਪੂਰੀ ਕੋਸ਼ਿਸ਼ ਕਰਾਂ ਕਿ ਇਸ ਪ੍ਰੋਗਰਾਮ ਵੱਧ ਚੜ ਕੇ ਅੱਗੇ ਵਧਾਇਆ ਜਾਵੇ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕੋਈ ਕਵਿਤਾ ਵਗੈਰਾ ਲਿਖਦੇ ਹੋ, ਕੋਈ ਗੀਤ ਲਿਖਦੇ ਹੋ, ਜਾਂ ਕੋਈ ਕਹਾਣੀ ਲਿਖਦੇ ਹੋ ਪੰਜਾਬੀ ਬੋਲੀ ਦੇ ਬਾਰੇ, ਕੋਈ ਅਜਿਹੀ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਹਿੱਸਾ ਲੈ ਸਕਦੇ ਹੋ। ਪੰਜਾਬੀ ਕਲਚਰ ਦੀ ਸੱਭਿਆਚਾਰ ਦੀ ਗੱਲ ਕਰਨੀ ਚਾਹੁੰਦੇ ਹੋ, ਖਾਸ ਕਰਕੇ ਬੱਚਿਆਂ ਨੂੰ ਉੱਥੇ ਲਿਜਾ ਕੇ ਉਹ ਵੀ ਗੱਲ ਕਰ ਸਕਦੇ ਹੋ, ਤਾਂ ਮੈਂ ਨੰਬਰ ਰਣਜੀਤ ਸਿੰਘ ਦਾ ਨੰਬਰ ਹੈ ਜੀ 312-404-3543, ਜਾਂ ਫਿਰ ਰਾਜ ਲਾਲੀ ਬਟਾਲਾ ਜੀ ਦਾ ਨੰਬਰ ਹੈ ਜੀ 847-341-4825। ਜਾਣੀ ਕਿ ਪਹਿਲਾ ਨੰਬਰ 312-404-3543, ਦੂਜਾ ਲਾਲੀ ਜੀ ਦਾ ਨੰਬਰ 847-361-4825। ਤੇ ਇਹ ਜ਼ਰੂਰ ਤੁਸੀਂ ਆਪਣਾ ਕੰਟੈਕਟ ਕਰ ਸਕਦੇ ਹੋ। ਤੇ ਦੂਜੀ ਜਿਹੜੀ ਗੱਲ, ਅੱਜ ਗਿੱਲ ਸਾਹਿਬ ਮੇਰੇ ਨਾਲ ਸਾਥ ਨਹੀਂ ਦੇਣਗੇ, ਪਰ ਮੈਂ ਤੁਹਾਡੀਆਂ ਕਾਲਾਂ ਜ਼ਰੂਰ ਲਾਉਂਗਾ, ਤੁਸੀਂ ਕਾਲ ਕਰ ਸਕਦੇ ਹੋ
6670004 ਦੇ ਉੱਤੇ ਜਾਂ ਫਿਰ 219-670-4479 ਦੇ ਉੱਤੇ ਤੇ ਤੁਸੀਂ ਆਪਣੇ ਵਿਚਾਰ ਰੱਖੋਗੇ। ਅੱਜ ਮੇਰੇ ਚਾਰ ਮੁੱਦਿਆਂ ਦੇ ਉੱਤੇ ਮੈਂ ਗੱਲ ਕਰੂੰਗਾ। ਮੇਰਾ ਪਹਿਲਾ ਮੁੱਦਾ ਹੋਊਗਾ ਆਪ ਦੀ ਜਿੱਤ ਜਿਹੜੀ ਹੈ, ਆਮ ਆਦਮੀ ਪਾਰਟੀ ਜਿੱਤ ਨਗਰ ਨਿਗਮ ਚੋਣਾਂ ਚੰਡੀਗੜ੍ਹ ਦੇ ਵਿੱਚ, ਉਹਦਾ ਪੰਜਾਬ ਦੀ ਇਲੈਕਸ਼ਨ ਦੇ ਉੱਤੇ ਕੀ ਅਸਰ ਪਊਗਾ। ਦੂਜਾ ਹੋਊਗਾ ਜੀ ਕਿਸਾਨ ਸਮਾਜ ਮੋਰਚਾ, ਇੱਕ ਨਵੀਂ ਪਾਰਟੀ ਬਣੀ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ, ਤੁਸੀਂ ਸਾਰੇ ਜਾਣਦੇ ਹੋ, ਉਹਦੇ ਬਾਰੇ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਹੋ। ਤੀਜਾ ਹੋਊਗਾ ਗੈਂਗਸਟਰ ਤੇ ਸਿਆਸਤਦਾਨਾਂ ਦੀ ਆਪਸੀ ਭਾਈਵਾਲੀ, ਕਦੋਂ ਦੀ ਤੇ ਕਿਵੇਂ ਚੱਲ ਰਹੀ ਹੈ। ਇਹਦੇ ਨਾਲ ਹੀ ਜੁੜਿਆ ਹੋਇਆ ਮਾਮਲਾ ਮਜੀਠੀਆ ਸਾਹਿਬ ਦਾ ਵੀ ਤੁਹਾਨੂੰ ਪਤਾ ਹੋਵੇ, ਇਹਦੇ ਵਿੱਚ ਜੁੜ ਜਾਂਦਾ। ਚੌਥਾ ਹੋਊਗਾ ਆਤਮ ਹੱਤਿਆਵਾਂ ਜਿਹੜੀਆਂ ਕਿ ਸਾਡੇ ਭਾਰਤ ਵਿੱਚ ਜਨਾਨੀਆਂ ਦੇ ਵਿੱਚ ਬਹੁਤ ਵੱਧ ਰਹੀਆਂ, ਉਹ ਕਿਉਂ। ਇਹ ਮੇਰੇ ਚਾਰ ਮੁੱਦੇ ਨੇ ਅੱਜ, ਕਿਸੇ ਦੇ ਉੱਤੇ ਵੀ ਤੁਸੀਂ ਗੱਲ ਕਰਨੀ ਚਾਹੁੰਦੇ ਤੁਹਾਡੇ ਵਿਚਾਰ ਬੜੇ ਅਣਮੁੱਲੇ ਹੋਣਗੇ, ਵੱਡੇ ਹੋਣਗੇ, ਸੋ ਤੁਸੀਂ ਕਾਲ ਕਰ ਸਕਦੇ ਹੋ 219-670-4549 ਜਾਂ ਫਿਰ 815-676-0004 ਤੇ ਸਟੂਡੀਓ ਨੰਬਰ ਹੈ। ਸੋ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਣਾ ਜੀ, ਬ੍ਰੇਕ ਤੋਂ ਮਾਰੋਂ ਫਿਰ ਚੱਲਦੇ ਹਾਂ ਜੀ। ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਵਿੱਚ ਆਮ ਪਾਰਟੀ ਦੀ ਜਿੱਤ, ਮੈਂ ਉਹਨੂੰ ਜਿੱਤ ਨਹੀਂ ਗਿਣਦਾ ਅਜੇ, ਅਜੇ ਭੰਬਲ ਭੁੱਸਾ ਹੈ, ਉਹ ਮੈਂ ਦੱਸੂਗਾ ਭੰਬਲ ਭੁੱਸਾ ਕਿਵੇਂ ਹੈ, ਉਹਦੇ ਉੱਤੇ ਗੱਲ ਕਰਾਂਗੇ ਜੀ ਛੋਟੀ ਜਿਹੀ ਬ੍ਰੇਕ ਤੋਂ ਮਾਰੋਂ। ਉਹ ਕਾਲੇ ਕੀ ਕਰਦਾ, ਕੱਲ ਨੂੰ ਬੱਚਿਆਂ ਨੂੰ ਘੁਮਾ ਲਈ ਏ ਬਈ? ਉਹੀ ਟਰੱਕ ਦੀ ਰਿਪੇਅਰ, ਜਿੰਨੇ ਕਮਾਉਣੇ ਆ ਓਨੇ ਹੀ ਲੱਗ ਜਾਂਦੇ ਆ। ਉਹ ਬਾਹਲੇ ਚੱਕਰਾਂ ਚ ਪਿਆ ਫਿਰਦਾ, ਤੂੰ ਪਿਛਲੇ ਹਫਤੇ ਵੀ ਸਰਵਿਸ ਕਰਾਈ ਜਾਂਦਾ ਸੀ। ਜਿੰਨੇ ਗੇੜੇ ਓਨੀ ਵਾਰ ਰਿਪੇਅਰ, ਮੈਨੂੰ ਤਾਂ ਕੁਛ ਵੀ ਸਮਝ ਨਹੀਂ ਲੱਗਦੀ। ਮੇਰੀ ਮਨ ਤੂੰ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਕੋਲ ਜਾ, ਨਾਲੇ ਰੇਟ ਵਾਜਬ ਲਾਉਂਦੇ ਨੇ, ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ, ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨੀ ਪੈਣੀ। ਫੇਰ ਤਾਂ ਬਈ ਮੈਂ ਹੁਣ ਹੀ ਜਾਣਾ ਹੈ, ਤੇ ਮੇਰਾ ਵੀ ਕੱਲ ਦਾ ਪੱਕਾ ਰੱਖ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, ਡੀਓਟੀ ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲੱਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵ ਨੇ, ਔਰ ਹਾਂ ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-469-2000 ਜਾਂ ਫਿਰ ਕਾਲ ਕਰੋ 204-770-0460। 82 ਰੀਨਲ ਡਰਾਈਵ ਵਿਨੀਪੈਗ ਮਿਨੀਟੋਬਾ, ਜੋ ਕਿ ਹੈ ਰੂਟ ਨੰਬਰ 90 ਤੇ ਫਾਰਮਰ ਦੇ ਬਿਲਕੁਲ ਕਾਰਨਰ ਤੇ। ਇੱਥੇ ਟਰੱਕ ਵਾਸ਼ਿੰਗ ਤੇ ਪਾਰਕਿੰਗ ਸਪੋਟ ਵੀ ਅਵੇਲੇਬਲ ਹੈ। ਰੇਡੀਓ ਚੰਨ ਪਰਦੇਸੀ ਦਾ ਨਾਮ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਲੋ ਵੀ ਦੋਸਤੋ, ਸ਼ੁਰੂ ਕਰਨੇ ਅੱਜ ਦੇ ਮੁੱਦੇ ਦੀ, ਕਿਉਂਕਿ ਗਿੱਲ ਸਾਹਿਬ ਕਿਸੇ ਕਾਰਨ ਦੇ ਕਰਕੇ, ਕਾਰਨ ਕੀ ਹੈਗਾ ਉਹਨਾਂ ਕੋਲ ਵਿਦੇਸ਼ਾਂ ਦੇ ਵਿੱਚੋਂ ਖਾਸ ਕਰਕੇ ਅਮੈਰੀਕਾ ਤੋਂ ਆਉਂਦੇ ਆਪਣੇ ਗੈਸਟ ਗਏ ਹੋਏ ਨੇ, ਕਈ ਵਾਰੀ ਹੋ ਜਾਂਦਾ ਵੀ ਉਹ ਹਾਜ਼ਰੀ ਨਹੀਂ ਲਵਾ ਸਕਦੇ ਕਿਉਂਕਿ ਗੈਸਟ ਨੂੰ ਟਾਈਮ ਦੇਣਾ ਪੈਂਦਾ, ਟਾਈਮ ਜ਼ਿਆਦਾ ਲੱਗ ਜਾਂਦਾ ਰਾਤਾਂ ਨੂੰ, ਉੱਥੇ ਸਵੇਰੇ ਉੱਠਣ ਦਾ ਟਾਈਮ ਬੜਾ ਅਰਲੀ ਹੁੰਦਾ, ਪਰ ਕੱਲ੍ਹ ਨੂੰ ਜ਼ਰੂਰ ਹਾਜ਼ਰ ਹੋਣਗੇ। ਕਹਿੰਦੇ ਨੇ ਇੱਕ ਗੱਲ ਮੈਨੂੰ ਬੜੀ ਚੰਗੀ ਲੱਗਦੀ ਹੈ, ਕਹਿੰਦੇ ਚੋਣਾਂ ਦਾ ਫੈਸਲਾ ਕਿਸੇ ਦੇ ਹੱਕ ਵਿੱਚ ਨਹੀਂ ਸਗੋਂ ਕਿਸੇ ਦੇ ਖਿਲਾਫ ਹੁੰਦਾ। ਇਹ ਗੱਲ ਫਰੈਂਕਲਿਨ ਵੀ ਐਡਮਜ਼ ਨੇ ਕਹੀ ਹੈ। ਚੋਣਾਂ ਦਾ ਫੈਸਲਾ ਕਿਸੇ ਦੇ ਹੱਕ ਚ ਨਹੀਂ ਕਿਸੇ ਦੇ ਖਿਲਾਫ ਹੁੰਦਾ, ਇਹ ਗੱਲ ਨੋਟ ਰੱਖਿਓ। ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਚ ਆਮ ਆਦਮੀ ਪਾਰਟੀ ਜਿਹੜੀ ਕਿ ਹੈ ਇਸ ਟਾਈਮ 35 ਚੋਂ 14 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਧਿਰ ਤਾਂ ਬਣ ਕੇ ਉਭਰੀ ਹੈ, ਪਰ ਹਜੇ ਤੱਕ ਇਹ ਭੰਬਲ ਭੁੱਸਾ ਹੈ ਕਿ ਉਹ ਮੇਅਰ ਬਣਾ ਸਕਦੀ ਹੈ ਕਿ ਨਹੀਂ, ਕਿਉਂਕਿ ਟੋਟਲ 35 ਸੀਟਾਂ ਨੇ। ਭਾਰਤੀ ਜਨਤਾ ਪਾਰਟੀ ਨੇ 12, ਸ਼੍ਰੋਮਣੀ ਅਕਾਲੀ ਦਲ ਦੀ 1 ਸੀਟ ਮਿਲੀ ਹੈ, 13 ਹੋ ਗਈਆਂ ਦੋਨਾਂ ਕੋਲ ਮਿਲ ਕੇ, ਕਿਉਂਕਿ ਮਿਲ ਤਾਂ ਇਹਨਾਂ ਨੇ ਜਾਣੀ ਆਪਾਂ ਨੂੰ ਪਤਾ ਹੀ ਹੈ, ਤੇ ਕਾਂਗਰਸ ਨੇ 8 ਸੀਟਾਂ ਜਿੱਤੀਆਂ ਨੇ। ਇੱਥੇ ਪੇਚ ਪਸੂ, ਪਿਛਲੀ ਮਿਊਂਸੀਪਲ ਕਾਰਪੋਰੇਸ਼ਨ ਦੇ ਵਿੱਚ 26 ਹਲਕੇ ਸੀ, ਜਿਨ੍ਹਾਂ ਵਿੱਚ ਭਾਜਪਾ ਨੇ 20, ਕਾਂਗਰਸ ਨੇ 4, ਅਕਾਲੀ ਦਲ ਨੇ 1 ਸੀਟ ਜਿੱਤੀ, ਜਿਵੇਂ ਹੁਣ ਪਿਛਲੀ ਵਾਰੀ ਵੀ 1 ਸੀ ਇਹਨਾਂ ਦੇ ਪੱਲੇ, 19 ਕੁ ਰਹਿੰਦੀ ਇਹਨਾਂ ਕੋਲ।
ਚੰਡੀਗੜ੍ਹ ਦੇ ਪਿੰਡਾਂ ਨੂੰ ਕਾਰਪੋਰੇਸ਼ਨ ਵਿਚ ਸ਼ਾਮਲ ਕੀਤੇ ਜਾਣ ਕਾਰਨ ਇਸ ਵਾਰੀ ਹਲਕਿਆਂ ਦੀ ਗਿਣਤੀ ਵੱਧ ਕੇ 35 ਹੋ ਗਈ ਤੇ ਆਪ ਨੇ ਪਹਿਲੀ ਵਾਰੀ ਇਨ੍ਹਾਂ ਚੋਣਾਂ ਚ ਹਿੱਸਾ ਲਿਆ। ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਹੈ ਤੇ ਇੱਥੋਂ ਦਾ ਰਾਜ ਕਾਜ ਜਾਂ ਰਾਜ ਭਾਗ ਕਹਿ ਦਈਏ ਉਹ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਜਾਣੀ ਅਮਿਤ ਸ਼ਾਹ ਦੇ ਅਧੀਨ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਸਥਾਨਕ ਚੋਣਾਂ ਵਿਚ ਭਾਜਪਾ ਦੀ ਹਾਰ ਉਸ ਪ੍ਰਦੇਸ਼ ਵਿਚ ਹੋਈ ਹੈ ਜਿੱਥੋਂ ਦਾ ਰਾਜ ਪ੍ਰਬੰਧ ਵੀ ਭਾਜਪਾ ਦੇ ਹੱਥਾਂ ਦੇ ਵਿਚ ਹੈ। ਰਾਜ ਪ੍ਰਬੰਧ ਹਾਲੇ ਵੀ ਉਹਨਾਂ ਕੋਲ ਹੈ ਪਰ ਹਾਰ ਹੋ ਗਈ। ਜਿਵੇਂ ਕਿ ਨਾ ਮਾੜੀ ਜਨਾਨੀ ਜਾਂ ਚੰਗੀ ਜੇ ਕਹਿ ਦਈਏ ਵੀ ਸਿਆਣੀ ਨੂੰ ਆ ਜਾਵੇ ਜਾਂ ਤਾਂ ਫਿਰ ਸੱਸ ਉਹਦੇ ਨਾਲ ਮਿਲ ਜਾਵੇ ਨਹੀਂ ਫਿਰ ਜੁੱਤੀਆਂ ਖਾਣ ਨੂੰ ਤਿਆਰ ਹੋ ਜਾਵੇ। ਉਹ ਕੰਮ ਹੋ ਗਿਆ ਬੀਜੇਪੀ ਦਾ। ਗੱਲ 2016 ਦੀ ਕਰਦੇ ਆਪ ਨੇ ਇਨ੍ਹਾਂ ਚੋਣਾਂ ਚ ਉਦੋਂ ਹਿੱਸਾ ਨਹੀਂ ਸੀ ਲਿਆ ਪਰ ਆਪ ਚੰਡੀਗੜ੍ਹ ਦੀ ਸਿਆਸਤ ਵਿਚ 2014 ਵਿਚ ਪ੍ਰਵੇਸ਼ ਕਰ ਚੁੱਕੀ ਸੀ ਜਦੋਂ ਗੁਲਕੀਰਤ ਕੌਰ ਜਿਹਨੂੰ ਅਸੀਂ ਪਨਾਗ ਗੁੱਲ ਵੀ ਕਹਿੰਦੇ ਹਾਂ ਪਨਾਗ ਨੇ ਆਪ ਦੀ ਉਮੀਦਵਾਰ ਵਜੋਂ ਚੋਣ ਲੜੀ ਤੇ 200 ਜਿਹੜੀ ਕੀ ਹੈ ਤਕਰੀਬਨ ਜੇ ਆਪਾਂ ਕਹਿ ਦਈਏ 21% ਵੋਟਾਂ ਹਾਸਲ ਕੀਤੀਆਂ ਸੀ। 21% ਜਿਹੜੀਆਂ ਵੋਟਾਂ ਕਾਫੀ ਹੁੰਦੀਆਂ ਨੇ ਜਿਹੜੀਆਂ 2009 ਦੀਆਂ ਲੋਕ ਸਭਾ ਚੋਣਾਂ ਵਿਚ ਆਪ ਦੇ ਉਮੀਦਵਾਰ ਹਰਮੋਹਨ ਧਵਨ ਨੂੰ ਸਿਰਫ 4% ਵੋਟਾਂ ਪਈਆਂ ਸੀ। 4% ਤੋਂ 21% ਚਲੇ ਜਾਣਾ ਕਾਫੀ ਵੱਡੀ ਗੱਲ ਹੈ ਤੇ ਉਹਦੇ ਵਕਤ ਜੇ ਹੁਣ ਆਪਾਂ ਉਹਦੇ ਨਾਲ ਹੀ ਦੇਖੀਏ ਹੁਣ ਤੇ ਭਾਜਪਾ ਨੂੰ ਪਈਆਂ ਸੀ 30% ਤੇ ਕਾਂਗਰਸ ਨੂੰ ਵੀ 30% ਉਹ ਵੋਟਾਂ ਮਿਲੀਆਂ ਸੀ। ਕਾਂਗਰਸ ਨੂੰ ਭਾਵੇਂ ਸਾਰੀਆਂ ਪਾਰਟੀਆਂ ਤੋਂ ਜ਼ਿਆਦਾ ਵੋਟਾਂ ਮਿਲੀਆਂ ਪਰ ਉਹ ਸਿਰਫ 8 ਹੀ ਜਿੱਤ ਸਕੇ। ਇਸ ਵਾਰੀ ਨਾ ਵੋਟਾਂ ਸਭ ਤੋਂ ਜ਼ਿਆਦਾ ਕਾਂਗਰਸ ਨੂੰ ਮਿਲੀਆਂ ਨੇ। ਹੁਣ ਮੈਂ ਤੁਹਾਨੂੰ ਦੱਸਦਾ ਇਹਦੇ ਵਿਚ ਕਿਹੜੀਆਂ ਕਿਹੜੀਆਂ ਪਾਰਟੀਆਂ ਨੂੰ ਕਿਵੇਂ ਕਿਹੜੇ ਤਰੀਕੇ ਨਾਲ ਭਾਵੇਂ ਕਮਲ ਤੇ ਹੱਥ ਉੱਤੇ ਹੈ ਭਾਰੂ ਪੈ ਗਿਆ ਝਾੜੂ ਦਾ ਪਰ ਰੌਲਾ ਇਹਦੇ ਵਿਚ ਕੀ ਹੈ। ਜਿਹੜੇ ਨਤੀਜੇ ਅੱਜ ਆਏ ਨੇ 35 ਵਾਰਡ ਨੇ ਉਨ੍ਹਾਂ ਚੋਂ ਆਪ ਨੂੰ 14 ਭਾਜਪਾ ਨੂੰ 12 ਕਾਂਗਰਸ ਨੂੰ 8 ਤੇ ਅਕਾਲੀ ਦਲ ਨੂੰ 1 ਮੈਂ ਪਹਿਲਾਂ ਦੱਸ ਚੁੱਕਿਆ। ਭਾਜਪਾ ਦੇ ਮੌਜੂਦਾ ਮੇਅਰ 2 ਸਾਬਕਾ ਮੇਅਰ ਕਾਂਗਰਸ ਦੇ ਕਈ ਵੱਡੇ ਚਿਹਰਿਆਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਇਨ੍ਹਾਂ ਨਗਰ ਨਿਗਮ ਚੋਣਾਂ ਦੇ ਵਿਚ। ਚੋਣ ਨਤੀਜਿਆਂ ਤੋਂ ਬਾਅਦ ਮੇਅਰ ਬਣਾਉਣ ਨੂੰ ਲੈ ਕੇ ਹੁਣ ਆਪ ਤੇ ਭਾਜਪਾ ਨੇ ਜੱਦੋ ਜਹਿਦ ਸ਼ੁਰੂ ਕਰ ਲਈ। ਆਪ ਕਹਿੰਦੀ ਜੀ ਅਕਾਲੀਆਂ ਵਾਲੀ ਇੱਕ ਸੀਟ ਤਾਂ ਸਾਡੀ ਹੋਈ ਆ, ਅਸੀਂ 13 ਹੋ ਗਏ। ਇੱਕ ਰਾਦਾ ਕਹਿੰਦੇ ਅਸੀਂ ਭਾਜਪਾ ਦੇ ਆਮ ਆਪ ਪਾਰਟੀ ਦਾ ਇੱਧਰ ਉੱਧਰ ਕਰ ਲੈਣਾ। ਉਹ ਤਾਂ ਹੁਣ ਸਮਾਂ ਦੱਸੂ ਨਾ। ਪਰ ਨਿਗਮ ਚੋਣਾਂ ਚ ਵਾਰਡ ਨੰਬਰ 17 ਤੋਂ ਭਾਜਪਾ ਦੇ ਮੌਜੂਦਾ ਮੇਅਰ ਰਵੀ ਕਾਂਤ ਸ਼ਰਮਾ ਆਪਣੀ ਸੀਟ ਹਾਰ ਗਏ। ਉਨ੍ਹਾਂ ਨੂੰ ਆਪ ਦੇ ਦਮਨਪ੍ਰੀਤ ਸਿੰਘ ਨੇ 1516 ਵੋਟਾਂ ਦੇ ਅੰਤਰ ਤੋਂ ਹਰਾਇਆ। ਪ੍ਰਾਪਤ ਜਾਣਕਾਰੀ ਇਹ ਵੀ ਆਈ ਹੈ ਮੇਅਰ ਰਵੀ ਕਾਂਤ ਸ਼ਰਮਾ ਨੂੰ 2899 ਵੋਟਾਂ ਪਈਆਂ ਜਦੋਂ ਕਿ ਦਮਨਪ੍ਰੀਤ ਨੂੰ 3717 ਵੋਟਾਂ ਪਈਆਂ। ਇਸ ਤਰ੍ਹਾਂ ਵਾਰਡ ਨੰਬਰ ਹੈਗੀ 21, ਉੱਥੇ ਨੇ ਭਾਜਪਾ ਦੇ ਸਾਬਕਾ ਮੇਅਰ ਦਵੇਸ਼ ਮੋਹ ਗਿੱਲ ਉਹਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ। ਉਹਨੂੰ ਆਪ ਦੇ ਜਸਵੀਰ ਸਿੰਘ ਨੇ 939 ਵੋਟਾਂ ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਦਾ ਵਾਰਡ ਨੰਬਰ 25 ਤੋਂ ਵੀ ਭਾਜਪਾ ਹਾਰ ਗਈ, ਜਿੱਥੋਂ ਆਪ ਦੇ ਜਗੇਸ਼ ਢੀਂਗਰਾ ਨੇ ਭਾਜਪਾ ਦੇ ਵਿਜੇ ਕੌਂਸਲ ਰਾਣਾ ਨੂੰ 315 ਵੋਟਾਂ ਤੋਂ ਹਰਾਇਆ। ਇਸੇ ਵਾਰਡ ਦੇ ਵਿਚ ਆਪ ਦੇ
जगेश ढिंगरा नू 2977 ते भाजपा दे विजय कौंसल राणा नू जड़िया के 3600 वोटां पईआं ने। दूजे पासे चंडीगढ़ कांग्रेस दे प्रधान ने सुभाष चावला उन्हां दे पुत्र सुमित चावला वार्ड नंबर 14 दे विचों हार दा मूंह देखना पै गया क्योंकि जिथे भाजपा दे कुलजीत सिंह संधू ने 255 वोटां तों जित हासिल कर ली। हुण चंडीगढ़ कांग्रेस दी महिला विंग दी प्रधान दीपा दुबे ओह वी वार्ड नंबर 12 तों हार गई जिथों के भाजपा दे सौरभ जोशी ने 1017 वोटां तों जित प्राप्त कर ली। इसे तरह वार्ड नंबर 2 ते चंडीगढ़ कांग्रेस दे सीनियर आगू ने हरमहिंदर सिंह लक्की ओ 11 वोटां दे फर्क नाल हार गए। हालांकि इत्थे रौला पैना हुण उत्थों भाजपा दे ने महेश इंदर सिंह सिद्धू ओ जीतू ने। चंडीगढ़ च सब तों वध सीटां ते जित हासिल करन वाली आम आदमी पार्टी दे चोण प्रचार कमेटी दे चेयरमैन चंद्रमुखी शर्मा नूं वार्ड नंबर 13 तों हार दा सामना करना पै गया। मैं एक वारी फिर यह गल दोहरा दवां तुहाडे अगे के चंडीगढ़ दे विच सब तों वध सीटां ते जित हासिल करन वाली आम आदमी पार्टी दे चोण प्रचार कमेटी दे चेयरमैन चंद्रमुखी शर्मा उन्हूं वार्ड नंबर 13 तों हार दा सामना करना पै गया। उत्थे कांग्रेस पार्टी दे सचिन गालब ने चंद्रमुखी शर्मा नूं 285 वोटां दे फर्क नाल हरा दित्ता। हुण मैं दसदा तुहानूं परसेंटेज, सब तों घट परसेंटेज वोटां आप पार्टी नूं मिलियां। इत्थे देखो जित हार अपने तरीके नाल, इहनूं कहिंदे ने ना जित्तण वाले हार गए। चंडीगढ़ नगर निगम चोणां च पहली वार चोण लड़ रही आम पार्टी वल्लों दित्ते गए हैरानीजनक नतीजां दे नाल शहर दीआं रवायतां सियासी पार्टियां नूं करारा झटका तां लग्गिआ, पर आम आदमी पार्टी ने निगम चोणां विच 35 सीटां विचों सब तों ज्यादा 14 सीटां भी जित लईआं। भाजपा नूं 12 सीटां ते जित प्राप्त होई। कांग्रेस पार्टी 8 ते डिग गई। तीसरे नंबर ते अकाली 1 ते आ गए। हुण देखिआ जावे कांग्रेस पार्टी सब तों घट 8 सीटां दी जित सकी है, पर कांग्रेस पार्टी नूं सब तों ज्यादा वोट हासिल होए ने। इह गल नोट करन वाली, इहनूं नोट करिओ। भावें 8 सीटां ही कांग्रेस पार्टी नूं मिलियां ने चंडीगढ़ दे विच, पर सब तों वध वोटां मिलियां परसेंटेज दे हिसाब। निगम चोणां विच कांग्रेस नूं 29 तकरीबन जे आपां कहीए 30 फीसदी वोट पए ने। दूजे नंबर ते है भाजपा, उहनां नूं भी 29.5 फीसदी वोट पैना। तीजे नंबर ते आम पार्टी जिन्हों 27% वोट पैने, 27% आजाद उम्मीदवारां नूं 7% ते होरां नूं 6%। इस तरह जेकर देखा जावे तां कांग्रेस नूं सब तों ज्यादा वोटां पईआं, लेकिन पार्टी इन्हां वोटां नूं जित्तियां होईआं सीटां विच बदल नहीं सकदी, ना सकी है। निगम चोणां दे नतीजां ने मेयर दी चोण नूं भी दिलचस्प बनाया होया है। आप आदमी पार्टी दीआं सब तों ज्यादा सीटां होण दे बावजूद भाजपा ते आम आदमी पार्टी विच कांटे दी टक्कर रहण दी संभावना है जिहड़ी कि बनी होई है। दोहे पार्टियां इह कहिंदियां कि मेयर साडा हो। हुण मेयर किहदा हो, इह तां हुण समां दसूगा। बाकी तुसीं सोच सकदे हो
ਛੋਟੀ ਜਿਹੀ ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care. ਲਓ ਵੀ ਦੋਸਤੋ, ਚੱਲਦੇ ਹਾਂ ਅਗਲੀ ਗੱਲ ਵੱਲ। ਹੁਣ ਉਹ ਵੀ ਦਿਲਚਸਪ ਹੈ। ਸਾਲ ਤੋਂ ਵੱਧ ਕਿਸਾਨਾਂ ਦਾ ਘੋਲ ਚੱਕਿਆ, ਬੇਸ਼ੱਕ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਬਾਕੀ ਭਾਰਤ ਦੇ ਬਾਕੀ ਹਿੱਸਿਆਂ ਨੇ ਇਸ ਘੋਲ ਦੇ ਵੱਡਾ ਯੋਗਦਾਨ ਪਾਇਆ, ਪਰ ਪ੍ਰਵਾਸੀ ਪੰਜਾਬੀਆਂ ਦਾ ਯੋਗਦਾਨ ਕਿਤੋਂ ਘੱਟ ਨਹੀਂ ਹੈਗਾ। ਇਹ ਮੰਨੇ ਕੋਈ ਚਾਹੇ ਨਾ ਮੰਨੇ, ਕਿਸਾਨ ਇਕਜੁੱਟ ਹੋ ਕੇ ਜਿੱਤੇ ਸੀ। ਬੜੀ ਸ਼ਾਂਤੀ ਵਾਲਾ ਘੋਲ ਸੀ, ਦੁਨੀਆਂ ਦੇ ਵਿੱਚ ਇਹਦੀ ਚਾਚਾ ਰਹੀ ਤੇ ਰਹੂਗੀ। ਪਰ ਕਹਿੰਦੇ ਨੇ ਨਾ, ਸ਼ਾਹ ਮੁਹੰਮਦ ਨੇ ਇੱਕ ਗੱਲ ਲਿਖੀ ਹੈ, ਸ਼ਾਹ ਮੁਹੰਮਦ ਦਾ ਇੱਕ ਸਰਦਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ। ਰੌਲਾ ਇੱਥੇ ਆ ਕੇ ਮੁੱਕ ਜਾਂਦਾ। ਆਖਿਰਕਾਰ ਕਿਸਾਨੀ ਮੋਰਚੇ ਵੱਲੋਂ ਸੰਯੁਕਤ ਸਮਾਜ ਮੋਰਚਾ ਬਾਹਰ ਕੱਢੇ ਲਿਆ ਤੇ ਚੋਣਾਂ ਵਿੱਚ ਪੰਜਾਬ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਅੱਗੇ ਕਰ ਲਿਆ। ਇਹਨਾਂ ਵਿੱਚ ਸਿਰਫ ਕਿਸਾਨ ਆਗੂ ਹੀ ਨੇ ਨਾ, ਤਾਂ ਇਹਨਾਂ ਦੇ ਵਿੱਚ ਮੋਰਚਾ ਤੇ ਨਾ ਹੀ ਸੰਯੁਕਤ ਨੇ, ਨਾ ਹੀ ਇਹਨਾਂ ਦੇ ਵਿੱਚ ਕੋਈ ਸਮਾਜ ਬਣਦਾ। ਇਹ ਗੱਲ ਮੇਰੀ ਨੋਟ ਕਰ ਲਿਓ। ਬੇਸ਼ੱਕ ਇਹ ਕਿਸਾਨ ਸਮਾਜ ਮੋਰਚਾ ਹੈ, ਕੱਲੇ ਕਿਸਾਨ ਨੇ ਨਾ ਸਮਾਜ ਹੈ ਨਾ ਇਹ ਸੰਯੁਕਤ ਹੈ। ਵੈਸੇ ਤਾਂ ਬਹੁਜਨ ਸਮਾਜ ਪਾਰਟੀ ਵੀ ਹੈਗੀ ਹੈ, ਉਹ ਵੀ ਇਸੇ ਕਰਕੇ ਚ ਬਣੀ ਸੀ ਮਾਇਆਵਤੀ ਵਾਲੀ, ਵੀ ਬਹੁਜਨ ਸਮਾਜ ਪਾਰਟੀ, ਉਹਦੇ ਤਹਿਤ ਇਹ ਸੰਯੁਕਤ ਸਮਾਜ ਮੋਰਚਾ। ਪਰ ਇਹਦਾ ਅਸਰ ਚੋਣਾਂ ਵਿੱਚ ਹੋਣਾ ਤੈਅ ਹੈ ਤੇ ਕਿਸਾਨੀ ਮੋਦਿਆਂ ਲਈ ਆਵਾਜ਼ ਚੁੱਕਣ ਵਾਸਤੇ ਜ਼ਰੂਰੀ ਹੈ ਕਿ ਕਿਸਾਨ ਆਗੂ ਰਾਜਨੀਤੀ ਵਿੱਚ ਆਪਣੀ ਹੋਂਦ ਪ੍ਰਗਟਾਉਣ। ਪਰ ਇਸ ਵਾਸਤੇ ਇਹ ਵੀ ਤਾਂ ਜ਼ਰੂਰੀ ਹੈ ਨਾ ਕਿ ਉਹ ਆਪਣੇ ਸੰਯੁਕਤ ਮੋਰਚੇ ਦੇ ਨਾਲ ਰਹਿ ਕੇ ਇਹ ਕਦਮ ਚੁੱਕਦੇ ਤੇ ਇਹਦੀ ਹੋਂਦ ਪੂਰੇ ਦੇਸ਼ ਵਿੱਚ ਕਾਇਮ ਕਰਦੇ। ਸੰਯੁਕਤ ਕਿਸਾਨੀ ਮੋਰਚੇ ਦੀ ਸਿਆਸੀ ਸੋਚ ਵਾਲੇ ਆਗੂ ਜਾਂ ਨੌਜਵਾਨ ਜੋ ਸਮੂਹਿਕ ਤੌਰ ਤੇ ਸਿਆਸਤ ਵਿੱਚ ਇਕਜੁੱਟ ਹੋ ਕੇ ਕਦਮ ਰੱਖਦੇ ਤਾਂ ਅੱਜ ਉਹਨਾਂ ਦਾ ਰੁਤਬਾ ਬਹੁਤ ਉੱਚਾ ਹੁੰਦਾ। ਉੱਤਰ ਪ੍ਰਦੇਸ਼, ਪੰਜਾਬ, ਇਹਦੇ ਵਿੱਚ ਵਕਤ, ਇਸ ਵਕਤ ਜਿਹਨੂੰ ਆਪਾਂ ਕਹਿ ਦਈਏ ਰਾਕੇਸ਼ ਟਿਕੈਤ, ਉਹ ਨਾਂ ਬਣਾ ਚੁੱਕੇ ਨੇ ਜਿਹਦੇ ਸਹਾਰੇ ਉਹ ਕਿਸਾਨੀ ਮੋਦਿਆਂ ਦੀ ਆਵਾਜ਼ ਬਣ ਕੇ ਸਦਨ ਵਿੱਚੋਂ ਕਿਸਾਨ ਵਾਲੇ ਬਹੁਤ ਕੁਝ ਹਾਸਲ ਕਰ ਸਕਦੇ ਨੇ, ਜੇ ਕਰਿਆ ਨਹੀਂ ਕਰ ਸਕਦੇ ਨੇ। ਜਿਸ ਢੰਗ ਨਾਲ ਸਾਡੇ ਕੁਛ ਕਿਸਾਨ ਲੀਡਰ ਆਪਹੁਦਰੀ ਕਰਕੇ ਸਿਆਸਤ ਵਿੱਚ ਕਦਮ ਰੱਖ ਰਹੇ ਨੇ, ਇਹ ਆਗੂ ਆਪਣਾ ਕੱਦ ਆਪ ਛੋਟਾ ਕਰ ਰਹੇ ਨੇ, ਕੋਈ ਮੰਨੇ ਚਾਹੇ ਨਾ ਮੰਨੇ। ਇਨ੍ਹਾਂ ਵੱਲੋਂ ਸਭ ਤੋਂ ਵੱਡਾ ਕਦਮ ਕਿਸਾਨੀ ਸੰਘਰਸ਼ ਵਿੱਚ ਮੋਰਚੇ ਨੂੰ ਸਿਆਸੀ ਦਖਲ ਤੋਂ ਦੂਰ ਰੱਖਣਾ ਸੀ, ਪਰ ਹੁਣ ਜਦ ਖਬਰਾਂ ਆਉਂਦੀਆਂ ਨੇ ਕਿ ਇਹ ਸਿਆਸੀ ਪਾਰਟੀਆਂ ਨਾਲ ਸੀਟਾਂ ਵਾਸਤੇ ਮੁਲਾਕਾਤਾਂ ਕਰ ਰਹੇ ਨੇ, ਤਾਂ ਇਹ ਕਿਸਾਨੀ ਸੰਘਰਸ਼ ਨੂੰ ਆਪ ਹੀ ਕਮਜ਼ੋਰ ਕਰ ਰਹੇ ਨੇ। ਇਹ ਗੱਲ ਯਾਦ ਰੱਖਿਓ। ਮੈਂ ਦੇਖਣਾ ਚਾਹੁੰਦਾ ਵੀ ਤੁਹਾਡੇ ਵਿੱਚੋਂ ਕਿਹੜੇ ਕਿਹੜੇ ਬੰਦੇ ਇਸ ਤੁਸੀਂ ਹਿੱਸਾ ਲੈ ਸਕਦੇ ਹੋ ਮੇਰੇ ਨਾਲ, ਕਿਉਂ ਨਹੀਂ ਆਉਂਦੇ ਅੱਗੇ, ਤੁਸੀਂ ਗੱਲ ਕਰੋ। ਚਲ ਮੈਂ ਆਪਣੀ ਗੱਲ ਚਾਲੂ ਰੱਖੂੰਗਾ, ਤੁਸੀਂ ਵੀ ਵਿੱਚ ਹਿੱਸਾ ਲਓ, ਕਾਲ ਕਰੋ 219-670-4479-815-676-0004 ਦੇ। ਗੱਲ ਕਰਦੇ ਹਾਂ ਅੱਜ ਦੇ ਹਿਸਾਬ ਨਾਲ 813 ਕਿਸਾਨ
ਜਾਂ ਤਾਂ ਇਸ ਸੰਘਰਸ਼ ਵਿਚ ਕੁਰਬਾਨ ਹੋਏ ਨੇ ਜਾਂ ਉਹ ਗੰਭੀਰ ਹਾਲਤ ਵਿਚ ਹਸਪਤਾਲਾਂ ਦੇ ਵਿਚ ਨੇ ਜਾਂ ਉਨ੍ਹਾਂ ਉੱਤੇ ਮੌਤ ਦਾ ਖਤਰਾ ਮੰਡਾ ਰਹੇ। ਜੇ ਸੱਤਾ ਦੀ ਕਲਗੀ ਪੱਗ ਉੱਪਰ ਲਵਾਉਣ ਲਈ ਚੋਣਾਂ ਲੜਨ ਬੈਠ ਗਿਆ ਤਾਂ ਇਹਨਾਂ 813 ਕਿਸਾਨਾਂ ਦੀ ਆਵਾਜ਼ ਕੌਣ ਬਣੂਗਾ? ਇਹ ਯਾਦ ਰੱਖਿਓ। ਅੱਜ ਦੇਸ਼ ਦੇ ਵਿਚ ਸਿਰਫ ਦੋ ਫਸਲਾਂ ਵਾਲੀ MSP ਮਿਲ ਰਹੀ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਤਾਂ ਦੇਸ਼ ਦੇ ਕਿਸਾਨਾਂ ਨਾਲ ਵਾਅਦਾ ਸੀ ਕਿ ਉਹ ਸਾਰੇ ਦੇਸ਼ ਦੇ ਕਿਸਾਨਾਂ ਨੂੰ MSP ਦਵਾਉਣਗੇ, ਪਰ ਜੇ ਆਸ ਵਿਚ ਹੀ ਲੜਦੇ ਰਹਿ ਗਏ ਤਾਂ MSP ਬਾਕੀ ਦੇਸ਼ ਨੂੰ ਤਾਂ ਕੀ ਦਵਾਉਣੀ ਹੈ, ਆਪ ਵੀ ਵਾਂਝੇ ਹੋ ਜਾਣਗੇ। ਇਹ ਗੱਲ ਦੀ ਗਰੰਟੀ। ਅੱਜ ਦੇਸ਼ ਸਿਰਫ ਜਿਵੇਂ ਮੈਂ ਗੱਲ ਕਰੀ ਦੋ ਫਸਲਾਂ ਦੀ MSP ਲੈਂਦਾ, ਕਣਕ ਤੇ ਝੋਨੇ ਦੇ ਉੱਤੇ। ਜੋ ਤੋਂ ਵੀ ਹੱਥ ਗੁਆ ਬੈਠੇ ਕਰਨਗੇ ਕੀ? ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਆਪਣੇ ਲਫ਼ਜ਼ ਵਾਪਸ ਲੈ ਲਏ, ਪਰ ਉਹਨਾਂ ਨੇ ਪਹਿਲੇ ਐਲਾਨ ਦੇ ਵਿਚ ਵੀ ਸ਼ੱਕ ਕੋਈ ਨਹੀਂ ਛੱਡੀ। ਉਹ ਕਹਿੰਦੇ ਕਿ ਅਸੀਂ ਜੰਗ ਵਿਚ ਦੋ ਕਦਮ ਪਿੱਛੇ ਹਟੇ, ਹਾਰੇ ਨਹੀਂ। ਜੰਗ ਵਿਚ ਦੋ ਕਦਮ ਪਿੱਛੇ ਹਟੇ, ਹਾਰੇ ਨਹੀਂ, ਪਰ ਜੰਗ ਜ਼ਰੂਰ ਜਿੱਤਾਂਗੇ। ਤੋਮਰ ਜੀ ਖੇਤੀ ਮੰਤਰੀ ਕਹਿੰਦੇ ਨੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਖੇਤੀਬਾੜੀ ਮੰਤਰੀ ਵਾਸਤੇ ਆਪਣੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਨੂੰ ਜੰਗ ਨਹੀਂ ਕਹਿਣਾ ਚਾਹੀਦਾ, ਪਰ ਕਿਹਾ ਇਹੀ ਗਿਆ ਤੇ ਇਹਦੇ ਵਿਚ ਜਦ ਸਾਹਮਣੇ ਖੜੇ ਜਰਨੈਲ ਤਿੱਤਰ ਬਿੱਤਰ ਹੋ ਜਾਣ ਫਿਰ ਅਗਲੀ ਵਾਰੀ ਖੇਤੀ ਮੰਤਰੀ ਵਾਸਤੇ ਜੰਗ ਜਿੱਤਣ ਦੀ ਆਸਾਨੀ ਬਣ ਜੂਗੀ ਨਾ, ਕਿਉਂਕਿ ਜਰਨੈਲ ਹੀ ਭੱਜ ਗਏ। ਸ਼ਾਹ ਮੁਹੰਮਦ ਇੱਕ ਸਰਦਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰ ਗਈ। ਇਹ ਕਹਿਣਾ ਕਿ ਪੰਜਾਬ ਨੂੰ ਬਚਾਉਣ ਲਈ ਸੱਤਾ ਦੀ ਕੁਰਸੀ ਤੇ ਬੈਠਣਾ ਜ਼ਰੂਰੀ ਹੈ ਕੋਈ ਅਰਥ ਨਹੀਂ ਰੱਖਦਾ। ਕਸ਼ਮੀਰ ਵਿਚ ਕਸ਼ਮੀਰ ਬਚਾਉਣ ਵਾਲਿਆਂ ਦਾ ਕਸ਼ਮੀਰ ਸੂਬਾ ਹੀ ਖਤਮ ਕਰਕੇ ਕੇਂਦਰ ਨੇ ਜਵਾਬ ਦੇ ਦਿੱਤਾ। ਪੰਜਾਬ ਨੂੰ ਬਚਾਉਣ ਲਈ ਘਰ ਘਰ ਵਿਚ ਤੇ ਖੇਤ ਖਲਿਆਣ ਵਿਚ ਜਾਣ ਦੀ ਲੋੜ ਹੈ, ਹਾਕਮ ਬਣ ਕੇ ਨਹੀਂ, ਬਨੋਬਾ ਭਾਵੇ ਬਣ ਕੇ, ਜੈ ਪ੍ਰਕਾਸ਼ ਬਣ ਕੇ, ਬਾਬਾ ਆਮ ਤੇ ਬਣ ਕੇ ਲੋੜ ਹੈ। ਕਿਸਾਨੀ ਆਵਾਜ਼ ਦੇਸ਼ ਦੀ ਕੁੱਲ ਆਵਾਜ਼ ਦਾ 70% ਹੈ। ਇਹਦਾ ਸਿਆਸਤ ਵਿਚ ਬੁਲੰਦ ਮੁਕਾਮ ਤੇ ਹੋਣ ਜ਼ਰੂਰੀ ਹੈ, ਪਰ ਇਹ ਯਾਦ ਰੱਖਣਾ ਚਾਹੀਦਾ ਕਿ ਆਜ਼ਾਦ ਭਾਰਤ ਤੇ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਮੋਰਚਾ ਜਿਹਦੇ ਵਿਚ ਜਿੱਤ ਹਾਸਲ ਹੋਈ ਹੈ ਉਹਦਾ ਕਾਰਨ ਇਕ ਜੁੱਟਤਾ ਸੀ। ਸਰਕਾਰ ਸੰਯੁਕਤ ਮੋਰਚੇ ਨੇ ਤੋੜ ਨਹੀਂ ਪਾਈ, ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਈ ਸੀ। ਅੱਜ ਦਾ ਆਪਸੀ ਲੜਾਈ ਉਹ ਵੀ ਸੱਤਾ ਪ੍ਰਾਪਤੀ ਖਾਤਰ, ਕਿਸਾਨਾਂ ਦੀ ਲੜਾਈ ਨੂੰ ਕਮਜ਼ੋਰ ਕਰਨ ਵਾਸਤੇ। ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਇਹ ਤੁਹਾਡੀ ਮਰਜ਼ੀ, ਤੁਹਾਡੇ ਤੇ ਛੱਡ ਦਿੰਦੇ ਹਾਂ। ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਮਗਰੋਂ ਚੱਲਦੇ ਹਾਂ ਅਗਲੀ ਗੱਲ ਦੇ ਵੱਲ। ਸਤਿ ਸ੍ਰੀ ਅਕਾਲ ਭਾਬੀ ਜੀ, ਕੀ ਹਾਲ ਹੈ ਜਗਜੀਤ ਦਾ? ਹੁਣ ਕੁਝ ਫਰਕ ਤਾਂ ਹੈ, ਪਰ ਕਰਜ਼ੇ ਦੀ ਚਿੰਤਾ ਨੇ ਉਹਨਾਂ ਨੂੰ ਅੱਧਾ ਕਰਤਾ। ਉਹ ਮੈਂ ਤਾਂ ਇਹਨੂੰ ਕਿੰਨੀ ਵਾਰੀ ਦੱਸਿਆ ਊੜਾ ਵਾਲਿਆਂ ਬਾਰੇ, ਪਰ ਗੱਲ ਤਾਂ ਸੁਣਦਾ ਨਹੀਂ, ਘੌੜ ਜੀ ਕਰੀ ਜਾਂਦਾ। ਹੁਣ ਤੁਸੀਂ ਦੇਖ ਲੋ ਕੀ ਹਾਲ ਬਣਾ ਕੇ ਰੱਖਿਆ ਨੇ। ਊੜਾ? ਓਏ ਹਾਂ ਭਾਬੀ ਜੀ, ਹਲੇ ਵੀ ਦੇਰ ਨਹੀਂ ਹੋਈ, ਨੰਬਰ ਨੋਟ ਕਰੋ ਤੇ ਕਰਜ਼ੇ ਦੀ ਸਮੱਸਿਆ ਦਾ ਹੱਲ ਕਰਾਓ। ਜੀ ਹਾਂ, ਪਰੇਸ਼ਾਨੀ ਨੂੰ ਕਰੋ ਅਲਵਿਦਾ ਤੇ ਕਾਲ ਕਰੋ ਊੜਾ ਵਾਲਿਆਂ ਨੂੰ ਤੇ ਬਚਾਓ ਹਜ਼ਾਰਾਂ ਡਾਲਰ ਤੇ ਆਪਣੇ ਕਰਜ਼ੇ ਨੂੰ 60% ਤੱਕ ਮੁਆਫ ਕਰਵਾਓ। ਬੈਂਕਰਪਸੀ ਤੇ ਕਲੈਕਸ਼ਨ ਕੌਣ ਤੋਂ ਬਚੋ? ਅਸੀਂ USA, ਕੈਨੇਡਾ ਤੇ ਆਸਟ੍ਰੇਲੀਆ ਦੇ ਵਿਚ ਕੰਮ ਕਰਦੇ ਹਾਂ ਜੀ। ਕੈਨੇਡਾ ਤੇ ਅਮਰੀਕਾ ਵਾਲੇ ਕਾਲ ਕਰ ਸਕਦੇ ਨੇ 888-888-9914, 888-888-9914। ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ ਉਦੋਂ ਤੱਕ ਤੁਹਾਡੇ ਤੋਂ ਕੋਈ ਫੀਸ ਨਹੀਂ ਲਈ ਜਾਏਗੀ ਜੀ। ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਜੇ ਬੰਦੇ ਨੇ ਫੈਮਿਲੀ ਫੰਕਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੇ? ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਗਰੋਸਰੀ ਲੈਣੀ ਹੋਵੇ ਤਾਂ? ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਜਵੈਲਰੀ ਲੈਣੀ ਹੋਵੇ? ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਦਿਲ ਕਰੇ ਇੰਡੀਅਨ ਫੂਡ ਖਾਣ ਦਾ? ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ। ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਬਿਗ ਬਾਜ਼ਾਰ ਪਲਾਜ਼ਾ 'ਚ ਇੰਨਾ ਕੁਝ ਮਿਲ ਸਕਦਾ। ਮਿਲੂਗਾ ਜੀ, ਮਿਲੂਗਾ, 100% ਮਿਲੂਗਾ।
ਬਿਗ ਬਾਜ਼ਾਰ ਪਲਾਜ਼ਾ ਕੈਟਰਿੰਗ ਦੀ ਸਰਵਿਸ ਵੀ ਪ੍ਰੋਵਾਈਡ ਕਰਦਾ ਹੈ। ਸੋ ਫੈਮਿਲੀ ਫੰਕਸ਼ਨਸ ਅਤੇ ਕਾਰਪੋਰੇਟ ਇਵੈਂਟਸ ਲਈ ਹਮੇਸ਼ਾ ਯਾਦ ਰੱਖੋ ਬਿਗ ਬਾਜ਼ਾਰ ਪਲਾਜ਼ਾ। ਬਿਗ ਬਾਜ਼ਾਰ ਪਲਾਜ਼ਾ ਚ ਬਲੂ ਡਾਇਮੰਡ ਬੈਂਕਟ ਹਾਲ ਚ ਕਾਲ ਕਰਨ ਲਈ ਨੰਬਰ ਨੋਟ ਕਰ ਲੋ 317-406-9924 317-406-9924। ਬਿਗ ਬਾਜ਼ਾਰ ਤੋਂ ਇੰਡੀਅਨ ਗਰੋਸਰੀ ਸਵੀਟਸ ਜਾਂ ਕੈਟਰਿੰਗ ਸਰਵਿਸ ਲਈ ਨੰਬਰ ਨੋਟ ਕਰ ਲੋ 317-640-2400 317-640-2400। ਬਿਗ ਬਾਜ਼ਾਰ ਪਲਾਜ਼ਾ ਦਾ ਪਤਾ ਨੋਟ ਕਰ ਲੋ ਨੀਅਰ 465 ਐਮਰਸਨ ਐਕਸਿਟ 5425 ਈਸਟ ਥੋਮਸਨ ਰੋਡ ਇੰਡੀਅਨ ਐਪਲਸ ਇੰਡੀਆਨਾ 462-37। ਲੋ ਚਲਦਿਆਂ ਦੋਸਤੋ ਹੁਣ ਦੂਜੇ ਪਾਸੇ ਆਪਾਂ ਨੂੰ ਪਤਾ ਹੀ ਹੈ ਜੋ ਕੁਛ ਹੁਣ ਹੋ ਰਿਹਾ ਇਸ ਤੇ ਮੈਂ ਪਹਿਲਾਂ ਕੇ ਆਵਾਂ। ਹਰ ਪਾਰਟੀ ਕੋਸ਼ਿਸ਼ ਕਰਦੀ ਹੈ ਇਲੈਕਸ਼ਨਾਂ ਦੇ ਦਿਨਾਂ ਵਿਚ ਵਿਰੋਧੀ ਨੂੰ ਕਿਵੇਂ ਹਰਾਉਣਾ। ਸਾਢੇ ਚਾਰ ਸਾਲ ਦੱਬ ਕੇ ਰੱਖੀ ਗੱਲ ਨਸ਼ਿਆਂ ਦੀ, ਨਸ਼ਿਆਂ ਦੇ ਮੋਹਰੀ ਨੂੰ ਕਿਵੇਂ ਫੜਿਆ ਜਾਊਗਾ, ਕੌਣ ਆ ਉਹਦੇ ਵਿਚ, ਕਿਵੇਂ ਬੜੀਆਂ ਰਿਪੋਰਟਾਂ ਆਈਆਂ, ਬੜਾ ਕੁਛ ਹੋਇਆ। ਪਰ ਅਸਲੀ ਗੱਲਾਂ ਜਿਹੜੀਆਂ ਹੁਣ ਸਾਹਮਣੇ ਕੇ ਆ ਰਹੀਆਂ ਨੇ, ਗੱਲ ਬੇਅਦਬੀ ਦੀ, ਘਟਨਾਵਾਂ ਦੀ ਵੀ ਗੱਲ ਚੱਲੀ, ਹਰਿਮੰਦਰ ਸਾਹਿਬ ਵੀ ਹੈ ਬੇਅਦਬੀ ਹੋਈ ਹੈ, ਕਪੂਰਥਲੇ ਦੇ ਵਿਚ ਵੀ ਹੋਈ ਹੈ, ਸਿਆਸਤ ਦੇ ਨਾਲ ਜੋੜਿਆ ਗਿਆ। ਗੱਲ ਨਸ਼ਿਆਂ ਦੀ ਆਈ, ਮਜੀਠੀਆ ਸਾਹਿਬ ਤੇ ਐਫ ਆਈ ਆਰ ਦਰਜ ਹੋ ਗਈ, ਹਾਈ ਕੋਰਟ ਦੇ ਵਿਚ ਭੱਜੇ ਫਿਰਦੇ ਨੇ ਜਮਾਨਤ ਕਰਾਉਣ ਦੇ ਲਈ, ਹੋਊਗੀ ਜਾਂ ਨਹੀਂ ਹੋਊਗੀ ਤਾਂ ਸਮਾਂ ਦੱਸੂ। ਪਰ ਜੇ ਆਪਾਂ ਗੱਲ ਕਰੀਏ ਇਹਨਾਂ ਪੰਜਾਬ ਪੁਲਿਸ ਦੀ, ਸਿਆਸਤਦਾਨਾਂ ਤੇ ਗੈਂਗਸਟਰਾਂ ਦੇ ਗਠਜੋੜ ਵਾਲੇ ਜਿਹੜੀ ਰਿਪੋਰਟ ਹੈ ਉਹ ਇਕ ਚਰਚਾ ਦਾ ਵਿਸ਼ਾ ਬਣੀ ਹੋਇਆ। 2020 ਦੇ ਵਿਚ ਰਿਪੋਰਟ ਤਿਆਰ ਕੀਤੀ ਗਈ ਸੀ, ਉਹ ਜਿਹੜੀ ਰਿਪੋਰਟ ਆ ਸਰਕਾਰ ਨੇ ਤਿਆਰ ਨਹੀਂ ਸੀ ਕਰਵਾਈ, ਕਈ ਸਿਆਸਤਦਾਨਾਂ ਦੀ ਨੀਂਦ ਉਡਾ ਸਕਦੀ ਜੇ ਕਿਸੇ ਸਰਕਾਰ ਉਹ ਰਿਪੋਰਟ ਨੂੰ ਜੱਗ ਜਾਹਰ ਕਰ ਦਿੰਦੀ। ਪੰਜਾਬ ਦੇ ਵਿਚ ਸਿਆਸਤਦਾਨ ਤੇ ਗੈਂਗਸਟਰਾਂ ਦੇ ਆਪਸੀ ਸਬੰਧ ਤੁਹਾਨੂੰ ਸਾਰਿਆਂ ਨੂੰ ਪਤਾ। ਪੰਜਾਬ ਪੁਲਿਸ ਦੀ ਇਕ ਗੁਪਤ ਰਿਪੋਰਟ ਚਰਚਾ ਦਾ ਵਿਸ਼ਾ ਬਣੀ ਗਈ, ਅਜੇ ਤੱਕ ਜਿਹੜੀ ਭੇਦ ਨਹੀਂ ਉਹਦਾ ਖੋਲਿਆ, ਜੋ ਕਿ 2020 ਦੇ ਵਿਚ ਤਿਆਰ ਕੀਤੀ ਗਈ ਸੀ, ਪਰ ਇਹਦੇ ਬਾਵਜੂਦ ਉਹ ਰਿਪੋਰਟ ਤੇ ਕਾਰਵਾਈ ਅਜੇ ਤੱਕ ਨਹੀਂ ਹੋਈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਸਮੇਂ ਇਕ ਰਿਪੋਰਟ ਤਿਆਰ ਹੋਈ ਸੀ ਜੋ ਕਿ ਤਤਕਾਲੀ ਆਈ ਜੀ ਕੁੰਵਰ ਵਿਜੇ ਪ੍ਰਤਾਪ, ਡੀ ਆਈ ਜੀ ਸਰਜੀਤ ਸਿੰਘ ਤੇ ਏ ਆਈ ਜੀ ਬਲਰਾਮ ਸਿੰਘ ਵੱਲੋਂ ਤਿਆਰ ਕੀਤੀ ਗਈ ਸੀ। ਤਿੰਨ ਬੰਦਿਆਂ ਦੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਤਿਆਰ ਕੀਤੀ ਰਿਪੋਰਟ ਦੇ ਵਿਚ ਗੈਂਗਸਟਰਾਂ ਤੇ ਸਿਆਸਤਦਾਨਾਂ ਦੀ ਆਪਸੀ ਮਿਲੀ ਭੁਗਤ ਦੀਆਂ ਗੱਲਾਂ ਸਾਹਮਣੇ ਆ ਰਹੀਆਂ। ਇਹ ਰਿਪੋਰਟ ਦੇ ਵਿਚ ਖੁਲਾਸਾ ਹੋਇਆ ਕਿ ਜੱਗੂ ਭਗਵਾਨਪੁਰੀਆ 2010 ਦੇ ਵਿਚ ਆਮ ਗੈਂਗਸਟਰ ਬੰਦਾ ਸੀ, ਪਰ ਹੌਲੀ ਹੌਲੀ ਉਹਨੇ ਆਪਣਾ ਰੁਤਬਾ ਇੰਨਾ ਉੱਚਾ ਕਰ ਲਿਆ ਕਿ ਜੱਗੂ ਭਗਵਾਨਪੁਰੀਏ ਦੇ ਖਿਲਾਫ 2010 ਤੋਂ 15 ਤੱਕ ਕੁੱਲ 32 ਮਾਮਲੇ ਦਰਜ ਹੋਏ। ਪੰਜਾਬ ਪੁਲਿਸ ਦੀ ਇਸ ਖੁਫੀਆ ਰਿਪੋਰਟ ਦੇ ਵਿਚ ਇਹ ਵੀ ਕਿਹਾ ਗਿਆ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਹਰਮਨ ਪ੍ਰਭ ਸ਼ਰਨਪ੍ਰੀਤ ਕੌਰ, ਦੇਖੋ ਨਾਂ ਵੀ ਬੜਾ ਵਧੀਆ, ਉਹ ਭਗਵਾਨਪੁਰੀਆ, ਉਹਦੀ ਪਤਨੀ ਹਰਮਨ ਪ੍ਰਭ ਸ਼ਰਨਪ੍ਰੀਤ ਕੌਰ 10-11 ਅਪ੍ਰੈਲ 2019 ਦੀ ਰਾਤ ਨੂੰ ਪਿੰਡ ਭਗਵਾਨਪੁਰ ਚ ਭੇਤ ਭਰੀ ਹਾਲਤ ਚ ਮੌਤ ਹੋ ਗਈ ਸੀ ਉਹਦੀ। ਉਸ ਸਮੇਂ ਦੱਸਿਆ ਗਿਆ ਸੀ ਕਿ ਹਰਮਨ ਪ੍ਰਭ ਦੀ ਮੌਤ ਜਿਹੜੀ ਆ ਉਹ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਪੰਜਾਬ ਪੁਲਿਸ ਦੀ ਰਿਪੋਰਟ ਅਨੁਸਾਰ ਸਤਨਾਮ ਸਿੰਘ ਉਰਫ ਸੱਤਾ ਵਾਸੀ ਫਤਿਹਗੜ੍ਹ ਚੂੜੀਆਂ ਦੀ, ਪੰਜਾਬ ਪੁਲਿਸ ਦੀ ਇਸ ਰਿਪੋਰਟ ਚ ਸ਼੍ਰੋਮਣੀ ਅਕਾਲੀ ਦਲ ਨਾ ਜਿਹੜੀ ਮੈਂ ਗੱਲ ਕਰਦਾ ਸੀ ਨਾ ਫਤਿਹਗੜ੍ਹ ਚੂੜੀਆਂ ਦੀ, ਉਹ 11 ਮਾਰਚ 2019 ਨੂੰ ਮੌਤ ਹੋਈ ਸੀ। ਇਹ ਮੌਤ ਭਗਵਾਨਪੁਰੀਏ ਦੀ ਪਤਨੀ ਦੀ ਮੌਤ ਤੋਂ ਇਕ ਮਹੀਨਾ ਪਹਿਲਾਂ ਹੋਈ ਸੀ। ਦੇਖੋ ਇਹਦੇ ਫਰਕ ਕੀ ਹੈ, ਉਹਦੇ ਰਿਪੋਰਟ ਚ ਦੱਸਿਆ ਗਿਆ ਕਿ ਹਰਮਨ ਪ੍ਰਭ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਪੰਜਾਬ ਪੁਲਿਸ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਸਤਨਾਮ ਸਿੰਘ ਉਰਫ ਸੱਤਾ ਵਾਸੀ ਫਤਿਹਗੜ੍ਹ ਚੂੜੀਆਂ ਦੀ ਜਿਹੜੀ ਮੌਤ ਹੈ ਉਹ 11 ਮਾਰਚ 2019 ਨੂੰ ਹੋ ਗਈ ਸੀ। ਇਹ ਮੌਤ ਭਗਵਾਨਪੁਰੀਆ ਦੀ ਪਤਨੀ ਦੀ ਮੌਤ ਤੋਂ ਇਕ ਮਹੀਨਾ ਪਹਿਲਾਂ ਹੋਈ। ਰਿਪੋਰਟ ਚ ਇਹ ਵੀ ਦੱਸਿਆ ਗਿਆ ਕਿ ਸਤਨਾਮ ਦਾ ਕਤਲ ਸਪਾਰੀ ਕਿਲਰ ਵੱਲੋਂ ਕੀਤਾ ਗਿਆ ਸੀ।
ਤੇ ਉਸ ਤੋਂ ਬਾਅਦ ਉਹਦੀ ਲਾਸ਼ ਨੂੰ ਮਜੀਠਾ ਖੇਤਰ ਦੇ ਪਿੰਡ ਧੀਏਵਾਲ ਦੇ ਨਾਲ ਨਾਲੇ ਦੇ ਵਿਚ ਸੁੱਟ ਦਿੱਤਾ ਗਿਆ ਸੀ। ਰਿਪੋਰਟ ਚ ਇਹ ਵੀ ਕਿਹਾ ਗਿਆ ਕਿ ਇਹ ਕੰਮ ਵੀ ਜਾਣ ਬੁੱਝ ਕੇ ਕੀਤਾ ਗਿਆ ਸੀ। ਰਿਪੋਰਟ ਦੇ ਵਿਚ ਇਹ ਵੀ ਹੋਰ ਦੱਸਿਆ ਗਿਆ ਕਿ ਜੱਗੂ ਭਗਵਾਨਪੁਰੀ ਨੇ ਹੀ ਸਤਨਾਮ ਸਿੰਘ ਨੂੰ ਕਥਿਤ ਤੌਰ ਤੇ ਕਤਲ ਕਰਵਾਇਆ ਸੀ। ਹੁਣ ਪੰਜਾਬ ਪੁਲਿਸ ਦੀ ਰਿਪੋਰਟ ਅਨੁਸਾਰ ਜੇ ਆਪਾਂ ਗੱਲ ਕਰੀਏ, ਜੱਗੂ ਭਗਵਾਨਪੁਰੀਆ ਪਹਿਲਾਂ ਗਲੀ ਮਹੱਲੇ ਦਾ ਗੈਂਗਸਟਰ ਸੀ। 2010 ਤੋਂ ਬਾਅਦ ਹੌਲੀ ਹੌਲੀ ਭਗਵਾਨਪੁਰੀਆ ਦਾ ਰੁਤਬਾ ਵਧਦਾ ਗਿਆ, ਜਿਵੇਂ ਕਿ ਸਿਆਸਤਦਾਨਾਂ ਦਾ ਵਾਧਾ। ਉਸ ਸਮੇਂ ਸੂਬੇ ਚ ਅਕਾਲੀ ਦਲ ਦੀ ਸਰਕਾਰ ਸੀ। ਭਗਵਾਨਪੁਰੀਆ ਨੇ ਸੀਨੀਅਰ ਅਕਾਲੀ ਆਗੂਆਂ ਨਾਲ ਸੰਬੰਧ ਕਾਇਮ ਕਰ ਲਏ ਸੀ। ਹੌਲੀ ਹੌਲੀ ਉਹ ਪੰਜਾਬ ਦੇ ਉੱਚ ਗੈਂਗਸਟਰਾਂ ਦੇ ਵਿਚ ਸ਼ਾਮਲ ਹੋ ਗਿਆ। 2010 ਤੋਂ 15 ਤੱਕ ਉਹਦੇ ਇਲਾਕਿਆਂ ਦੇ ਵਿਚ ਕਈ ਵੱਡੇ ਕਬੱਡੀ ਟੂਰਨਾਮੈਂਟ ਵੀ ਕਰਵਾਏ ਗਏ। ਮੈਂ ਬਹੁਤ ਵਾਰੀ ਤੁਹਾਨੂੰ ਦੱਸਿਆ, ਤੁਸੀਂ ਭੁੱਲ ਨਾ ਜਾਇਓ, ਕਿਤੇ ਭੁੱਲਣ ਦੇ ਆਦੀ ਹੋ। ਇਹ ਜਿਹੜੀ ਡਰੱਗ ਹੈ, ਇਹ ਮਾਫੀਆ ਜਿਹੜਾ, ਇਹ ਕਬੱਡੀ ਟੂਰਨਾਮੈਂਟਾਂ ਦੇ ਨਾਲ ਸ਼ੁਰੂ ਹੋਇਆ। ਮੈਂ ਫੇਰ ਦੱਸਦਾ ਕਿ 2010 ਤੋਂ 15 ਤੱਕ ਉਨ੍ਹਾਂ ਦੇ ਇਲਾਕਿਆਂ ਦੇ ਵਿਚ ਕਈ ਵੱਡੇ ਟੂਰਨਾਮੈਂਟ ਵੀ ਕਰਵਾਏ ਗਏ, ਜਿੱਥੇ ਭਗਵਾਨਪੁਰੀਏ ਦੀ ਤੁੱਤੀ ਬੋਲਦੀ ਹੁੰਦੀ ਸੀ। ਇਸੇ ਦੌਰਾਨ ਵਿਦੇਸ਼ਾਂ ਵਿਚ ਵੱਡੇ ਪੱਧਰ ਤੇ ਉਹਦਾ ਮਨੁੱਖੀ ਸਮਗਲਿੰਗ ਚ ਹੱਥ ਰਿਹਾ। ਪੰਜਾਬ ਪੁਲਿਸ ਦੀ ਰਿਪੋਰਟ ਅਨੁਸਾਰ ਹਰਜਿੰਦਰ ਸਿੰਘ, ਜਿਹਦੇ ਖਿਲਾਫ਼ ਵੱਖ ਵੱਖ ਥਾਣਿਆਂ ਚ 12 ਕੇਸ ਦਰਜ ਨੇ, ਪੁੱਛਗਿੱਛ ਦੌਰਾਨ ਗੈਂਗਸਟਰ ਗੁਰਪ੍ਰੀਤ ਸੇਖੋਂ ਦਾ ਨਾਂ ਲਿਆ। ਸੇਖੋਂ ਦਾ ਨਾਂ ਇਕ ਅਕਾਲੀ ਆਗੂ ਨਾਲ ਜੁੜਿਆ ਹੋਇਆ। ਹੁਣ ਮੈਂ ਤੁਹਾਨੂੰ ਦੱਸਦਾ, ਜਿਹੜਾ ਭਗਵਾਨਪੁਰੀ ਹੈ, ਇਹਦੇ ਕੋਲੋਂ ਜੇਲਾਂ ਚੋਂ ਬਰਾਮਦ ਕਿੰਨੇ ਮੋਬਾਇਲ ਤੇ ਸਿਮ ਕਾਰਡ ਪ੍ਰਾਪਤ ਹੋਏ। ਇਕ ਰਿਪੋਰਟ ਦੇ ਵਿਚ, ਜਿਹੜੀ ਰਿਪੋਰਟ ਹੈ ਉਹਦੇ ਵਿਚ ਇਹ ਦੱਸਿਆ ਇਹ DGP ਜੇਲਾਂ ਨੇ ਕਿ ਪੰਜਾਬ ਦੇ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਇਕ ਰਿਪੋਰਟ ਦਾ ਹਵਾਲਾ ਦਿੱਤਾ, ਜਿਹਦੇ ਵਿਚ ਕਿਹਾ ਗਿਆ ਕਿ ਪੰਜਾਬ ਦੀਆਂ ਜੇਲਾਂ ਚ ਬੰਦ ਭਗਵਾਨਪੁਰੀਆ ਤੇ ਹੋਰ ਗੈਂਗਸਟਰਾਂ ਕੋਲੋਂ ਮੋਬਾਇਲ ਤੇ ਸਿਮ ਕਾਰਡ ਬਰਾਮਦ ਹੋਏ ਨੇ। ਸਾਲ 2014 ਚ ਪੰਜਾਬ ਦੀਆਂ ਜੇਲਾਂ ਚੋ 703 ਮੋਬਾਇਲ ਤੇ ਸਿਮ ਕਾਰਡ ਬਰਾਮਦ ਹੋਏ। 2015 ਚ 369, 2016 ਚ 960, 2017 ਚ 1966, 2018 ਚ 1538 ਤੇ 2019 ਚ ਫਿਰ 1791 ਮੋਬਾਇਲ ਤੇ ਸਿਮ ਬਰਾਮਦ। ਹੁਣ ਡਿਪਟੀ CMR ਰੰਧਾਵਾ ਤੇ ਜੱਗੂ ਭਗਵਾਨਪੁਰੀ ਦੇ ਆਪਸੀ ਸਬੰਧਾਂ ਦਾ ਵੀ ਆਪਾਂ ਜ਼ਿਕਰ ਕਰੇ ਲਈਏ ਤਾਂ ਉਹ ਵੀ ਚੱਲੂਗਾ। ਪੰਜਾਬ ਪੁਲਿਸ ਦੀ ਇਸ ਰਿਪੋਰਟ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਗੈਂਗਸਟਰ ਜੱਗੂ ਭਗਵਾਨਪੁਰੀ ਦੇ ਨਾਲ ਸੰਬੰਧ ਹੋਣ ਦੇ ਦੋਸ਼ ਲਾਏ ਨੇ। ਉਧਰ ਰੰਧਾਵਾ ਸਾਹਿਬ ਨੇ ਨਕਾਰਤਾ ਇਨ੍ਹਾਂ ਦੋਸ਼ਾਂ ਨੂੰ। ਰਿਪੋਰਟ ਦੇ ਵਿਚ ਜੱਗੂ ਭਗਵਾਨਪੁਰੀਏ ਖਿਲਾਫ਼ ਦਰਜ ਕੇਸਾਂ ਬਾਰੇ ਵੀ ਜਾਣਕਾਰੀ ਲਿਖੀ ਹੋਈ ਹੈ, ਸਾਰਾ ਕੁਝ ਉਹਦੇ ਵਿਚ ਹੈ ਰਿਪੋਰਟ ਦੇ। ਸਾਲ 2010 ਤੇ ਭਗਵਾਨਪੁਰੀਆ ਖਿਲਾਫ਼ ਕੁੱਲ 4 ਕੇਸ ਦਰਜ ਹੋਏ ਤੇ 2011 ਚ 6, 2012 ਚ ਵੀ 6, 2013 ਚ 5, 2014 ਚ 17, 2015 ਚ 10 ਕੇਸ ਦਰਜ ਹੋਏ। ਜਦੋਂ ਰੰਧਾਵਾ ਜੇਲ ਮੰਤਰੀ ਸਨ ਤਾਂ ਅਕਾਲੀ ਦਲ ਨੇ ਉਨ੍ਹਾਂ ਤੇ ਗੈਂਗਸਟਰ ਭਗਵਾਨਪੁਰੀਏ ਨਾਲ ਸੰਬੰਧ ਹੋਣ ਦੇ ਦੋਸ਼ ਲਾਏ ਸੀ, ਪਰ ਜਾਂਚ ਰਿਪੋਰਟ ਚ ਕਿਹਾ ਗਿਆ ਕਿ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਕਿਤੇ ਵੀ ਸਾਬਤ ਨਹੀਂ ਹੁੰਦਾ ਕਿ ਰੰਧਾਵਾ ਦਾ ਭਗਵਾਨਪੁਰੀਏ ਨਾਲ ਕੋਈ ਸੰਬੰਧ ਹੈ ਜਾਂ ਸੀ ਜਾਂ ਕੋਈ ਸੰਬੰਧ ਰਿਹਾ। ਇਹਦੇ ਉਲਟ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬਾਰੇ ਰਿਪੋਰਟ ਚ ਲਿਖਿਆ ਗਿਆ ਕਿ ਉਹ ਕਥਿਤ ਤੌਰ ਤੇ ਵੱਖ ਵੱਖ ਅਪਰਾਧਿਕ ਤੱਤਾਂ ਦੀ ਸਰਪ੍ਰਸਤੀ ਕਰਦਾ ਰਿਹਾ। ਰਿਪੋਰਟ ਚ ਇਹ ਵੀ ਲਿਖਿਆ ਕਿ ਗ੍ਰਹਿ ਵਿਭਾਗ ਸਵੀਰ ਕੋਲ ਹੋਣ ਦੇ ਬਾਵਜੂਦ ਮਜੀਠੀਆ ਪੁਲਿਸ ਤੇ ਕੰਟਰੋਲ ਰੱਖਦਾ ਸੀ। ਗੱਲ ਤਾਂ ਇਹ ਹੈ, ਹੁਣ ਤੁਸੀਂ ਆਪ ਅੰਦਾਜ਼ੇ ਲਾ ਲਓ ਅੱਗੇ ਕਿੱਧਰ ਨੂੰ ਜਾਣਾ ਤੇ ਕੀ ਕਰਨਾ ਇਹਦੇ ਬਾਰੇ। ਚਲੋ ਅਗਲੀ ਜੇ ਟਾਈਮ ਹੋਊਗਾ ਆਪਾਂ ਅਗਲੀ ਗੱਲ ਜ਼ਰੂਰ ਕਰਾਂਗੇ, ਪਰ ਇੱਕ ਲੈ ਲਈਏ ਛੋਟੀ ਜਿਹੀ ਬ੍ਰੇਕ। ਬਈ ਟਰੱਕ ਵੀ ਨਵਾਂ ਲੈ ਲਿਆ, ਕੰਮ ਵੀ ਬਹੁਤ ਹੈ, ਸਾਰਾ ਦਿਨ ਬਿਜ਼ੀ ਵੀ ਰਹੀਦਾ, ਪਰ ਫੇਰ ਵੀ ਬਚਦਾ ਕੁਛ ਨੀ, ਉੱਤੋਂ ਕੰਪਨੀ ਚੰਗੀ ਨੀ ਮਿਲਦੀ। ਬਾਈ ਦੁਖੀ ਹੋਣ ਵਾਲੀ ਕੋਈ ਗੱਲ ਨੀ, ਲੱਗਦਾ ਤੂੰ ਹੰਟਰ ਐਕਸਪ੍ਰੈਸ ਵਾਲਿਆਂ ਬਾਰੇ ਨੀ ਸੁਣਿਆ। ਹੰਟਰ ਐਕਸਪ੍ਰੈਸ ਵਾਲਿਆਂ ਨੂੰ ਲੋੜ ਹੈ ਡਰਾਈਵਰਸ ਦੀ, ਓਨਰ ਆਪਰੇਟਰ ਲੋਕਲ ਤੇ ਡੈਡੀਕੇਟਿਡ ਰਨਸ ਲਈ।
मिशिगन तो लाराइडो टेक्सस लई। चंगी तनखा, वीकली होम टाइम, हेल्थ बेनिफिट्स, वीकली पे, नवे ट्रक 2019-21 मॉडल। आज ही हेलरी हुणा नु कॉल करो 313-307-4185 या फिर असद पट जी नु 313-694-0831। सो याद रखो हंटर एक्सप्रेस। वैसे तो समा थोड़ा, मैं चाहुंदा सी के अगले मुद्दे ते भी गल कीती जावे कि किस तरीके दे नाल जिहड़ियां साडे भारत दे विच बड़ा कुछ हो रहा है जी। सब तो माड़े दौर दे विचों लंघ रहा है इस टाइम जे आपां कहिए भारत। हजारां भारती इस्त्रियां दे वल्लों आत्महत्यावां दे पिछे बहुत वड्डे वड्डे कारण ने। किहड़े कारण ने उह वी आपां कर सकदे हां, थोड़े शब्दों में कोशिश कर लें, चार पांच मिनट का समय है। आत्महत्यावां दी आपां गल करदे हां, आसानी नाल रोकण योग हुंदियां ने पर जे सही टाइम ते रोकी जाण। जेकर तुसीं किसी नूं इक सैकंड दे लई रोक दिओ तां इन्हां दे रोकण दीआं संभावनावां काफी हो जांदीआं। औरतां बेहद शक्तिशाली हुंदियां ने पर किसी चीज नूं बर्दाश्त करन दी भी कोई हद हुंदी। हुण जिहे राष्ट्रीय अपराध रिकॉर्ड ब्यूरो जिन्हों NCRB असीं कहने आं उहदे वल्लों अंकड़े जारी होए ने, उहनां दे मुताबक पिछले साल 22,372 औरतां ने अपनी जान लै ली। एक अनुमान दे मुताबक रोजाना 61 औरतां आत्महत्या करदियां जां देश च हर रोज 25 मिनट च इक औरत आत्महत्या करदे। मैं गल कल्ली औरतां दी करूंगा। अज भारत 2020 च होईयां कुल 153,052 आत्महत्यावां दे विच आत्महत्या करन वालियां जिहड़ियां गृहणियां जिहड़ियां के जिहड़ियां परिवारक स्त्रियां उन गिणती 15% दे नेड़े। 1997 जदों NCRB ने व्यापारक आधार ते अंकड़े इकट्ठे करे सी, हर साल 20,000 तों वध घरेलू औरतां हत्यावां करदियां सी। हालांकि रिपोर्टां हमेशा जिहियां आत्महत्यावां लई घरेलू परेशानी दा कारण हुंदियां ने उही दस्सदियां ने, पर औरतां दीआं आत्महत्यावां पिछे कई कारण हो सकदे ने। मानसिक सेहत माहिरां मुताबक औरतां वल्लों आत्महत्या करन पिछे मुख कारण वड्डी पद्धर ते होण वाली घरेलू हिंसा हुंदी। इक सरकारी सर्वेखण दौरान 30% औरतां ने दस्सिया कि उन्हां ने व्याहता जिहड़ा हिंसा नूं बर्दाश्त कीता ते रोजाना दी औखी मेहनत पति पत्नी दे जीवन नूं औखा बना रही है ते व्याहता जीवन च उन्हां दा सांह घुटण लगदा। वाराणसी दी इक क्लीनिक दी मनोविज्ञानक डॉक्टर है उषा वर्मा श्रीवास्तव, ਉਹ ਕਹਿੰਦੀ ਹੈ ਕਿ ਆਮ ਤੌਰ ਤੇ 18 ਸਾਲ ਦੀ ਉਮਰ ਦੇ ਬਾਅਦ ਕੁੜੀਆਂ ਦਾ ਵਿਆਹ ਹੋ ਜਾਂਦਾ ਤੇ ਉਹ ਇੱਕ ਬੇਟੀ ਤੋਂ ਨੂੰਹ ਦੀ ਭੂਮਿਕਾ ਚ ਆ ਜਾਂਦੀਆਂ ਨੇ। ਉਹਨਾਂ ਦਾ ਸਮਾਂ ਖਾਣ ਪਕਾਉਣ ਘਰ ਦੇ ਦੂਜੇ ਕੰਮਾਂ ਚ ਲੰਘ ਜਾਂਦਾ। ਉਹਨਾਂ ਦੀ ਸਿੱਖਿਆ ਤੇ ਸੁਪਨੇ ਹੁਣ ਉਹ ਜਿਹੜੇ ਨੇ ਮਹੱਤਵ ਨਹੀਂ ਰੱਖਦੇ। ਉਹਨਾਂ ਦੀਆਂ ਆਸ਼ਾਵਾਂ ਹੌਲੀ ਹੌਲੀ ਬੁੱਝਣ ਲੱਗਦੀਆਂ ਨੇ ਤੇ ਉਹਨਾਂ ਚ ਨਿਰਾਸ਼ਾ ਪੈਦਾ ਹੋਣ ਲੱਗਦੀ ਹੈ। ਉਹਨਾਂ ਦੀ ਹੋਣ ਸਿਰ ਪਰੇਸ਼ਾਨੀ ਦਾ ਸ਼ਿਕਾਰ ਬਣ ਜਾਂਦੀ। संयुक्त राष्ट्र ने 2030 तक दुनिया च आत्महत्यावां दी एक तिहाई कमी का निशाना रखा भी घटनिया चाहिए, पर पिछले साल साडे देश ने हमेशा तरक्की हो करी है भावे कोई भी काम होवे। सो पिछले साल साडे देश च आत्महत्यावां च 10% वाधा होया। यकीनी ही यह अत्यंत चिंताजनकता हैगा जिन्हों दूर करन दे लई ਉਨ੍ਹਾਂ ਕਾਰਨਾਂ ਨੂੰ ਖਤਮ ਕਰਨ ਦੀ ਲੋੜ ਹੈ ਜੋ ਆਤਮ ਹੱਤਿਆ ਦਾ ਕਾਰਨ ਬਣਦੀਆਂ ਨੇ, ਜਿਨ੍ਹਾਂ ਚ ਘਰੇਲੂ ਕਲੇਸ਼, ਤੰਗ ਪਰੇਸ਼ਾਨ ਕਰਨਾ, ਆਰਥਿਕ ਸਮੱਸਿਆਵਾਂ, ਸੈਕਸ ਵਤੀਰੇ ਆਦਿ ਸ਼ਾਮਲ ਨੇ। ਜਿਸ ਤਰ੍ਹਾਂ ਚੀਨ ਸਰਕਾਰ ਔਰਤਾਂ ਨੂੰ ਟਾਸਕ ਫੋਰਸ ਸ਼ਾਮਲ ਕਰ ਰਹੀ ਹੈ, ਜੇ ਭਾਰਤ ਚ ਕੁਝ ਵੀ ਅਜਿਹਾ ਹੋਵੇ ਸ਼ਾਇਦ ਆਤਮ ਹੱਤਿਆਵਾਂ ਚ ਕਮੀ ਆ ਸਕਦੀ ਹੈ। ਪਰ ਰੌਲਾ ਤਾਂ ਇਹ ਹੈ ਨਾ, ਫੈਸਲਾ ਕਿਹਨੇ ਕਰਨਾ? ਭਾਰਤੀ ਲੀਡਰ ਬਾਹਲੇ औरतां प्रति जान रुख नहीं हैगे क्योंकि ब्याह ही नहीं हैगे। औरतां नूं गिणदे ही कख नहीं, आउणे नहीं दिंदे नेड़े किसे गल दे विच। सलाह कित्थों करनगे, किहदे नाल करनगे? एक लीडर दा ब्याह होना एक जिवें एक परिवार दे विच
ਮਾਲਕ ਤਿਮੀ ਬਹਿ ਕੇ ਗੱਲਾਂ ਕਰਦੇ ਨੇ, ਪਰਿਵਾਰ ਨੂੰ ਚਲਾਉਣਾ ਕਿਵੇਂ ਇੱਦਾਂ ਦੇਸ਼ ਚਲਾਉਣਾ ਪੈਂਦਾ। ਕੱਲੀ ਚਾਹੇ ਔਰਤ ਹੈ ਚਾਹੇ ਬੰਦਾ ਆਦਮੀ ਹੈ ਮਨੁੱਖ ਹੈ, ਦੇਸ਼ ਜਾਂ ਪਰਿਵਾਰ ਨਹੀਂ ਚਲਾ ਸਕਦੇ, ਦੋਹਾਂ ਦਾ ਸੁਮੇਲ ਹੋਣਾ ਬਹੁਤ ਜ਼ਰੂਰੀ। ਸੇ ਗੱਲਾਂ ਕਰਨੀਆਂ ਸੀ, ਅੱਜ ਸਮਾਂ ਥੋੜ੍ਹਾ ਹੈ। ਥੈਂਕ ਯੂ ਹੈ, ਧੰਨਵਾਦ ਹੈ, ਤੁਸੀਂ ਸਾਥ ਦਿੱਤਾ ਹੈ। ਮੈਂ ਲੈ ਕੇ ਆਉਣਾ ਟਹਿਣਾ ਸਾਹਿਬ ਨੂੰ, ਜੁੜੇ ਰਹੋ ਰੇਡੀਓ ਚੰਡ ਪਰਦੇਸੀ ਦੇ। ਆਪਣੇ ਰਾਕੇਸ਼ ਭਾਜੀ ਕਿੰਨੇ ਚੰਗੇ ਨੇ, ਸੁਨੀਤਾ ਭੈਣ ਜੀ ਦਾ ਕਿੰਨਾ ਧਿਆਨ ਰੱਖਦੇ ਨੇ। ਏਦਾਂ ਦਾ ਕੀ ਕਰਤਾ ਰਾਕੇਸ਼ ਨੇ ਜਿਹੜੇ ਤੂੰ ਉਹਦੇ ਤਰੀਫਾਂ ਦੇ ਪੁਲ ਬੰਨੀ ਜਾਣੀ ਹੈ। ਸੁਨੀਤਾ ਭੈਣ ਜੀ ਦੀ ਲਾਈਫ ਨੂੰ ਪੂਰੀ ਤਰ੍ਹਾਂ ਸਿਕਿਓਰ ਕਰਤਾ ਉਹਨਾਂ ਨੇ। ਉਹ ਕਿੱਦਾਂ? ਇੰਸ਼ੋਰੈਂਸ ਕਰਾ ਕੇ, ਘਰ ਦੀ, ਗੱਡੀ ਦੀ, ਹੈਲਥ ਦੀ, ਸਭ ਸਿਕਿਓਰ ਹੈ ਉਹਨਾਂ ਦੀ ਫੈਮਿਲੀ ਦਾ। ਪਰ ਇੰਸ਼ੋਰੈਂਸ ਕਰਾਈਏ ਕਿਸ ਤੋਂ? ਤੈਨੂੰ ਤਾਂ ਪਤਾ ਹੀ ਹੈ ਟਰਮਸ ਐਂਡ ਕੰਡੀਸ਼ਨ ਵਾਲੇ ਚੱਕਰ ਚ ਪਹਿਲਾਂ ਕੁਝ ਹੋਰ ਤੇ ਬਾਅਦ ਚ ਕੁਝ ਹੋਰ ਨਿਕਲਦਾ। ਫਿਰ ਤੁਸੀਂ ਇੱਕ ਵਾਰ ਪੌਲ ਇੰਸ਼ੋਰੈਂਸ ਵਾਲੇ ਪੌਲ ਧਨੇਜਾ ਜੀ ਨੂੰ ਜਰੂਰ ਮਿਲੋ। ਟਰੈਕਿੰਗ ਵਾਲੇ ਵੀਰਾਂ ਲਈ ਆਟੋ ਤੇ ਹੋਮ ਇੰਸ਼ੋਰੈਂਸ ਤੇ ਸਪੈਸ਼ਲ ਡਿਸਕਾਊਂਟ। ਨਾਲ ਹੀ ਜੇ ਤੁਸੀਂ ਕਿਸੇ ਹੋਰ ਪ੍ਰੋਫੈਸ਼ਨ ਜਿਵੇਂ ਰੀਅਲ ਸਟੇਟ, ਮੌਰਗੇਜ, ਅਕਾਊਂਟਿੰਗ ਜਾਂ ਨਰਸ ਦੀ ਫੀਲਡ ਵਿੱਚ ਕੰਮ ਕਰਦੇ ਹੋ ਤਾਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ 51% ਤੱਕ ਘੱਟ ਕਰਵਾ ਸਕਦੇ ਹੋ। ਡਿਸੇਬਿਲਿਟੀ ਦੇ ਸਪੈਸ਼ਲ ਪੈਕੇਜ ਅਵੇਲੇਬਲ ਹੈ। ਵਰਕ ਪਰਮਿਟ ਵਾਲੇ ਵੀ ਡਿਸੇਬਿਲਿਟੀ ਤੇ ਲਾਈਫ ਇੰਸ਼ੋਰੈਂਸ ਲੈ ਸਕਦੇ ਹਾਂ। ਆਪਣੇ ਪ੍ਰੋਫੈਸ਼ਨ ਤੇ ਡਿਸਕਾਊਂਟ ਬਾਰੇ ਜਾਣਨ ਲਈ ਇਹਨਾਂ ਨੂੰ ਜ਼ਰੂਰ ਪੁੱਛੋ। ਪੌਲਸ ਇੰਸ਼ੋਰੈਂਸ ਬ੍ਰੋਕਰ ਡੀਲਿੰਗ ਵਿਦ ਆਟੋ, ਹੋਮ, ਡਿਸੇਬਿਲਿਟੀ, ਸੁਪਰਵੀਜ਼ਰ ਲਾਈਫ ਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ। ਅੱਜ ਹੀ ਕਾਲ ਕਰੋ 647-408-4039। ਨੰਬਰ ਫੇਰ ਨੋਟ ਕਰ ਲੋ 647-408-4039। ਜਾਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰੋ pulseinsurance.ca। ਸੋ ਯਾਦ ਰੱਖੋ, ਪੌਲਸ ਇੰਸ਼ੋਰੈਂਸ, ਇੰਸ਼ੋਰ ਵੀ ਤੇ ਸਿਕਿਓਰ ਵੀ। ਉਹ ਬਾਈ ਕਿਹੜੀਆਂ ਸੋਚਾਂ ਡੁੱਬਿਆ ਪਿਆ? ਹੋਰ ਟਰੱਕ ਕਿਵੇਂ ਚੱਲਦਾ ਤੇਰਾ? ਉਹ ਯਾਰ ਟਰੱਕ ਬਾਰੇ ਸੋਚ ਰਿਹਾ ਸੀ, ਲੋਡ ਵੀ ਤਿਆਰ ਹੈ, ਕੱਲ ਨੂੰ ਜਾਣਾ ਵੀ ਹੈ, ਪਰ ਅਲਾਈਨਮੈਂਟ ਕਰਾਉਣ ਵਾਲੀ ਪਈ ਹੈ, ਨਾਲੇ ਟਰੱਕ ਦੇ ਟਾਇਰ ਘਸੇ ਜੇ ਪਏ ਹੈ। ਸਮਝ ਨਹੀਂ ਆਉਂਦੀ ਵੀ ਹੁਣ ਇੰਨੀ ਛੇਤੀ ਕੰਮ ਕਿਵੇਂ ਕਰਾਵਾਂ, ਜਾਂ ਫਿਰ ਲੋਡ ਕਿਸੇ ਹੋਰ ਨੂੰ ਦੇਣਾ ਪਊ। ਹੁਣ ਨਾ ਬਾਈ, ਕਿਉਂ ਨੁਕਸਾਨ ਕਰਦਾ? ਮੈਨੂੰ ਲੱਗਦਾ ਤੁਸੀਂ ਗਿੱਲ ਟਾਇਰ ਸੈਂਟਰ ਵਾਲਿਆਂ ਬਾਰੇ ਨਹੀਂ ਸੁਣਿਆ, 24/7 ਸਰਵਿਸ ਹੈ ਉਹਨਾਂ ਦੀ। ਲੈ ਬਾਈ, ਫਿਰ ਤਾਂ ਮੈਂ ਅੱਜ ਹੀ ਜਾਣਾ ਗਿੱਲ ਟਾਇਰ ਸੈਂਟਰ ਵਾਲਿਆਂ ਕੋਲੇ। ਗਿੱਲ ਟਾਇਰ ਸੈਂਟਰ 24/7 ਰੋਡ ਸਾਈਡ ਅਸਿਸਟੈਂਟ ਵਿਦ ਇਨ GTA, ਉਹ ਵੀ ਕੰਪੀਟੀਟਿਵ ਪ੍ਰਾਈਸਿਸ ਆਫ ਟਾਇਰਸ ਅਤੇ ਬਹੁਤ ਘੱਟ ਇੰਸਟਾਲੇਸ਼ਨ ਫੀਸ। ਗਿੱਲ ਟਾਇਰ ਸੈਂਟਰ ਤੇ ਤੁਹਾਨੂੰ ਮਿਲਦੀ ਹੈ ਸੁਵਿਧਾ, ਵੀਲ ਬੈਲੈਂਸਿੰਗ, ਕਾਰ, SUV, ਟਰੱਕ ਅਤੇ ਟ੍ਰੇਲਰ, ਵੀਲ ਅਲਾਈਨਮੈਂਟ, ਨਵੇਂ ਅਤੇ ਯੂਜ਼ ਟਾਇਰਸ ਵੀ ਤੁਹਾਨੂੰ ਇੱਥੋਂ ਮਿਲਦੇ ਹਨ। ਇੱਥੋਂ ਤੁਹਾਨੂੰ ਮਿਲਦਾ ਹੈ ਹਰ ਬ੍ਰਾਂਡ ਦਾ ਟਾਇਰ, ਨਾਰਥ ਅਮਰੀਕਨ, ਚਾਈਨੀਜ਼, ਫਿਲੀਪੀਨਸ। ਜੇ ਆਪਣੀ ਕਾਰ ਦੇ ਟਾਇਰਾਂ ਨੂੰ 4 ਚੰਦ ਲਾਣੇ ਹੋਣ ਤਾਂ ਹਮੇਸ਼ਾ ਯਾਦ ਰੱਖੋ ਗਿੱਲ ਟਾਇਰ ਸੈਂਟਰ। ਅੱਜ ਹੀ ਕਾਲ ਕਰੋ ਗਿੱਲ ਟਾਇਰ ਸੈਂਟਰ 647-987-0066। ਨੰਬਰ ਇੱਕ ਵਾਰੀ ਫੇਰ ਨੋਟ ਕਰ ਲੋ 647-987-0066। ਬਾਈ ਬਹੁਤ ਭੁੱਖ ਲੱਗੀ ਆ, ਆਪਾਂ ਹਾਈਵੇ 70 ਤੇ ਜਾ ਰਹੇ ਹਾਂ ਤੇ ਉੱਥੋਂ 465 ਲੈ ਕੇ ਐਗਜ਼ਿਟ 4 ਤੇ ਰੁਕਾਂਗੇ। ਬਾਈ ਉੱਥੇ ਕੀ ਖਾਸ ਹੈ ਜਾ? ਉੱਥੇ ਮਿੱਤਰਾਂ ਦਾ ਢਾਬਾ, ਨਾ ਤੈਨੂੰ ਪੰਜਾਬ ਯਾਦ ਕਰਾਤਾ ਤਾਂ ਮੈਨੂੰ ਕਹਿ ਦੀ। ਬਾਈ ਪਹਿਲਾਂ ਵਾਲੀ ਨਾ ਕਰਿਓ, 2 ਦਿਨ ਬਹੁਤ ਪੇਟ ਖਰਾਬ ਰਿਹਾ ਮੇਰਾ। ਨਾ, ਉੱਥੇ ਪੂਰੀ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ, ਨਾਲੇ ਉੱਥੇ ਆਪਾਂ ਬਹਿ ਕੇ ਰੋਟੀ ਖਾਈਏ ਜਾਂ ਪੈਕ ਕਰਾ ਕੇ ਨਾਲ ਲੈ ਲਈਏ, ਮਰਜ਼ੀ ਆਪਣੀ ਹੈ। ਚਲੋ ਬਾਈ ਚੱਲੀਏ ਫਿਰ ਆਪਾਂ। ਮਿੱਤਰਾਂ ਦਾ ਢਾਬਾ, ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਇੰਡੀਅਨ ਫੂਡ। ਟਰੱਕਾਂ ਵਾਲੇ ਵੀਰਾਂ ਲਈ ਇੱਥੇ ਰੁਕਣ ਦਾ ਵੀ ਪ੍ਰਬੰਧ ਹੈ, ਨਾਲ ਹੀ ਤੁਸੀਂ ਇੱਥੇ ਹਰ ਤਰ੍ਹਾਂ ਦਾ ਡਰਿੰਕ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ। 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਵਿਜ਼ਟਰ ਫਿਊਲ ਦੇ ਸਾਹਮਣੇ। ਚਾਹੇ ਤੁਸੀਂ ਹਾਈਵੇ 70, 69, 65 ਜਾਂ 74 ਤੇ ਆ ਰਹੇ ਹੋ, ਤੁਸੀਂ ਆਣਾ ਹੈ 465 ਐਗਜ਼ਿਟ 4 ਮਿੱਤਰਾਂ ਦਾ ਢਾਬਾ, ਇੰਡੀਅਨ ਐਪਲਸ ਇੰਡੀਆਨਾ, ਹਾਈਵੇ 70। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਰਬ ਅਤੇ ਦੀਪ ਨੂੰ 317-786-1022 317-786-1022। ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ, ਸਤਿ ਸ੍ਰੀ ਅਕਾਲ ਜੀ, ਚੜ੍ਹਦੀ ਕਲਾ ਹੋਣੀ ਚਾਹੀਦੀ। ਟਹਿਣਾ ਸਾਹਿਬ, ਸਭ ਤੋਂ ਪਹਿਲਾਂ ਮੌਸਮ ਬਾਹਰ ਕੀ ਕਹਿੰਦਾ? ਸਾਡੇ ਤਾਂ ਇਸ ਵਾਰੀ ਪਹਿਲੀ ਵਾਰੀ ਹੈ, ਮੇਰਾ ਖਿਆਲ 20-25 ਸਾਲਾਂ ਚ ਮੈਂ ਦੇਖ ਰਿਹਾ ਜਦੋਂ ਬਿਨਾਂ ਸਨੋਹ ਤੋਂ, ਬਿਨਾਂ ਬਰਫਬਾਰੀ ਤੋਂ ਕ੍ਰਿਸਮਿਸ ਦਾ ਦਿਹਾੜਾ ਲੰਘ ਗਿਆ ਤੇ ਇਹ ਸਾਲ ਦੇ ਵਿਚ ਬਿਲਕੁਲ ਵੀ ਬਰਫਬਾਰੀ ਨਹੀਂ ਹੋਣੀ। ਅਗਲੇ ਸਾਲ ਕਦੋਂ ਹੋਊਗੀ ਇਹ ਜੇ ਪਤਾ ਨਹੀਂ, ਪਰ ਜੇ ਦੂਜੇ ਪਾਸੇ ਗੱਲ ਕਰੀਏ ਸਿਆਟਲ ਵਾਲੇ ਪਾਸੇ, ਵੈਨਕੂਵਰ ਸਾਈਡ ਜਿਹੜੀ ਕੈਨੇਡਾ ਦੇ, ਤਾਂ ਉੱਥੇ ਕੱਲ ਚੰਗੀ ਬਰਫਬਾਰੀ ਹੋਈ ਹੈ। ਕਈ ਮੈਚ ਜਿਹੜੇ ਨੇ ਉਹ ਰੋਕ ਦਿੱਤੇ ਗਏ ਨੇ ਜਿੱਥੇ ਕਦੇ ਪਹਿਲਾਂ ਬਰਫਬਾਰੀ ਨਹੀਂ ਹੋਈ।
ਕੀ ਕਹੋਗੇ ਮੌਸਮ ਬਾਹਰ ਤੁਹਾਡੇ ਆਪਣੇ ਦੇਸ਼ ਵਿਚ? ਦੇਖੋ ਜੀ, ਪੰਜਾਬ ਦੇ ਵਿਚ ਠੰਡ ਪੂਰੀ ਹੈ ਇਸ ਵੇਲੇ, ਪਰ ਇਹ ਹੈ ਵੀ ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲ ਜਾਂਦੀ ਹੈ, ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲਣ ਦੇ ਕਰਕੇ ਤੇ ਰਾਤ ਨੂੰ ਜਿਹੜੀ ਸਾਰੀ ਹੈ ਉਹ ਉਸ ਹਿਸਾਬ ਦੇ ਨਾਲ ਨਹੀਂ ਰਹਿੰਦੀ, ਪਰ ਜੇਕਰ ਦਿਨੋਂ ਵੀ ਧੁੱਪ ਨਾ ਨਿਕਲੇ ਬੱਦਲਵਾਈ ਹੋਵੇ ਤੇ ਫਿਰ ਧੁੰਦ ਕੋਰਾ ਤਰੇਲ ਆ ਜਿਹੜੀ ਉਹ ਆਪਦਾ ਕਹਿਰ ਵੱਧ ਦਿਖਾਉਂਦੀ ਹੈ। ਮੈਂ ਕੱਲ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਇਹ ਗੱਲ ਲਿਖੀ ਸੀ ਕਿ ਪੰਜਾਬ ਦੇ ਵਿੱਚ ਨਵੇਂ ਸਾਲ ਵਾਲੇ ਦਿਨ ਤੱਕ ਕੋਰਾ ਧੁੰਦ ਤਰੇਲ ਇਵੇਂ ਜਾਰੀ ਰਹਿਣੀ ਹੈ ਤੇ ਨਵੇਂ ਸਾਲ ਦੀ ਸਵੇਰ ਹੈ ਜਿਹੜੀ ਉਹ ਬੇਹੱਦ ਧੁੰਦ ਦੇ ਵਿੱਚ ਹੋਣੀ ਹੈ। ਪਹਿਲੀ ਤਰੀਕ ਨੂੰ ਵੀ ਬੇਹੱਦ ਧੁੰਦ ਪੈਣੀ ਆ, ਮਤਲਬ ਇਹ ਆ ਵੀ ਪੰਜਾਬ ਦੇ ਵਿੱਚ ਆਉਂਦੇ ਦੋ ਹਫ਼ਤਿਆਂ ਦੇ ਵਿੱਚ ਧੁੰਦ ਪੂਰੀ ਜ਼ਬਰਦਸਤ ਰਹਿਣੀ ਆ ਤੇ ਮੀਂਹ ਪੈਣ ਦੀ ਸੰਭਾਵਨਾ ਕੋਈ ਨਹੀਂ ਦੱਸੀ ਗਈ, ਪਰ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਦਿਨ ਦੇ ਵੇਲੇ ਧੁੱਪ ਨਿਕਲਦੀ ਰਿਹਾ ਕਰੂਗੀ। ਸੋ ਪਹਾੜੀ ਖੇਤਰਾਂ ਦੀ ਜੇ ਗੱਲ ਕਰਦੇ ਹਾਂ, ਉੱਥੇ ਬੇਹੱਦ ਬਰਫ਼ਬਾਰੀ ਹੋਈ ਹੈ, ਉੱਧਰ ਮੌਸਮ ਬਾਹਲਾ ਠੰਡਾ, ਜਿਹਦੇ ਕਰਕੇ ਮੈਦਾਨੀ ਖੇਤਰਾਂ ਦੇ ਉੱਤੇ ਵੀ ਅਸਰ ਹੋ ਰਿਹਾ ਤੇ ਬਾਕੀ ਕੁਦਰਤ ਦੇ ਰੰਗ ਹੈ ਜੀ। ਬਹੁਤੀ ਵਾਰ ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ ਉਰੇ ਪਰੇ ਵੀ ਹੋ ਜਾਂਦੀਆਂ, ਇਹ ਪਤਾ ਨਹੀਂ ਹੋਊਗੀ ਕਿ ਨਹੀਂ, ਇਹ ਵਕਤ ਦੱਸੂਗਾ ਜੀ। ਟਹਿਰਾ ਸਾਹਿਬ, ਇਹ ਤਾਂ ਗੱਲ ਸੱਚੀ ਹੈ ਤੁਹਾਡੀ, ਮੌਸਮ ਵਿਭਾਗ ਦੇ ਹਿਸਾਬ ਨਾਲ ਵੀ ਚੱਲਣਾ ਪੈਂਦਾ, ਕੁਛ ਵੀ ਹੋ ਜਾਂਦਾ। ਪਰ ਮੈਂ ਅੱਜ ਇੱਕ ਗੱਲ ਕਿਸੇ ਬੁੱਧੀਜੀਵੀ ਦੀ ਗੱਲ ਪੜ੍ਹਦਾ ਸੀ, ਕਹਿੰਦਾ ਚੋਣਾਂ ਜਿੱਤ, ਜਦੋਂ ਚੋਣਾਂ ਚ ਜਿੱਤ ਪ੍ਰਾਪਤ ਹੁੰਦੀ ਆ ਜਿਹੜੀ ਪਾਰਟੀ ਦੀ, ਇੱਕ ਕਿਸਮ ਨਾਲ ਉਹਦੀ ਹਾਰ ਹੁੰਦੀ ਆ। ਇਹ ਉਹਨੇ ਕਿਹੜੇ ਸੰਦਰਭ ਚ ਕਹੀ ਉਹ ਤਾਂ ਬਾਅਦ ਚ ਪਤਾ ਲੱਗੂ, ਪਰ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਵਿੱਚ ਆਪ ਨੂੰ ਭਾਵੇਂ ਸਭ ਤੋਂ ਵੱਧ ਸੀਟਾਂ ਮਿਲੀਆਂ ਨੇ, ਪਰ 35 ਦੇ ਵਿੱਚੋਂ ਕੁੱਲ 14 ਹੀ ਮਿਲੀਆਂ ਨੇ। ਆਪਣਾ ਮੇਅਰ ਬਣਾਉਣ ਦੇ ਲਈ ਕਾਫੀ ਕਸ਼ਮਕਸ਼ ਕਰਨੀ ਪਊਗੀ, ਕਿਵੇਂ ਲੈਂਦੇ ਹੋ ਇਸ ਤਰੀਕ ਨੂੰ, ਕੀ ਇਹਦਾ ਅਸਰ ਪੰਜਾਬ ਦੀਆਂ ਚੋਣਾਂ ਤੇ ਪਊ? ਦੇਖੋ ਗੱਲ ਇਹ, ਟੋਣਾ ਸਾਹਿਬ ਦੀ ਪਹਿਲੀ ਵਾਰ ਚੋਣ ਲੜੀ ਹੋਵੇ ਤੇ ਪਹਿਲੀ ਵਾਰ 35 ਤੋਂ 14 ਸੀਟਾਂ ਮਿਲ ਜਾਣ, ਮੈਂ ਤਾਂ ਇਹਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਮੰਨਦਾ ਜੀ। ਉਹਦਾ ਕਾਰਨ ਇਹ ਹੈ ਵੀ ਪਿਛਲੇ ਨਾ 3-4 ਰਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ 2-3 ਲੀਡਰਾਂ ਦੇ ਨਾਲ ਮੇਰੀ ਗੱਲਬਾਤ ਹੋਈ, ਉਹ ਖੁਦ ਹੀ ਗੱਲ ਕਹਿ ਰਹੇ ਸੀ ਵੀ ਸਾਨੂੰ ਸੀਟਾਂ ਮਿਲਣਗੀਆਂ 3-5 ਤੱਕ, 3 ਵੀ ਮਿਲ ਸਕਦੀਆਂ, 5 ਵੀ 4 ਵੀ ਮਿਲ ਸਕਦੀਆਂ। ਮਤਲਬ ਇਹ ਹੈ ਵੀ ਇੰਨੀ ਵੱਡੀ ਸਫਲਤਾ ਦੀ ਆਸ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਵੀ ਨਹੀਂ ਕੀਤੀ ਸੀ। ਤੇ ਦੇਖੋ ਨੇਤਾਵਾਂ ਨੇ ਜਾ ਕੇ ਪ੍ਰਚਾਰ ਕੀਤਾ ਸੀ, ਉਹਨਾਂ ਦੇ ਕੰਮ ਕਾਏ ਸੀ ਨਾ ਅਸੀਂ, ਉਹ ਜਦੋਂ ਆਪ ਨੀ ਇੰਨੇ ਆਸਵੰਦ ਸੀ, ਪਰ ਲੋਕਾਂ ਨੂੰ ਉਹਨਾਂ ਤੋਂ ਆਸਾਂ ਵੱਧ ਸੀ ਚੰਡੀਗੜ੍ਹ ਦੇ ਲੋਕਾਂ ਤੋਂ, ਚੰਡੀਗੜ੍ਹ ਦੇ ਲੋਕਾਂ ਨੂੰ ਇਹਦਾ ਅਰਥ ਤਾਂ ਆਪਾਂ ਇਹੀ ਕੱਢਦੇ ਹਾਂ। ਤਾਂ ਆਪਾਂ ਇਹ ਗੱਲ ਕਹਿ ਦਈਏ ਵੀ ਭਾਈ ਭਾਜਪਾ ਤੇ ਲੋਕ ਅੱਗੇ ਵਾਲੇ ਪਏ ਸੀ, ਉਹਨਾਂ ਨੇ ਕਿਹਾ ਜੀ ਕਿ ਕਾਂਗਰਸ ਵੀ ਨੀ ਚੋਣੀ, ਭਾਜਪਾ ਵੀ ਨੀ ਚੋਣੀ, ਹੋਰ ਜਿਹੜਾ ਮਰਜ਼ੀ ਹੈ ਜੀ। ਇਹਦਾ ਮਤਲਬ ਇਹ ਵੀ ਹੈ ਵੀ ਭਾਈ ਰਵਾਇਤੀ ਪਾਰਟੀਆਂ ਚੰਦ ਵੱਡੀਆਂ, ਅਕਾਲੀ ਦਲ ਨੂੰ ਇੱਥੇ ਨਗਰ ਨਿਗਮ ਦੀਆਂ ਚੋਣਾਂ ਚੰਡੀਗੜ੍ਹ ਚ ਕੱਲ 1 ਸੀਟ ਮਿਲੀ ਹੈ, ਬੀਜੇਪੀ ਨੂੰ 12 ਮਿਲ ਗਿਆ, ਕਾਂਗਰਸ ਨੂੰ ਵੀ ਥੋੜੀਆਂ ਮਿਲ ਗਿਆ, ਪਰ ਗੱਲ ਇਹ ਕਿ 14 ਸੀਟਾਂ ਮਿਲ ਜਾਣੀਆਂ ਤੇ ਇਹ ਵੀ ਗੱਲ ਸੱਚੀ ਹੈ ਕਿ ਬਹੁਮਤ ਕਿਸੇ ਦੇ ਕੋਲੇ ਵੀ ਨਹੀਂ, ਨਾ ਆਮ ਆਦਮੀ ਪਾਰਟੀ ਦੇ ਕੋਲੇ ਆ, ਨਾ ਭਾਜਪਾ ਕੋਲੇ ਆ, ਨਾ ਕਾਂਗਰਸ ਕੋਲੇ ਆ, ਨਾ ਕਿਸੇ ਹੋਰ ਕੋਲੇ ਆ। ਪਰ ਇਸ ਦੇ ਬਾਵਜੂਦ ਜਿਹੜੀ ਇਹ ਜਿੱਤ ਆ, ਇਹ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਵਰਕਰਾਂ ਦੇ ਹੌਸਲੇ ਬੁਲੰਦ ਕਰਨ ਵਾਲੀ ਹੈ ਜੀ। ਵੱਡੀ ਗੱਲ ਮੰਨਦਾ ਕਿਉਂਕਿ ਹੌਸਲੇ ਬੁਲੰਦ ਹੁੰਦੇ ਕੁਦਰਤੀ ਇਹਦੇ ਨਾਲ, ਉਹਦਾ ਕੀ ਨਤੀਜਾ ਨਿਕਲਦਾ, ਸੀਟਾਂ ਤੇ ਫਰਕ ਪੈਂਦਾ ਜਾਂ ਨਹੀਂ ਪੈਂਦਾ, ਇਹ ਨੀ ਮੈਂ ਕਹਿੰਦਾ। ਜੇ ਮੰਨ ਲਓ ਬੀਜੇਪੀ ਨੂੰ ਹੁਣ ਬਹੁਮਤ ਮਿਲ ਜਾਂਦਾ ਇਸੇ ਨਗਰ ਨਿਗਮ ਦੀਆਂ ਚੋਣਾਂ ਚ, ਉਹਨਾਂ ਦੇ ਵੀ ਤਾਂ ਹੌਸਲੇ ਬੁਲੰਦ ਹੋਣੀ ਸੀ ਵੀ ਦੇਖੋ ਜੀ ਅਸੀਂ ਪਹਿਲੀ ਵਾਰ ਇਕੱਲੇ ਤੌਰ ਦੇ ਉੱਤੇ ਚੋਣ ਲੜੀ ਹੈ ਤੇ ਜੇ ਸਾਨੂੰ ਚੰਡੀਗੜ੍ਹ ਦੇ ਵਿੱਚ ਮੌਕਾ ਮਿਲ ਗਿਆ ਇੱਦਾਂ ਫਿਰ ਮੇਅਰ ਬਣਾਉਣ ਦਾ, ਤੇ ਅਸੀਂ ਦੇਖੋ ਜੀ ਆਉਂਦੇ ਸਮੇਂ ਦੇ ਵਿੱਚ ਕਮਾਲ ਕਰਾਂਗੇ ਪੰਜਾਬ ਦੇ ਵਿੱਚ ਵੀ। ਪੰਜਾਬ ਤੋਂ ਕਿਹੜਾ ਚੰਡੀਗੜ੍ਹ 2500 ਕਿਲੋਮੀਟਰ ਦੂਰ ਹੈ, ਨਾਲ ਹੀ ਤਾਂ ਹੈ, ਸਾਡੀ ਰਾਜਧਾਨੀ ਹੈ, ਉਹਦਾ ਅਸਰ ਪੰਜਾਬ ਦੀਆਂ ਚੋਣਾਂ ਤੇ ਵੀ ਪੈਣਾ ਸੀ। ਜੇ ਮੰਨ ਲਓ ਕਾਂਗਰਸ ਨੂੰ ਬਹੁਤ ਮਿਲ ਜਾਂਦਾ, ਉਹਨਾਂ ਨੇ ਕਿਹਾ ਸੀ ਕਿ ਲੋਕ ਸਾਡੇ ਵੱਲ ਆਸਤੀ ਨਿਗਾਹ ਨਾਲ ਦੇਖ ਰਹੇ ਆ, ਸਾਨੂੰ ਬਹੁਤ ਵੱਡੀ ਉੱਥੇ ਬਹੁਤ ਮਿਲ ਗਿਆ, ਵੱਧ ਸੀਟਾਂ ਮਿਲ ਗਿਆ, ਅਸੀਂ ਹੁਣ ਪੰਜਾਬ ਚ ਵੀ ਕਮਾਲ ਕਰਾਂਗੇ। ਹੁਣ ਪੰਜਾਬ ਦੇ ਵਿੱਚ ਜਿਹੜੇ ਵਲੰਟੀਅਰ ਦਾ ਨੇਤਾ, ਉਹਨਾਂ ਦੇ ਕੋਲੇ ਇੱਕ ਤਾਂ ਇਹ ਗੱਲ ਕਹਿਣ ਦਾ ਮੌਕਾ ਮਿਲ ਗਿਆ ਵੀ ਜੇਕਰ ਚੰਡੀਗੜ੍ਹ ਦੇ ਲੋਕ ਇਹ ਸੋਚ ਸਕਦੇ ਆ ਵੀ ਭਾਈ ਆਮ ਆਦਮੀ ਪਾਰਟੀ ਦੇ ਮੌਕਾ ਦੇ ਗਏ, ਪੰਜਾਬ ਦੇ ਲੋਕ ਵੀ ਕਿਉਂ ਸੋਚਣ। ਦੂਜੀ ਗੱਲ ਉਹ ਕਹਿ ਸਕਦੇ ਵੀ ਜੇਕਰ ਝੱਖੜ ਦੇ ਵਿੱਚ ਜਿੱਥੇ ਮੇਅਰ ਵੀ ਇਹਦਾ ਦਾ ਹੋਵੇ, ਜਿੱਥੇ ਬੀਜੇਪੀ ਦੇ ਸੰਸਦ ਮੈਂਬਰ ਹੋਵੇ, ਰਾਜਪਾਲ ਵੀ ਬੀਜੇਪੀ ਨੇ ਲਾਇਆ ਹੋਵੇ, ਕੇਂਦਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੋਵੇ, ਤੇ ਇਸ ਦੇ ਬਾਵਜੂਦ ਜੇਕਰ ਲੋਕ ਜਿਹੜੇ ਪੜ੍ਹੇ ਲਿਖੇ ਆ ਉਹ ਬਦਲਾਅ ਦੀ ਮੰਗ ਕਰਦੇ ਆ, ਤਾਂ ਫਿਰ ਉਹਦੀ ਉਦਾਹਰਣ ਇੱਥੇ ਪੰਜਾਬ ਚ ਪੇਸ਼ ਹੋਊਗੀ। ਸੋ ਮੈਨੂੰ ਲੱਗਦਾ ਜੀ ਕਿ ਇਹ ਇੱਕ ਆਮ ਆਦਮੀ ਪਾਰਟੀ ਦੀ ਵੱਡੀ ਪ੍ਰਾਪਤੀ ਹੈ, ਤੇ ਇਸ ਪ੍ਰਾਪਤੀ ਦੀ ਜਿੱਤ ਦਾ ਨਸ਼ਾ ਕਿਹੋ ਜਿਹਾ ਕਿ ਆਮ ਆਦਮੀ ਪਾਰਟੀ ਦੇ ਲੰਘੇ ਕੱਢ 4 ਘੰਟਿਆਂ ਦੇ ਵਿੱਚ 3 ਪ੍ਰੈਸ ਕਾਨਫਰੰਸਾਂ ਕਰਤੀਆਂ। ਪਹਿਲੀ ਕੀਤੀ ਰਾਘਵ ਚੱਡਾ ਨੇ, ਉਹ ਕਹਿੰਦਾ ਜੀ ਕਿ ਬਸ ਤੁਸੀਂ ਦੇਖਿਓ ਕਿਸੇ ਤਾਂ ਫਿਲਮ ਦਾ ਇਹ ਟ੍ਰੇਲਰ ਹੀ ਆ,
ਪੂਰੀ ਫਿਲਮ ਤਾਂ ਪੰਜਾਬ ਦੇ ਵਿੱਚ ਬਣੀ ਹੈ। ਫਿਰ ਆ ਗਿਆ ਭਗਵੰਤ ਮਾਨ ਘੰਟੇ ਬਾਅਦ, ਭਗਵੰਤ ਮਾਨ ਦੇ ਨਾਲ ਅਲੱਗ ਬਚਾਂਦਾ ਬੈਠ ਗਿਆ। ਉਹ ਕਹਿੰਦਾ ਜੀ ਕਿ ਦੇਖੋ ਇਹ ਤਾਂ ਹਲੇ ਟ੍ਰੇਲਰ ਆ, ਪੂਰੀ ਫਿਲਮ ਪੰਜਾਬ ਚ ਚੱਲੂਗੀ ਤੇ ਪੰਜਾਬ ਦੇ ਲੋਕ ਪਹਿਲਾਂ ਹੀ ਬੜੇ ਬੜਾਈ ਬੈਠੇ ਆ ਵੀ ਭਾਈ ਐਸਕੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਆਉਣੀ ਆ। ਉਸ ਤੋਂ ਦੋ ਘੰਟੇ ਬਾਅਦ ਦਿੱਲੀ ਨੂੰ ਪਹਿਲਾਂ ਆ ਗਿਆ ਮਨੀਸ਼ ਸਿਸੋਦੀਆ, ਫਿਰ ਉਹਨੇ ਕੀਤੀ ਪ੍ਰੈਸ ਕਾਨਫਰੰਸ। ਉਹ ਕਹਿੰਦੇ ਜੈਸੇ ਆਜ ਹਮਕੋ ਯਹਾਂ ਪਰ ਸੀਟੇ ਮਿਲੀ ਹੈ, ਪੰਜਾਬ ਨੂੰ ਵੀ ਇਸੇ ਤਰੀਕੇ ਸੇ ਮਿਲੇਗੀ। ਹੁਣ ਪਰ ਜਿਹੜੀ ਗੱਲ ਟੈਕਨੀਕਲ ਆ, ਉਹ ਨਵਾਂ ਪੰਗਾ ਪਊਗਾ, ਉਹ ਜਦੋਂ ਬਹੁਤ ਕਿਸੇ ਕੋਲ ਨਹੀਂ ਤਾਂ ਕਿਸੇ ਦੇ ਨਾਲ ਤਾਂ ਗਠਜੋੜ ਕਰਨਾ ਪਊਗਾ ਹੀ। ਜੇ ਮੰਨ ਲਓ ਆਮ ਆਦਮੀ ਪਾਰਟੀ ਕਾਂਗਰਸ ਦੇ ਨਾਲ ਗਠਜੋੜ ਕਰਦੀ ਹੈ ਤਾਂ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਕਹਿਣੀ ਹੈ ਵੀ ਭਾਈ ਇਹ ਤਾਂ ਦਿੱਲੀ ਦੇ ਵਿੱਚ ਪਹਿਲੀ ਵਾਰ ਸਰਕਾਰ ਬਣਾਈ ਸੀ ਜਦੋਂ ਬਹੁਤ ਨਹੀਂ ਮਿਲਿਆ ਆਮ ਆਦਮੀ ਪਾਰਟੀ ਨੂੰ, ਉਹ ਵੀ ਕਾਂਗਰਸ ਨਾਲ ਮਿਲ ਕੇ ਬਣਾਈ ਸੀ। ਇਹ ਕਾਂਗਰਸ ਦੀ ਡਿਊਟੀ ਨਾ ਇਕੱਠੀ ਹੈ, ਇਸ ਕਰਕੇ ਲੋਕੋ ਸਮਝੋ ਕਿ ਹੋਰ ਕਿਸੇ ਨਾਲ ਆਮ ਆਦਮੀ ਪਾਰਟੀ ਗਠਜੋੜ ਨਹੀਂ ਕਰ ਸਕਦੀ, ਕਿਉਂਕਿ ਉਧਰ ਅਕਾਲੀ ਦਲ ਦੇ ਕੋਲ ਸਿਰਫ ਇੱਕ ਸੀਟ ਆ, ਬੀਜੇਪੀ ਦੇ ਕੋਲ 12, ਉਹਨਾਂ ਨੇ ਰਾਤ ਦਾ ਮੁੱਖ ਰੌਲਾ, ਉਹਦੇ ਨਾਲ ਕਿਵੇਂ ਗਠਜੋੜ ਹੋਊ। ਸੋ ਆਉਂਦੇ ਸਮੇਂ ਦੇ ਵਿੱਚ ਅੜਿੱਕਾ ਹੋਊਗਾ, ਨਾ ਬੀਜੇਪੀ ਦੇ ਕੋਲ ਬਹੁਮਤ ਆ, ਨਾ ਉਸ ਨਾਲ ਗਠਜੋੜ ਕਰ ਸਕਦੇ। ਜਾਂਦਾ ਹੋਵੇ ਵੀ 7-8 ਹਜ਼ਾਰ ਜਿੱਤ ਗਏ, ਉਹ ਆਪਾਂ ਨਾਲ ਜੋੜ ਲਈਏ, ਉਹ ਵੀ ਗੱਲ ਹੋਗੀ। ਸੋ ਆਉਂਦੇ ਸਮੇਂ ਦੇ ਵਿੱਚ ਇਹ ਇੱਕ ਵੱਖਰੀ ਗੱਲ ਹੋਊਗੀ। ਪਰ ਕੱਲ੍ਹ ਵੇਖੋ ਚਮਤਕਾਰ ਹੋਇਆ ਵੀ ਇੱਕ ਸਧਾਰਨ ਬੰਦਾ ਆਮ ਆਦਮੀ ਪਾਰਟੀ ਦਾ, ਉਹਨੇ ਬੀਜੇਪੀ ਦੇ ਮੌਜੂਦਾ ਮੇਅਰ ਨੂੰ ਵੀ ਹਰਾਤਾ ਤੇ 14 ਵੋਟਾਂ ਦੇ ਫਰਕ ਨਾਲ ਹਰਾਇਆ। ਤੇ ਜਿਹੜਾ ਡਿਪਟੀ ਮੇਅਰ ਆ ਉਹ ਬੜੀ ਮੁਸ਼ਕਲ ਦੇ ਨਾਲ ਆਪਣੀ ਇੱਜ਼ਤ ਬਚਾਉਣ ਚ ਕਾਮਯਾਬ ਹੋਇਆ, ਥੋੜੀਆਂ ਕੁ ਵੋਟਾਂ ਦੇ ਫਰਕ ਦੇ ਨਾਲ ਉਹ ਜਿੱਤ ਗਿਆ, ਇਹ ਤਾਂ ਉਹਦਾ ਕੰਮ ਵੀ ਹੋ ਗਿਆ ਸੀ। ਸੋ ਅਕਾਲੀ ਦਲ ਜਿਹੜਾ ਉਹਦੀ ਪ੍ਰਾਪਤੀ ਇਹ ਆ ਕਿ ਪਿਛਲੀ ਵਾਰ ਵੀ ਉਹਦੀ ਇੱਕ ਸੀਟ ਸੀ, ਐਤਕੀ ਵੀ ਇੱਕ ਆ। ਚਲੋ ਫਿਰ ਵੀ ਇੱਜ਼ਤ ਬਚਾ ਗਏ। ਟਹਿਣਾ ਸਾਹਿਬ, ਇੱਕ ਸਾਬਕਾ ਮੇਅਰ ਨੇ ਕੁਲਵੰਤ ਸਿੰਘ ਮੋਹਾਲੀ ਤੋਂ, ਪਤਾ ਲੱਗਾ ਉਹ ਆਪਣੇ ਸਾਥੀਆਂ ਸਣੇ ਆਪ ਪਾਰਟੀ ਸ਼ਾਮਲ ਹੋ ਗਏ, ਨਤੀਜੇ ਆਉਣ ਲੱਗ ਗਏ, ਤੇ ਮੋਹਾਲੀ ਤੋਂ ਉਹਨਾਂ ਨੂੰ ਆਪ ਦੀ ਟਿਕਟ ਲੜ ਸਕਦੇ ਨੇ ਵਿਧਾਨ ਸਭਾ ਦੀ ਚੋਣ ਵਾਸਤੇ, ਇਹ ਵੀ ਦੱਸਿਓ ਮਾੜਾ ਜਿਹਾ। ਹਾਂ ਬਿਲਕੁਲ ਜੀ, ਇਹ ਤੁਹਾਡੀ ਗੱਲ ਸਹੀ ਹੈ ਕਿ ਜਿਹੜੇ ਕੁਲਵੰਤ ਸਿੰਘ ਆ ਉਹਨਾਂ ਦੀ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਚੰਗੀ ਪਛਾਣ ਆ। ਮੈਨੂੰ ਚੰਗੀ ਤਰ੍ਹਾਂ ਚੇਤੇ ਆ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਉਹਨਾਂ ਨੂੰ ਮੇਅਰ ਦਾ ਕੁਰਸੀ ਦਾ ਰੌਲਾ ਪਿਆ ਸੀ, ਫਿਰ ਉਹ ਅਦਾਲਤ ਚਲੇ ਗਏ ਸੀ, ਉਦੋਂ ਬੜਾ ਰੌਲਾ ਪਿਆ ਤੇ ਇਹ ਆਪਣੀ ਕੁਰਸੀ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਸੀ। ਕੁਲਵੰਤ ਸਿੰਘ ਨੂੰ ਰਾਜਨੀਤਿਕ ਤਜਰਬਾ ਵੀ ਹੋਗਾ ਤੇ ਕੁਲਵੰਤ ਸਿੰਘ ਨੂੰ ਧੱਕੜ ਵੀ ਹੋਗਾ ਮੋਹਾਲੀ ਦੇ ਖੇਤਰ ਦੇ ਵਿੱਚ, ਤੇ ਕੁਲਵੰਤ ਸਿੰਘ ਦਾ ਚੰਗਾ ਕਾਰੋਬਾਰ ਵੀ ਹੈਗਾ। ਸੋ ਕੁਲਵੰਤ ਸਿੰਘ ਦਾ ਆਉਣਾ ਤੇ ਇਸੇ ਗੱਲ ਦਾ ਸੰਕੇਤ ਆ ਆਮ ਆਦਮੀ ਪਾਰਟੀ ਦੇ ਵਿੱਚ ਕਿ ਸ਼ਾਇਦ ਉਹ ਆਲੇ ਦੁਆਲੇ ਦੇ ਕਿਸੇ ਵੀ ਖੇਤਰ ਤੋਂ ਚੋਣ ਲੜਨ ਦੀ ਸੰਭਾਵਨਾ ਜਿਹੜੀ ਹੈਗੀ ਹੈ। ਸੋ ਆਮ ਆਦਮੀ ਪਾਰਟੀ ਨੂੰ ਇਸ ਪ੍ਰਾਪਤੀ ਤੋਂ ਬਾਅਦ, ਇਹ ਵੀ ਪੁੱਠ ਦੇ ਸ਼ਾਲਾ ਮਾਰੀ ਜਾਣ, ਇਸ ਪ੍ਰਾਪਤੀ ਤੋਂ ਬਾਅਦ ਇਹਨਾਂ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਹੋਰ ਵਾਧਾ ਹੋ ਜਾਂਦਾ, ਕਿਉਂਕਿ ਚੰਡੀਗੜ੍ਹ ਦੇ ਲੋਕ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਅੰਤਰ ਹੈ, ਚੰਡੀਗੜ੍ਹ ਦੀਆਂ ਸਮੱਸਿਆਵਾਂ ਤੇ ਪੰਜਾਬ ਦੀਆਂ ਸਮੱਸਿਆਵਾਂ ਵਿੱਚ ਵੀ ਅੰਤਰ ਹੈ, ਚੰਡੀਗੜ੍ਹ ਦੀ ਭੂਗੋਲਿਕ ਸਥਿਤੀ ਤੇ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਵਿੱਚ ਵੀ ਫਰਕ ਹੈ, ਕਿਉਂਕਿ ਇੱਥੇ ਵੀ ਪੰਜਾਬ ਦੇ ਲੋਕ ਪਹਿਲੇ ਤਾਂ ਹੋਗੇ ਆ ਵੀ ਭਾਈ ਅਸੀਂ ਬਦਲਾਅ ਚਾਹੁੰਦੇ ਹਾਂ, ਅਸੀਂ ਬਦਲਾਅ ਚਾਹੁੰਦੇ ਹਾਂ, ਪਰ ਰਾਤ ਨੂੰ ਜਿਹੜੀ ਇੱਕ ਰਾਤ ਪਹਿਲਾਂ ਪਗੂਆ ਪਰੇਡ ਚੱਲਦੀ ਹੈ ਉਹਦੇ ਕਰਕੇ ਬੜਾ ਕੁਝ ਬਦਲਦਾ। ਸੋ ਇਸ ਗੱਲ ਦੇ ਨਾਲ ਮੈਂ ਸਹਿਮਤ ਕਰੀ ਦਾ ਵੀ ਭਾਈ ਲੋਕ ਦਾਰੂ ਪੀ ਕੇ ਵੋਟਾਂ ਪਾਉਣ, ਪਰ ਅਸੀਂ ਇਹ ਪੀ ਕੇ ਰੁਪਈਏ ਲੈ ਕੇ ਵੋਟਾਂ ਪਾਉਂਦੇ ਰਹੇ ਹਾਂ ਤੇ ਸਾਡਾ ਜਲੂਸ ਕਿਵੇਂ ਨਿਕਲਿਆ ਗਿਆ, ਤੇ ਇਹਦੇ ਵੱਲ ਸਾਨੂੰ ਖਿਆਲ ਜ਼ਰੂਰ ਕਰਨਾ ਚਾਹੀਦਾ। ਮੈਂ ਨਹੀਂ ਕਹਿੰਦਾ ਖਿਲਾੜਿਆਂ ਨੂੰ ਵੋਟਾਂ ਪਾਓ, ਪਰ ਚੰਗਿਆਂ ਨੂੰ ਪਾਉਣੀਆਂ ਚਾਹੀਦੀਆਂ, ਸਾਨੂੰ ਇਹ ਗੱਲ ਧਿਆਨ ਦੇਣੀ ਚਾਹੀਦੀ ਕਿ ਡਾਕਾ ਖਿਲਾੜੇ ਨੂੰ ਪਾਉਂਦਾ ਸੀ, ਨਹੀਂ ਵੀ ਤਾਂ ਪਾਉਣੀ ਪੈਂਦੀ ਆ। ਉਹ ਇੱਕ ਵਾਰੀ ਜਿਹੜਾ ਸਰਪੰਚ ਆ ਉਹਨੇ ਸਾਡਾ ਬੰਦਾ ਛੁਡਵਾਇਆ ਸੀਗਾ ਥਾਣੇਦਾਰ ਨੂੰ ਕਹਿ ਕੇ, ਤੇ ਸਰਪੰਚ ਨੂੰ ਫੋਨ ਕਰਵਾਇਆ ਸੀਗਾ MLA ਤੋਂ ਤੇ ਫਲਾਣਾ ਆਇਆ ਹੋਇਆ ਸੀ, ਢੀਂਗੜਾ ਆਇਆ ਹੋਇਆ ਸੀ, ਸਾਡੇ ਮਸਲੇ ਆਹ ਹੀ ਆ। ਹੁਣ ਮੇਰਾ ਕੋਈ ਜਾਣਕਾਰ ਆ ਉਹ ਕਹਿੰਦਾ ਵੀ ਸਾਡੇ ਪਿੰਡ ਦੇ ਵਿੱਚ 50% ਲੋਕ ਵੋਟਾਂ ਕਿਵੇਂ ਪਾਉਂਦੇ ਨੇ, ਕਿਵੇਂ ਕਹਿੰਦੇ ਉਹਨਾਂ ਨੇ MLA ਦੇ ਕੋਲ ਬੰਦਾ ਛੁਡਵਾਉਣਾ ਹੁੰਦਾ, ਵੀ ਯਾਰ ਸਾਡਾ ਹੈਲਮਟ ਨੀ ਸੀਗਾ ਮੁੰਡੇ ਕੋਲੇ ਤੇ ਉਹਨੂੰ ਮਾੜਾ ਜਿਹਾ ਕਹਿ ਦੇ ਵੀ ਚਲਾਨ ਕੱਟਿਆ ਜਾਊਗਾ, ਆਹ ਸਾਡੀ ਲੜਾਈ ਹੋ ਗਈ ਸੀ, ਉਹ ਥਾਣੇ ਦੇ ਵਿੱਚ ਮਾੜਾ ਜਿਹਾ ਕਹਿ ਦਿਓ ਤੇ ਬੰਦੇ ਤੇ ਕਾਰਵਾਈ ਨਾ ਹੋਵੇ। ਤੇ ਮੈਂ ਕਿਹਾ ਪੁੱਠੇ ਕੰਮ ਹੀ ਕਿਉਂ ਕਰਦੇ, ਜੇ ਪੁੱਠੇ ਕੰਮ ਬੰਦ ਕਰ ਦਿਓ ਤਾਂ ਇਹਨਾਂ ਨੂੰ ਲੋੜ ਹੀ ਨਾ ਪਵੇ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਟਹਿਣਾ ਸਾਹਿਬ ਜੇ ਗੱਲ ਕਰੀਏ ਹੁਣ ਜਿਹੜੀ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ, 22 ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਐਲਾਨ ਕਰਤਾ ਕਿ ਅਸੀਂ ਇਲੈਕਸ਼ਨ ਲੜਨੀ ਹੈ ਜੀ, ਕਿਸਾਨ ਜਿਹੜਾ ਸਮਾਜ ਮੋਰਚਾ ਵੀ ਬਣਾ ਲਿਆ, ਵੈਸੇ ਤਾਂ ਪਹਿਲਾਂ ਬਹੁਜਨ ਸਮਾਜ ਮੋਰਚਾ ਵੀ ਹੈ, ਇਹ ਕਿਸਾਨ ਸਮਾਜ ਮੋਰਚੇ ਦੇ ਵਿੱਚ ਇਕੱਲੇ ਕਿਸਾਨ ਨੇ, ਸਮਾਜ ਦਾ ਵੀ ਨਹੀਂ ਲੱਗਦਾ ਹੈ ਕੋਈ ਖਾਸ ਨਾ ਸੰਯੁਕਤ ਲੱਗ ਰਿਹਾ ਇਹਦੇ ਵਿੱਚ,
ਕੀ ਸੋਚਦੇ ਓਹਦੇ ਵਿਚ ਕਿੰਨੀ ਕ ਸਿਆਣਪ ਜਿਹੜੀ ਹੈ ਇਹਨਾਂ ਜਥੇਬੰਦੀਆਂ ਨੇ ਵਰਤੀ ਜਾਂ ਕਿੰਨਾ ਕ ਨਫਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਕਿਸਾਨਾਂ ਨੂੰ ਇਸ ਦੇ ਵਿਚ? ਦੇਖੋ ਜੀ, ਇੱਕ ਤਾਂ ਗੱਲ ਇਹ ਹੈ ਬੜੀ ਮਹੱਤਵਪੂਰਨ ਕਿ ਜਿਹੜਾ ਇਹ ਸੰਯੁਕਤ ਸਮਾਜ ਮੋਰਚਾ ਬਣਿਆ ਇਹ 25 ਜਥੇਬੰਦੀਆਂ ਦਾ, ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ 22 ਸੀ, ਇਹ ਕਹਿੰਦੇ ਕਿ 3 ਸਾਡੇ ਨਾਲ ਹੋਰ ਆ, ਕੁੱਲ 32 ਹੈ ਤੇ 7 ਖਿਲਾਫ਼ ਆ। ਜਿਹੜੇ 7 ਖਿਲਾਫ਼ ਆ ਉਹ ਤਾਂ ਇਹ ਗੱਲ ਕਹਿੰਦੇ ਆ ਵੀ ਭਾਈ ਹੁਣ ਇਹਨਾਂ ਲੋਕਾਂ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਵੀ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਰਾਜਨੀਤਿਕ ਧਿਰ ਬਣ ਗਏ ਆ। ਉਧਰੋਂ ਬਾਕੀ ਰਵਾਇਤੀ ਪਾਰਟੀਆਂ ਜਿਨ੍ਹਾਂ ਨੂੰ ਘੇਰਾ ਪਾਉਂਦੇ ਰਹੇ ਹੁਣ ਤੱਕ ਵੀ ਭਾਈ ਅਸੀਂ ਪਿੰਡ ਚ ਵੀ ਵੜਨ ਦੇਣਾ, ਅਸੀਂ ਸ਼ਹਿਰ ਚ ਵੀ ਵੜਨ ਦੇਣਾ, ਉਹਨਾਂ ਨੂੰ ਵੀ ਗੱਲ ਕਰਨ ਦਾ ਮੌਕਾ ਮਿਲ ਗਿਆ। ਉਹ ਕਹਿੰਦੇ ਵੀ ਜਦੋਂ ਅਸੀਂ ਰਾਜਨੀਤਿਕ ਸੀ ਤੇ ਇਹ ਇਕੱਲੇ ਕਿਸਾਨ ਸੀ, ਉਦੋਂ ਸਾਨੂੰ ਘੇਰਾ ਪਾ ਗਿਆ ਸੀ, ਹੁਣ ਇਹ ਵੀ ਸਾਡੇ ਵੱਲੋਂ ਰਾਜਨੀਤਿਕ ਇਸ ਕਰਕੇ ਅਸੀਂ ਵੀ ਘੇਰਾ ਪਾਵਾਂਗੇ। ਆਮ ਆਦਮੀ ਪਾਰਟੀ ਨੇ ਉਹ ਇਸ ਗੱਲ ਆਸਮਾਨ ਦਾ ਵੀ ਸ਼ਹਿਰ ਸਾਡੇ ਨਾਲ ਡਟ ਜੋੜ ਹੋਵੇਗਾ। ਅਕਾਲੀ ਦਲ ਦੇ ਆਗੂ ਇਹ ਗੱਲ ਕਹਿੰਦੇ ਆ ਵੀ ਭਾਈ ਇਹਨਾਂ ਸਵਾਗਤ ਹੈ ਜੀ, ਇਹ ਵੀ ਕਿਉਂ ਲੜਨੀ ਚਾਹੁੰਦੇ ਆ? ਉਧਰੋਂ ਅਕਾਲੀ ਦਲ ਦੇ ਕਿਸੇ ਵਿਰਸਾ ਸਿੰਘ ਬਲਟੋਹਾ ਜੀ, ਉਹਨੇ ਇਹ ਗੱਲ ਕਹੀ ਆ, ਕਹਿੰਦੇ ਜੀ ਦੇਖੋ ਇਹਨਾਂ ਨੇ 6 ਕਰੋੜ ਰੁਪਇਆ ਇਕੱਠਾ ਕੀਤਾ ਬਾਰਡਰ ਤੋਂ ਤੇ 5 ਖਰਚਿਆ ਤੇ ਕਰੋੜ ਹੈਗਾ, ਤੇ ਇਹਨਾਂ ਨੇ ਜਿਹੜੇ ਪੈਸੇ ਖਰਚੇ ਆ ਉਹ ਕਿੱਥੇ ਕਿੱਥੇ ਖਰਚੇ ਹਿਸਾਬ ਦਿੱਤਾ ਗਿਆ ਉਹਨੇ। ਉਧਰੋਂ ਸੁਰਜੀਤ ਕੁਮਾਰ ਜੈਣੀ ਆ, ਉਹ ਕਹਿੰਦੇ ਹਮੇਂ ਤਾਂ ਪਹਿਲਾਂ ਹੀ ਪਤਾ ਥਾ ਕਿ ਇਹ ਤਾਂ ਰਾਜਨੀਤਿਕ ਮਨਸ਼ੇ ਕੇ ਤਹਿਤ ਹੀ ਲਗਾ ਰਹੇ, ਕਿਸਾਨ ਅੰਦੋਲਨ ਕਰ ਰਹੇ, ਇਸ ਕੀ ਵੀ ਅਪਰੂਫ ਹੋ ਗਿਆ। ਸੋ ਇਹਨਾਂ ਸਵਾਲਾਂ ਦੇ ਘੇਰੇ ਦੇ ਵਿੱਚ ਕਿਸਾਨ ਆਗੂ ਪੰਗੀ ਸੱਟੇ ਆ ਗਏ ਹੈ। ਦੂਜੀ ਗੱਲ ਇਹ ਹੈ ਵੀ ਜਿੰਨੀ ਦੇਰ ਤੱਕ ਕਿਸਾਨ ਜਥੇਬੰਦੀਆਂ ਇਕਜੁੱਟ ਨਹੀਂ ਹੁੰਦੀਆਂ ਉਨੀ ਦੇਰ ਤੱਕ ਇਹਨਾਂ ਨੂੰ ਸਫਲਤਾ ਮਿਲਣ ਦੀ ਕੋਈ ਆਸ ਨਹੀਂ। ਉਹਦਾ ਕਾਰਨ ਇਹ ਹੈ ਵੀ 32 ਜਥੇਬੰਦੀਆਂ ਸੱਤਾ ਦੇ ਵੱਲੋਂ ਖਿਲਾਫ ਕੀਤੀ ਜਾ ਰਹੀ ਹੈ, ਉਹਨਾਂ ਸੱਤਾ ਦੇ ਵਿੱਚੋਂ ਇੱਕ ਸਭ ਤੋਂ ਵੱਡੀ ਹੈ ਜੋਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ। ਤੇ ਉਗਰਾਹਾਂ ਫਿਰ ਇਹ ਗੱਲ ਕਹਿ ਚੁੱਕੇ ਵੀ ਭਾਵੇਂ ਕੋਈ ਇੱਥੇ ਤੇ ਭਾਵੇਂ ਕੋਈ ਹਾਰੇ, ਭਾਵੇਂ ਕੋਈ ਜਥੇਬੰਦੀ ਲੜੇ ਤੇ ਭਾਵੇਂ ਚੋਣ ਨਾ ਲੜੇ, ਭਾਵੇਂ ਉਹਨਾਂ ਦਾ MLA ਬਣਦਾ ਤੇ ਭਾਵੇਂ ਜ਼ਮਾਨਤ ਜ਼ਬਤ ਹੁੰਦੀ ਆ, ਅਸੀਂ ਕਿਸੇ ਦੀ ਮਦਦ ਨਹੀਂ ਕਰਾਂਗੇ। ਸੋ ਪਹਿਲਾਂ ਤਾਂ ਬੱਚਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਤੇ ਬਾਅਦ ਦੇ ਵਿੱਚ ਇਹ ਸੋਚਣਾ ਚਾਹੀਦਾ ਜੀ ਕਿ ਕੀ ਇਹਨੇ ਥੋੜੇ ਸਮੇਂ ਦੇ ਵਿੱਚ ਆਪਾਂ 117 ਹਲਕਿਆਂ ਚ ਉਮੀਦਵਾਰ ਖੜੇ ਕਰ ਦੇਣਗੇ, ਕੀ ਇਹਦੇ ਨਾਲ ਸਾਡਾ ਸਨਮਾਨ ਬਚੂਗਾ? ਜੇ ਮੰਨ ਲਓ ਉਦਾਹਰਣ ਦੇ ਤੌਰ ਦੇ ਉੱਤੇ ਕੱਲ ਨੂੰ ਸਾਡਾ ਸਨਮਾਨ ਨਹੀਂ ਬਚਦਾ ਤਾਂ ਇਹ ਵੀ ਇੱਕ ਉਲਟ ਕਹਾਣੀ ਹੈ। ਇੱਕ ਉਹਦੇ ਰਕੇਸ਼ ਸ਼ਿਕਾਇਤ ਚੋਣ ਹਾਰ ਚੁੱਕਿਆ, ਇਹਦੇ ਗੁਰਨਾਮ ਸਿੰਘ ਚੁਨੀ ਵੀ ਹਰਿਆਣੇ ਚ ਚੋਣ ਹਾਰ ਚੁੱਕਿਆ। ਜਿਹੜੇ ਸਾਡੇ ਪੰਜਾਬ ਦੇ ਕਿਸਾਨ ਆਗੂ ਜੇਤੂ ਰਾਉਂਡ ਦੇ ਵਿੱਚ ਆਏ ਆ, ਉਹਨਾਂ ਨੂੰ ਮੇਰਾ ਖਿਆਲ ਆ ਵੀ ਕਾਲੇ ਕਦਮੀ ਇਹ ਫੈਸਲਾ ਨਹੀਂ ਕਰਨਾ ਚਾਹੀਦਾ ਸੀ। ਇਹਨਾਂ ਨੂੰ ਪਹਿਲਾਂ ਆਪਦਾ ਗੁਣਾ ਘਟਾਓ ਤਕਸੀਮ ਕਰਕੇ ਜਾਂ ਤਾਂ ਪਾਰਟੀ ਦਾ ਗਠਨ ਪਹਿਲਾਂ ਕਰਨਾ ਚਾਹੀਦਾ ਸੀ, ਜਾਂ ਅੱਜ ਵੀ ਪ੍ਰੈਸ਼ਰ ਨੂੰ ਆਪਣਾ ਕੇ ਰੱਖਣਾ ਚਾਹੀਦਾ ਸੀ, ਜਾਂ ਫਿਰ ਆਮ ਆਦਮੀ ਪਾਰਟੀ ਨਾਲ ਗਠਜੋੜ ਕਰ ਲੈਂਦੇ ਜਿਵੇਂ ਕਿ ਅੰਦਾਜ਼ੇ ਲੱਗ ਰਹੇ ਆ। ਪਰ ਜੇ ਆਮ ਆਦਮੀ ਪਾਰਟੀ ਨਾਲ ਗਠਜੋੜ ਹੋ ਜਾਂਦਾ ਫਿਰ ਹੋਰ ਗੱਲਾਂ ਕਹਿਣਗੀਆਂ ਵਿਰੋਧੀ ਪਾਰਟੀਆਂ ਕਿ ਭਾਈ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹਨਾਂ ਦੇ ਇਸ਼ਾਰੇ ਦੇ ਉੱਤੇ ਦਿੱਲੀ ਆ ਕੇ ਬੈਠੇ ਆ। ਸੋ ਇੱਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਅਹੁਦੇ ਵਾਲਿਆਂ ਦੇ ਵਿੱਚ ਸਾਹਮਣੇ ਆਉਣਗੀਆਂ। ਦਲਵੀਰ ਸਿੰਘ ਰਾਜੋਵਾਲ ਸੰਯੁਕਤ ਸਮਾਜ ਮੋਰਚਾ ਦੇ CM ਕਿਹੜਾ ਹੋਣਗੇ, ਇਹ ਵੀ ਗੱਲ ਕਹੀ ਗਈ ਹੈ। ਸੋ ਸਮਾਂ ਦੱਸੋ ਜਦੋਂ ਬਣਦਾ ਕੀ ਹੈ, ਪਰ ਮੈਨੂੰ ਇਹ ਲੱਗਦਾ ਕਿ ਕਿਸਾਨ ਆਗੂਆਂ ਦੇ ਮੂੰਹ ਵੱਧ ਚੁਣੌਤੀ ਹੈ, ਕਿਉਂਕਿ ਜਿਹੜੇ ਅਸੀਂ ਦਿੱਲੀ ਦੇ ਵਿੱਚ ਕਿਸਾਨ ਗਏ ਸੀ ਨਾ, ਉਹਨਾਂ ਦੇ ਵਿੱਚ ਅਕਾਲੀ ਵੀ ਆ, ਕਾਂਗਰਸੀ ਵੀ ਆ, ਬਸਪਾ ਵਾਲੇ ਵੀ ਆ, ਆਪ ਵਾਲੇ ਵੀ ਆ, ਹੋਰ ਵੀ ਪਾਰਟੀਆਂ ਦੇ ਵੀ। ਪਰ ਸਾਡਾ ਏਜੰਡਾ ਇੱਕ ਸੀਗਾ ਵੀ ਕਿੰਨੇ ਖੇਤੀ ਗਰੁੱਪ ਰੱਦ ਕਰਵਾਉਣੇ ਆ। ਜਦੋਂ ਉਹ ਰੱਦ ਹੋ ਗਏ ਅਸੀਂ ਵਾਪਸ ਪਿੰਡਾਂ ਨੂੰ ਆ ਗਏ, ਤਾਂ ਅਸੀਂ ਅਕਾਲੀ ਵੀ ਉਵੇਂ ਹੀ ਆ, ਕਾਂਗਰਸੀ ਵੀ ਉਵੇਂ ਹੀ ਆ, ਬਸਪਾ ਵਾਲੇ ਵੀ ਉਵੇਂ ਹੀ ਆ, ਆਪ ਵਾਲੇ ਵੀ ਉਵੇਂ ਹੀ ਆ। ਅਸੀਂ ਜਦੋਂ ਮੁੜ ਕੇ ਆ ਗਏ ਆ ਫਿਰ ਸਾਡੀ ਦੇ ਵਿੱਚ ਕੋਈ ਵਾਹਲੀ ਤਬਦੀਲੀ ਨਹੀਂ ਹੈ। ਹੁਣ ਵੀ ਮੇਰਾ ਖਿਆਲ ਇਹ ਕਹਿਣਗੇ ਕਈ ਕਿਸਾਨ ਆ ਵੀ ਭਾਈ ਸਾਡੇ ਵੋਟਾਂ ਪਾਓ, ਪਰ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਉਹ ਇਹ ਗੱਲ ਕਹਿਣਗੇ ਵੀ ਅਸੀਂ ਤਾਂ ਪਿਤਾ ਪੁਰਖੀ ਕਰ ਲਈ ਹੈ, ਸਾਡੇ ਤਾਂ ਪੀੜ੍ਹੀ ਦਰ ਪੀੜ੍ਹੀ ਕਾਂਗਰਸ ਨੂੰ ਵੋਟਾਂ ਪਾਉਂਦੇ ਆ। ਸੋ ਇਹ ਪ੍ਰਚਾਰ ਕਿਵੇਂ ਕਰ ਦਿੰਦੇ, ਭਵਿੱਖ ਕੀ ਹੋਊਗਾ, ਕੀ ਬਣਨਾ ਚਾਹੀਦਾ, ਕੀ ਨਹੀਂ ਬਣਨਾ ਚਾਹੀਦਾ, ਇਹਦੇ ਵੱਲ ਜ਼ਰੂਰ ਖਿਆਲ ਕਰਨਾ ਚਾਹੀਦਾ ਜੀ। ਜੀ ਬਿਲਕੁਲ ਟਹਿਣਾ ਸਾਹਿਬ, ਜੇ ਦੇਖਿਆ ਜਾਵੇ ਪੰਜਾਬ ਵਿਧਾਨ ਸਭਾ ਦੇ ਵਿਚ ਸਭ ਤੋਂ ਵੱਧ ਸੀਟਾਂ ਜਿਹੜੀਆਂ ਮਾਲਵੇ ਦੇ ਵਿਚ ਨੇ, 60 ਦੇ ਨੇੜੇ ਤੇੜੇ ਜਿਹੜੇ ਨੇ MLA ਜਿੱਤ ਕੇ ਉਥੋਂ ਆਉਣੇ ਨੇ, ਤੇ ਕਿਸਾਨ ਜਥੇਬੰਦੀਆਂ ਚ ਸਭ ਤੋਂ ਵੱਧ ਪ੍ਰਭਾਵ ਵੀ ਅਗਰਾਹਾਂ ਜਥੇਬੰਦੀ ਮਾਲਵੇ ਦੇ ਵਿਚ ਹੈ, ਡਕਾਉਂਦੇ ਵਾਲੇ ਉਹ ਮਾਲਵੇ ਦੇ ਵਿਚ ਨੇ, ਕਿਰਤੀ ਕਿਸਾਨ ਜਿਹੜੀ ਹੈਗੀ ਹੈ ਡਾਕਟਰ ਦਰਸ਼ਨਪਾਲ ਦੀ ਉਹ ਮਾਲਵੇ ਦੇ ਵਿਚ ਹੈ, ਰੋਲਦੂ ਸਿੰਘ ਮਾਲਵੇ ਦੇ ਵਿਚ ਬੈਠਾ ਹੈ, ਹੋਰ 4-5 ਅਜਿਹੇ ਨੇ ਜਿਹੜੇ ਮਾਲਵੇ ਦੇ ਵਿਚ ਬੈਠੇ ਨੇ। ਰਾਜੇਵਾਲ ਸਾਹਿਬ ਖੁਦ ਮਾਲਵੇ ਨਾਲ ਸੰਬੰਧ ਰੱਖਦੇ ਨੇ, ਜਿਨ੍ਹਾਂ ਪ੍ਰਭਾਵ ਖੰਨੇ ਤੇ ਸਮਰਾਲੇ ਨਾਲ ਹੈ, ਲੁਧਿਆਣੇ ਦੇ ਨੇੜੇ ਲਖੋਵਾਲ ਸਾਹਿਬ ਬੈਠੇ ਨੇ। ਹੁਣ ਇਹਨਾਂ ਦਾ ਅਸਰ ਕੀ ਹੋਊਗਾ, ਕਿਉਂਕਿ ਅਗਰਾਹਾਂ ਧੜਾ ਜਿਹੜਾ
ਬਾਕੀ ਦੀਆਂ ਜਥੇਬੰਦੀਆਂ ਚਾਹੇ ਦਰਸ਼ਨ ਪਾਲ ਆਉਣੀ ਹੋਣ ਚਾਹੇ ਡਕਾਉਂਦਾ ਧੜਾ ਹੋਵੇ ਸਾਰੇ ਇਸ ਦੇ ਵਿਰੁੱਧ ਨੇ ਸਮਝੌਤੇ ਦੇ ਇਲੈਕਸ਼ਨ ਦੇ ਲੜਨ ਦੇ ਹੱਕ ਚ ਨਹੀਂ ਹੈਗੇ ਤੇ ਉਗਰਾਹਾਂ ਦੀ ਤਾਂ ਜਥੇਬੰਦੀ ਆ ਜਿਹੜੀ ਉਹਦੀ ਅੱਜ ਮੀਟਿੰਗ ਵੀ ਹੋਣੀ ਹੈ ਸਾਡੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਉਸ ਮੀਟਿੰਗ ਦਾ ਵੀ ਕੋਈ ਨਾ ਕੋਈ ਇਹਨਾਂ ਦੇ ਨਾਲ ਅਸਰ ਪਊਗਾ ਕਿਸ ਤਰੀਕੇ ਦੇ ਨਾਲ ਉਹ ਚੰਨੀ ਦੇ ਨਾਲ ਸਮਝੌਤਾ ਕਰਦੇ ਨੇ ਇਹ ਵੀ ਹੁਣ ਇਸ ਚੀਜ਼ ਨੂੰ ਅੱਗੇ ਰੱਖ ਕੇ ਦੇਖੇ ਜਾਊ ਕਿਉਂਕਿ ਤੁਹਾਨੂੰ ਪਤਾ ਹੀ ਹੈ ਲੀਡਰ ਲੀਡਰ ਹੀ ਹੁੰਦੇ ਨੇ ਜਦੋਂ ਉਨ੍ਹਾਂ ਨੂੰ ਫਿਰ ਆਪਸ ਵਿਚ ਇਕ ਦੂਜੇ ਨੂੰ ਠੀਬੀ ਲਾਉਣੀ ਹੁੰਦੀ ਹੈ ਉਹ ਬੜੇ ਚਲਾਕੀ ਦੇ ਨਾਲ ਲਾ ਜਾਂਦੇ ਨੇ ਰਾਜੇਵਾਲ ਸਾਹਿਬ ਨੇ ਮੈਨੂੰ ਨਹੀਂ ਲੱਗਦਾ ਗ੍ਰਾਹਾਂ ਦੇ ਨਾਲ ਕੋਈ ਸਮਝੌਤਾ ਜਾਂ ਰਾਏ ਕੀਤੀ ਹੋਣੀ ਹੈ ਪਰ ਇਹ ਅਸਰ ਜ਼ਰੂਰ ਪੈ ਜੂਗਾ ਕਿਸਾਨ ਜਿਹੜੇ ਨੇ ਦੋ ਤਿੰਨ ਜਿਹੜੇ ਗਰੁੱਪਾਂ ਦੇ ਵਿਚ ਵੰਡੇ ਜ਼ਰੂਰ ਜਾਣਗੇ ਇਹਦੇ ਨਾਲ ਜੀ ਦੇਖੋ ਗੱਲ ਇਹ ਜੀ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਵਿਚ ਇੱਕ ਇਹਦੀ ਘਾਟ ਦਾ ਇੱਕ ਨਮੂਨਾ ਇਹ ਵੀ ਆ ਵੀ ਸੁਰ ਨਹੀਂ ਮਿਲਦੀ ਇਹਦਾ ਇੱਕ ਬਹੁਤ ਵੱਡਾ ਨਮੂਨਾ ਵੀ ਅੱਜ ਤੱਕ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਹੋਈ ਸੀ ਜਦੋਂ ਗੰਨੇ ਦੇ ਭਾਅ ਦੇ ਲਈ ਉਸ ਤੋਂ ਬਾਅਦ ਜਦੋਂ ਕਸ਼ਮੀਰੀ ਚੰਨੀ ਹੋਰਾਂ ਦੇ ਨਾਲ ਮੀਟਿੰਗ ਹੋਈ ਹੈ ਉਹਨਾਂ ਸਾਰੀਆਂ ਮੀਟਿੰਗਾਂ ਦੇ ਵਿੱਚ ਉਗਰਾਹਾਂ ਜਥੇਬੰਦੀ ਇਕੱਲੇ ਤੌਰ ਦੇ ਉੱਤੇ ਮਿਲਦੀ ਆ ਉਹ ਕਿਸੇ ਵੀ ਜਥੇਬੰਦੀ ਨਾਲ ਮਿਲ ਕੇ ਨਹੀਂ ਜਾਂਦੀ ਉਹਨਾਂ ਦੇ ਨਾਲ ਦੋ ਮੀਟਿੰਗਾਂ ਵੱਖਰੀਆਂ ਕਰਨੀਆਂ ਪੈਂਦੀਆਂ ਕਿਸਾਨਾਂ ਦੇ ਨਾਲ ਇੱਕ ਮੀਟਿੰਗ ਕਰਨੀ ਪੈਂਦੀ ਆ ਕਤਬੇ ਦੇ ਨਾਲ ਇੱਕ ਮੀਟਿੰਗ ਵੱਖਰੀ ਕਰਨੀ ਪੈਂਦੀ ਇੱਕ ਦੇ ਨਾਲ ਜਿਹੜੀ ਆ ਹੁਣ ਹੋਈ ਸੀ ਪਿਛਲੇ ਦਿਨ ਉਹਦੇ ਵਿੱਚ ਵੀ ਇੱਕ ਵੱਖਰੀ ਹੋਈ ਸੀ ਤੇ ਬਾਕੀ ਨਾਲ ਵੱਖਰੀਆਂ ਹੋਈਆਂ ਸੀ ਤੇ ਉਗਰਾਹਾਂ ਹੋਰੀ ਇਹ ਗੱਲ ਕਹਿ ਚੁੱਕੇ ਆ ਜੀ ਕਿ ਅਸੀਂ ਆਪ ਦੀ ਅੱਡ ਕਰਦੇ ਹੁੰਦੇ ਹਾਂ ਅਸੀਂ ਬਾਰਡਰ ਦੇ ਉੱਤੇ ਵੀ ਟਕਰੀ ਤੇ ਅੱਡ ਜਾ ਕੇ ਬੈਠੇ ਸੀ ਅਸੀਂ ਇਹਨਾਂ ਦੇ ਨਾਲ ਕੁਝ ਕੁ ਵਿਚਾਰਧਾਰਕ ਥਾਵਾਂ ਦੇ ਉੱਤੇ ਮਤਭੇਦ ਰੱਖਦੇ ਹਾਂ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਉਂ ਕਹਿੰਦੇ ਹਾਂ ਵੀ ਭਾਈ ਤੁਹਾਨੂੰ ਤੁਸੀਂ ਕੁਛ ਵੀ ਨਹੀਂ ਤੇ ਅਸੀਂ ਬਹੁਤ ਕੁਝ ਹੈ ਪਰ ਹਾਂ ਕੋਈ ਸਾਡੀ ਸੁਰ ਨਹੀਂ ਮਿਲਦੀ ਤੇ ਨਹੀਂ ਮਿਲਦੀ ਅਸੀਂ ਕੋਈ ਲੜਦੇ ਥੋੜੀ ਹਾਂ ਸੋ ਗੱਲ ਇਹ ਵੀ ਕਿ ਆਉਂਦੇ ਦਿਨਾਂ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਕੀ ਫੈਸਲਾ ਕਰਨਗੇ ਇਹ ਬੜਾ ਜ਼ਰੂਰੀ ਹੈ ਪਰ ਮੈਨੂੰ ਵਿੱਚੋਂ ਗੱਲ ਦਾ ਪਤਾ ਲੱਗਾ ਵੀ ਕਿ ਜਿਹੜੇ ਕਿਸਾਨ ਚੋਲਾਂ ਲੜਨ ਦੇ ਚਾਹਵਾਨ ਆ ਉਹਨਾਂ ਨੇ ਕੁਝ ਕੁ ਲੋਕਾਂ ਨੂੰ ਪਾ ਕੇ ਤੇ ਜੋਗਿੰਦਰ ਸਿੰਘ ਉਗਰਾਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਭਾਈ ਤੁਸੀਂ ਵੀ ਸਾਡਾ ਸਮਰਥਨ ਕਰੋ ਤੇ ਆਪਾਂ ਸਾਰੇ ਇੱਕ ਆ ਤੇ ਮਸਲਾ ਵੀ ਮਿਲ ਗਏ ਤੇ ਅੱਗੋਂ ਉਗਰਾਹਾਂ ਹੋਰਾਂ ਦੀ ਗੱਲ ਕਰੀਏ ਤੇ ਸੱਤਾ ਧਿਰ ਵਿੱਚ ਆ ਕੇ ਵੀ ਤੇ ਰਾਜਨੀਤਿਕ ਪਾਰਟੀ ਬਣਾ ਕੇ ਵੀ ਜ਼ਿੰਦਗੀ ਦੇ ਵਿੱਚ ਕਦੇ ਵੀ ਵੱਖ ਵੱਖ ਮੁੱਦਿਆਂ ਦੇ ਉੱਤੇ ਲੜਿਆ ਜਾ ਸਕਦਾ ਇਸ ਕਰਕੇ ਅਸੀਂ ਤਾਂ ਸਿਰਫ ਲੜਨ ਵਾਲੀ ਜਮਾਤ ਆ ਸਾਡੇ ਵੱਲੋਂ ਕੋਈ ਸਰਕਾਰ ਬਣੇ ਨਾ ਬਣੇ ਜਿਹੜਾ ਕੰਮ ਅੱਧਾ ਅਧੂਰਾ ਹੈ ਜਾਂ ਸਾਡੇ ਹਿੱਸੇ ਦੇ ਵਿੱਚ ਲੜਾਈ ਆਈ ਆ ਅਸੀਂ ਰਾਜਨੀਤਿਕ ਤੌਰ ਦੇ ਉੱਤੇ ਕੁਝ ਕਰਨਾ ਹੁੰਦਾ ਤਾਂ ਸ਼ੁਰੂ ਚ ਕਰ ਲੈਂਦੇ ਜਾਂ ਬਹੁਤ ਸਾਲ ਪਹਿਲਾਂ ਹੀ ਕਰ ਲੈਂਦੇ ਸੋ ਇਸ ਕਰਕੇ ਉਗਰਾਹਾਂ ਹੋਰਾਂ ਨੇ ਦੋ ਟੱਕ ਉਦੋਂ ਜਵਾਬ ਦਿੱਤਾ ਸੀ ਮੈਨੂੰ ਇਸ ਗੱਲ ਦੀ 100% ਹੀ ਆਸ ਆ ਕਿ ਭਾਈ ਕਿਸਾਨ ਆਗੂ ਜਿਹੜੇ ਚੋਣ ਲੜਦੇ ਚਾਹਵਾਨ ਆ ਉਹਨਾਂ ਨੂੰ ਜਥੇਬੰਦੀ ਦਾ ਉਗਰਾਹਾਂ ਦਾ ਕੋਈ ਬੜਾ ਸਾਥ ਮਿਲਣਾ ਨਹੀਂ ਜੀ ਜੀ ਉਧਰ ਕੈਪਟਨ ਤੇ ਢੀਂਡਸਾ ਦੇ ਵੱਲੋਂ ਅਮਿਤ ਸ਼ਾਹ ਦੇ ਨਾਲ ਮੇਰਾ ਖਿਆਲ ਦਿੱਲੀ ਦੇ ਵਿੱਚ ਇਹ ਮੀਟਿੰਗ ਹੋਈ ਹੈ ਕੀ ਨਿਕਲੇ ਨਤੀਜੇ ਉਸ ਮੀਟਿੰਗ ਦੇ ਮੁਲਾਕਾਤ ਦੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜਿਹੜੀ ਇਹ ਮੀਟਿੰਗ ਆ ਇਸ ਮੀਟਿੰਗ ਦੇ ਵਿੱਚ ਇਹ ਤੈਅ ਹੋ ਗਿਆ ਹੋਣਾ ਜਾਂ ਹੋ ਰਿਹਾ ਹੋਣਾ ਕਿ ਭਾਈ ਕਿੰਨੀਆਂ ਸੀਟਾਂ ਦੇ ਉੱਤੇ ਚੋਣ ਕਿਹਨੇ ਲੜਨੀ ਹੈ ਗਠਜੋੜ ਤਿੰਨਾਂ ਦਾ ਹੈਗਾ ਹੀ ਹੈ ਪਰ ਯਾਦ ਹੋਣਾ ਟਿਵਾਣਾ ਸਾਹਿਬ ਕਿ ਲਗਭਗ ਇੱਕ ਮਹੀਨਾ ਪਹਿਲਾਂ ਆਪਾਂ ਇਹ ਗੱਲ ਕਹੀ ਸੀ ਵੀ ਢੀਂਡਸਾ ਸਾਹਿਬ ਜੋ ਮਰਜ਼ੀ ਕਹੀ ਜਾਣ ਪਰ ਉਹਨਾਂ ਦੇ ਕੋਲੇ ਵੀ ਹੋਰ ਕੁਛ ਨਹੀਂ ਗਾ ਇਹਨਾਂ ਤੋਂ ਬਿਨਾਂ ਜਦੋਂ ਖ਼ਬਰਾਂ ਆਉਂਦਾ ਹੁੰਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਤੇ ਬੀਜੇਪੀ ਇਕੱਠੇ ਹੋ ਕੇ ਥੋੜਾ ਲੜ ਦਿੰਦੇ ਵੀ ਸ਼ਾਇਦ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਬਣਾ ਲਿਆ ਜਾਵੇ ਕਿ ਮੈਂ ਇਹ ਗੱਲ ਕੁਛ ਮੰਨੇ ਹੋਈ ਹੈ ਤੇ ਉਹਨਾਂ ਨੇ ਬਦਲਣ ਮੰਨਣ ਵਾਲੀ ਕੋਈ ਗੱਲ ਹੈ ਨੀ ਗੇਡੀ ਤੇ ਇਹ ਬਸ ਖ਼ਬਰਾਂ ਦੀ ਹੈ ਵੀ ਭਾਈ ਹੌਲੀ 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 ਬੁੱਕਲ ਖੋਲਣ ਪਹਿਲਾਂ ਇਹ ਕਹਿਣਾ ਹੁੰਦਾ ਕਿ ਨਹੀਂ ਅਸੀਂ ਨਹੀਂ ਜਾਵਾਂਗੇ ਫਿਰ ਉਹਨਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਸੀ ਕਿ ਪਹਿਲਾਂ ਪੰਜਾਬ ਦੇ ਮੁੱਦੇ ਵਿਚਾਰਾਂਗੇ ਫਿਰ ਉਹਨਾਂ ਨੇ ਕਿਹਾ ਜੀ ਕਿ ਸ਼ਰਤਾਂ ਕਹਿ ਕੇ ਜਾਵਾਂਗੇ ਤੇ ਹੁਣ ਉਹ ਚਲੇ ਗਏ ਹੁਣ ਉਹ ਸੁਖਦੇਵ ਸਿੰਘ ਢੀਂਡਸਾ ਦੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਦੇ ਨਾਲ ਮਿਲ ਕੇ ਮੀਟਿੰਗ ਕੀਤੀ ਹੈ ਇਸ ਮੀਟਿੰਗ ਦਾ ਕੀ ਆਉਂਦੇ ਦਿਨਾਂ ਦੇ ਵਿੱਚ ਪ੍ਰਭਾਵ ਰਹੂਗਾ ਵਕਤ ਦੱਸੂਗਾ ਪਰ ਪਤਾ ਲੱਗਾ ਵੀ ਇਸ ਮੀਟਿੰਗ ਦੇ ਵਿੱਚ ਸੀਟ ਸ਼ੇਅਰਿੰਗ ਦੇ ਮਾਮਲੇ ਤੇ ਗੱਲਬਾਤ ਹੋਈ ਹੈ ਤੇ ਇਹ ਵੀ ਮੰਨਿਆ ਜਾ ਰਿਹਾ ਕਿ 70 ਤੋਂ ਲੈ ਕੇ 75 ਸੀਟਾਂ ਦੇ ਉੱਤੇ ਬੀਜੇਪੀ ਇਕੱਲੇ ਚੋਣ ਲੜਨ ਦੀ ਚਾਹਵਾਨ ਆ ਤੇ ਬਾਕੀ ਜਿਹੜੀਆਂ ਸੀਟਾਂ ਹੈਗੀਆਂ 37 ਬਚਣੀਆਂ ਉਸ ਤੋਂ ਬਾਅਦ ਜੇ 75 ਦੇ ਉੱਤੇ ਬੀਜੇਪੀ ਲੜਦੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਦੇ ਹੱਥ ਦੇ ਵਿੱਚ ਹੋਣਗੀਆਂ ਮੈਨੂੰ ਇਹ ਲੱਗਦਾ ਵੀ 5 ਤੋਂ ਲੈ ਕੇ 7 ਸੀਟਾਂ ਢੀਂਡਸਾ ਗਰੁੱਪ ਦੇ ਹਿੱਸੇ ਦੇ ਵਿੱਚ ਹੋਣਗੀਆਂ ਤੇ ਤਿੰਨਾਂ ਦਾ ਇੱਕ ਦੂਜੇ ਬੜਾ ਸਰਦਾ ਨਹੀਂ ਇਹਦੀ ਗੱਲ ਆ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੋਈ ਨਹੀਂ ਪੁੱਛਦਾ ਇਕੱਲੇ ਢੀਂਡਸਾ ਸਾਹਿਬ ਦਾ ਵੀ ਕੋਈ ਪ੍ਰਭਾਵ ਨਹੀਂ
ਕੱਲੀ ਬੀਜੇਪੀ ਨੂੰ ਵੀ ਕੋਈ ਨੀ ਪੁੱਛਦਾ, ਕਿਉਂਕਿ ਉਹਨਾਂ ਨੂੰ ਪਤਾ ਵੀ ਪੰਜਾਬ ਦੇ ਪੇਂਡੂ ਖੇਤਰ ਦੇ ਵਿੱਚੋਂ ਸਾਨੂੰ ਵੋਟ ਨੀ ਪੈਣੀ। ਇੱਕ ਹੋਰ ਗੱਲ ਆ, 5 ਜਨਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਦੇ ਵਿੱਚ ਆ ਰਹੇ ਆ, ਜਿੱਥੇ ਉਹਨਾਂ ਦੇ ਵੱਲੋਂ ਪਤਾ ਲੱਗਾ ਜੀ ਕਿ PGI ਦੇ ਇੱਕ ਸੈਟੇਲਾਈਟ ਦਾ ਕੁਛ ਉਦਘਾਟਨ ਕੀਤਾ ਜਾਣਾ ਤੇ ਉਸ ਉਹ ਫਿਰ ਇਸ ਥਾਂ ਦੇ ਉੱਤੇ ਕੋਈ ਭਾਸ਼ਣ ਵੀ ਦੇਣਗੇ। ਇਹ ਅੰਦਾਜ਼ਾ ਇਸ ਗੱਲ ਦਾ ਲੱਗ ਰਿਹਾ ਜੀ ਕਿ ਉਹ ਪੰਜਾਬ ਦੇ ਲਈ ਕੋਈ ਵੱਡੇ ਐਲਾਨ ਕਰਕੇ ਜਾਣਗੇ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਰੈਲੀ ਹੋਊਗੀ ਪੰਜਾਬ ਦੇ ਵਿੱਚ, ਤੇ ਇਹਦਾ ਇੱਕ ਅਰਥ ਇਹ ਵੀ ਹੈ ਕਿ 5 ਤੋਂ ਬਾਅਦ ਚੋਣ ਜ਼ਾਬਤਾ ਲੱਗੂਗਾ, ਉਸ ਤੋਂ ਪਹਿਲਾਂ ਲੱਗਦਾ ਵੀ ਨਹੀਂਗਾ। ਕਿਉਂਕਿ ਜਦੋਂ ਪ੍ਰਧਾਨ ਮੰਤਰੀ ਕਿਸੇ ਸੂਬੇ ਦੇ ਵਿੱਚ ਆਉਣ ਦਾ ਐਲਾਨ ਕਰ ਦੇਣ, ਜਦੋਂ ਉਹ ਐਲਾਨ ਐਲੂਨ ਚੰਗੇ ਤਰੀਕੇ ਨਾਲ ਤਸੱਲੀ ਵਾਲੇ ਤਰੀਕੇ ਨਾਲ ਕਰ ਦੇਣ ਤੇ ਚੋਣ ਜ਼ਾਬਤਾ ਫਿਰ ਲੱਗਦਾ ਹੁੰਦਾ, ਉਸ ਤੋਂ ਪਹਿਲਾਂ ਲੱਗਦਾ ਨੀਗਾ। ਇੱਕ ਤਾਂ 5 ਤੋਂ ਪਹਿਲਾਂ ਚੋਣ ਜ਼ਾਬਤਾ ਨਹੀਂ ਲੱਗਦਾ, ਦੂਜੀ ਗੱਲ ਇਹ ਵੀ ਪੰਜਾਬ ਦੇ ਲਈ ਉਹ ਕਿਹੜੇ ਕਿਹੜੇ ਐਲਾਨ ਕਰਦੇ ਆ ਇਹਦੇ ਬਾਰੇ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਆ। ਕੋਈ ਕਹਿੰਦਾ ਜੀ ਕਿ ਪੰਜਾਬ ਨੂੰ ਵੱਡਾ ਪੈਕੇਜ ਦੇ ਕੇ ਜਾਣਗੇ, ਕੋਈ ਇਹ ਗੱਲ ਕਹਿੰਦਾ ਜੀ ਕਿ ਮੋਦੀ ਸਾਹਿਬ ਆ ਜਿਹੜੇ ਉਹ ਪੰਜਾਬ ਦੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨਗੇ, ਕੋਈ ਇਹ ਗੱਲ ਕਹਿੰਦਾ ਵੀ ਪੂਰੇ ਪੰਜਾਬ ਦਾ ਹੀ ਕਰਜ਼ਾ ਮਾਫ਼ ਕਰ ਸਕਦੇ ਆ, ਤੇ ਕੋਈ ਇਹ ਗੱਲ ਕਹਿੰਦਾ ਵੀ ਚੰਡੀਗੜ੍ਹ ਪੰਜਾਬ ਨੂੰ ਮਿਲ ਸਕਦਾ। ਇਹਨਾਂ ਗੱਲਾਂ ਦੇ ਵਿੱਚੋਂ ਕਿਹੜੀ ਗੱਲ ਸੱਚੀ ਹੁੰਦੀ ਹੈ, ਇੱਕ ਤਾਂ ਇਹ ਦੇਖਣਾ ਹੋਊਗਾ। ਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਗਤਾਰ ਸਿੰਘ ਹਵਾਰਾ ਤੇ ਬਾਕੀ ਬੰਦੀ ਸਿੰਘ ਰਿਹਾ ਕਰਨ ਦਾ ਐਲਾਨ ਵੀ ਕੀਤਾ ਜਾ ਸਕਦਾ ਸਿੱਖ ਭਾਈਚਾਰੇ ਤੇ ਡੋਰੇ ਪਾਉਣ ਦੇ ਲਈ। ਇਹ ਸਮਾਂ ਦੱਸੂਗਾ ਕੀ ਬਣਦਾ, ਉਹ ਕੀ ਐਲਾਨ ਕਰਦੇ ਆ। ਪਰ ਇਹ ਗੱਲ ਜ਼ਰੂਰ ਹੈ ਵੀ ਐਤਕੀ ਬੀਜੇਪੀ ਬਹੁਤ ਸਰਗਰਮੀ ਨਾਲ ਚੋਣ ਲੜੂਗੀ ਤੇ ਅੱਧੀ ਕਾਂਗਰਸ ਬੀਜੇਪੀ ਦੇ ਵਿੱਚ ਜਾਣ ਨੂੰ ਤਿਆਰ ਬਰਤਿਆਰ ਬੈਠੀ ਹੈ ਜੀ। ਟੈਨਰ ਸਾਹਿਬ, ਲੁਧਿਆਣਾ ਜਿਹੜਾ ਬੰਬ ਕਾਂਡ ਆ ਉਹਦੇ ਬਾਰੇ ਇੱਕ ਕਈ ਗੱਲਾਂ ਸਾਹਮਣੇ ਆਈਆਂ ਨੇ। ਜਿਹੜਾ ਮੁਲਜ਼ਮ ਹੈ ਗਗਨਦੀਪ ਸਿੰਘ ਜਿਹਦੀ ਮੌਤ ਹੋ ਚੁੱਕੀ ਹੈ, ਉਹ ਅਦਾਲਤ ਜਾਣ ਤੋਂ ਪਹਿਲਾਂ ਖੰਨਾ ਦੇ ਹੋਟਲ ਦੇ ਵਿੱਚ ਰੁਕਿਆ ਸੀ ਆਪਣੀ ਮਹਿਲਾ ਦੋਸਤ ਦੇ ਨਾਲ। 4 ਘੰਟੇ ਉਹਨੇ 48 ਘੰਟੇ ਲਈ ਉਹਨੇ ਹੋਟਲ ਦਾ ਕਮਰਾ ਬੁੱਕ ਕੀਤਾ, 4 ਘੰਟੇ ਉੱਥੇ ਰਿਹਾ ਤੇ ਬੰਬ ਬਣਾਉਣ ਦੀ ਜਿਹੜੀ ਉਹਨੇ ਸਾਰੀ ਪ੍ਰਕਿਰਿਆ ਉੱਥੇ ਕੀਤੀ ਸੀ ਤੇ ਹੁਣ ਉਹਦੀਆਂ ਗੱਲਾਂ ਨਿਕਲ ਕੇ ਬਾਹਰ ਆ ਰਹੀਆਂ ਨੇ, ਅੱਗੇ ਕਿਹਦੇ ਕਿਹਦੇ ਨਾਲ ਜੁੜਨ ਗਿਆ ਇਹ ਵੀ ਪਤਾ ਲੱਗ ਜੂ। ਕੀ ਕਹੋਗੇ ਇਹਦੇ ਬਾਰੇ? ਦੇਖੋ, ਜੋ ਕੁਝ ਹੋਇਆ ਉਹ ਤਾਂ ਬਹੁਤ ਮਾੜਾ ਹੋਇਆ, ਲੁਧਿਆਣੇ ਦੇ ਵਿੱਚ ਕਚਹਿਰੀਆਂ ਚ ਬੰਬ ਚੱਲਿਆ, ਪਰ ਹੁਣ ਇਹ ਪੁਲਿਸ ਦੀਆਂ ਥਿਊਰੀਆਂ ਵੀ ਪੁਲਿਸ ਥਿਊਰੀ ਪੇਸ਼ ਕਰ ਰਹੀ ਆ। ਮੈਂ ਅੱਗੇ ਵੀ ਗੱਲ ਕਹਿ ਰਿਹਾ ਹੁੰਦਾ ਵੀ ਜਦੋਂ ਕੋਈ ਬੰਦਾ ਤੁਰ ਜਾਂਦਾ ਜਿਵੇਂ ਕਿ ਕਪੂਰਥਲਾ ਬੀਐਸਪੀ ਦੇ ਮਾਮਲੇ ਚ ਬੰਦਾ ਕੁੱਟ ਕੁੱਟ ਕੇ ਮਾਰਤਾ, ਜਾਂ ਕਿਸੇ ਥਾਂ ਦੇ ਉੱਤੇ ਬੰਦਾ ਜਹਾਨੋ ਤੁਰ ਜੇ, ਬਾਅਦ ਦੇ ਵਿੱਚ ਰਹਿ ਜਾਂਦੇ ਅੰਦਾਜ਼ੇ। ਮੈਂ ਅੰਦਾਜ਼ਾ ਕੋਈ ਵੀ ਲੱਗਦਾ ਵੀ ਇੱਕ ਸ਼ਾਇਦ ਇਉਂ ਹੋਇਆ ਹੋਊਗਾ, ਕੋਈ ਹੋਰ ਕਵੇ ਨਹੀਂ ਸ਼ਾਇਦ ਇਉਂ ਹੋਇਆ ਹੋਊਗਾ। ਹੋ ਸਕਦਾ ਸਾਡੀਆਂ ਸਾਰਿਆਂ ਦੀਆਂ ਗੱਲਾਂ ਸੱਚੀਆਂ ਹੋਣ, ਹੋ ਸਕਦਾ ਸਾਡੇ ਸਾਰਿਆਂ ਦੇ ਅੰਦਾਜ਼ੇ ਗਲਤ ਹੋਣ, ਇਹ ਵੀ ਹੋ ਸਕਦਾ। ਪਰ ਇਹ ਗੱਲ ਸੱਚੀ ਹੈ ਕਿ ਜਿਹੜਾ ਇਹ ਗਗਨਦੀਪ ਸਿੰਘ ਹੈ ਇਹ ਪੰਜਾਬ ਪੁਲਿਸ ਦਾ ਬਰਖਾਸਤ ਕੀਤਾ ਗਿਆ ਮੁਲਾਜ਼ਮ ਸੀਗਾ, ਹੌਲਦਾਰ ਸੀਗਾ। ਇਹ ਨਸ਼ਿਆਂ ਦੇ ਮਾਮਲੇ ਚ ਪਰਚਾ ਦਰਜ ਹੋਇਆ ਸੀ ਇਹਦੇ ਤੇ, ਇਹਦੇ ਕੋਲ 85 ਗ੍ਰਾਮ ਹੈਰੋਇਨ ਫੜੀ ਗਈ ਸੀ, ਤੇ ਜਿਹੜੀ ਇਹ ਔਰਤ ਦੇ ਨਾਲ ਇਹਦੇ ਪਿਆਰ ਸੰਬੰਧ ਸੀਗੇ ਉਹ ਵੀ ਪੁਲਿਸ ਦੇ ਵਿੱਚ ਹੀ ਕਾਂਸਟੇਬਲ ਆ, ਉਹ ਔਰਤ ਕਾਂਸਟੇਬਲ ਆ, ਉਹ ਇਹਦੇ ਨਾਲ ਚੈੱਕ ਤੋਂ ਸੰਬੰਧ ਸੀਗੇ। ਇਹ ਔਰਤ ਵੀ ਵਿਆਹੀ ਆ, ਇਹਦੀ ਘਰਵਾਲੇ ਨਾਲ ਨਹੀਂ ਬਣਦੀ। ਇਹ ਜਿਹੜਾ ਗਗਨਦੀਪ ਆ ਇਹ ਵੀ ਆਪਣੀ ਵਹੁਟੀ ਨੂੰ ਕੁੱਟਦਾ ਮਾਰਦਾ ਸੀਗਾ, ਦੋਵਾਂ ਦੇ ਬੱਚੇ ਵੀ ਹੈਗੇ ਆ। ਸੋ ਪੁਲਿਸ ਦੀ ਥਿਊਰੀ ਇਹ ਗੱਲ ਕਹਿੰਦੀ ਇਹਦੇ ਭਾਈ ਕਿ ਇਹਦੇ ਬੰਬ ਜਿਹੜਾ ਪਲਾਂਟ ਕਰਨ ਤੋਂ ਪਹਿਲਾਂ ਤੇ ਇਹ 5-6 ਘੰਟੇ ਜਿਹੜੇ ਉਹ ਕੱਲੇ ਰਹੇ ਵੀ ਆ ਹੋਟਲ ਦੇ ਵਿੱਚ ਵੀ ਪਲੇ ਆ, ਇਹ ਬੰਬ ਬਣਾਉਣ ਦਾ ਤਰੀਕਾ ਉੱਥੇ ਸਮਝ ਕੇ ਆਇਆ ਜਾਂ ਬੰਬ ਤਿਆਰ ਕਰਕੇ ਉੱਥੇ ਆਇਆ ਜਾਂ ਕੀ ਕਹਾਣੀ ਹੋਊਗੀ, ਇਹ ਤਾਂ ਹੁਣ ਅਸਲ ਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੀ ਆ। ਪਰ ਪੰਜਾਬ ਦੇ ਵਿੱਚ ਇਹ ਕੁਝ ਨਾ ਹੋਵੇ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਆ, ਤੇ ਪੁਲਿਸ ਮੁਲਾਜ਼ਮ ਜਦੋਂ ਭਾਵੇਂ ਕਿਸੇ ਵੀ ਕਾਰਨ ਕਰਕੇ ਕੱਢਿਆ ਹੋਵੇ ਤੇ ਉਹ ਬੰਦਾ ਏਦਾਂ ਕਰੇ ਲੋਕਾਂ ਦਾ ਨੁਕਸਾਨ, ਤੇ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਜੀ। ਬਿਲਕੁਲ ਟੈਨਾ ਸਾਹਿਬ, ਅੱਧੇ ਕੁ ਮਿੰਟ ਦਾ ਸਮਾਂ, ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੋਗੇ ਸਰੋਤਿਆਂ ਨੂੰ? ਦੇਖੋ ਜੀ, ਮੈਂ ਤਾਂ ਬੇਨਤੀ ਕਰਨੀ ਚਾਹੁੰਦਾ, ਮੈਂ ਕੋਈ ਨੇਤਾ ਤਾਂ ਹੈ ਨਹੀਂ ਗਾ, ਵੀ ਭਾਈ ਐਤਕੀ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਆ ਗਾ ਉਹਨਾਂ ਨੂੰ ਰੱਬ ਦਾ ਵਾਸਤਾ ਕਹਿ ਕੇ ਇਹ ਆਖਿਓ ਵੀ ਵੋਟਾਂ ਚੰਗੀਆਂ ਨੂੰ ਪਾਓ। ਜੇ ਤਾਂ ਆਪਣੇ ਕੋਲੇ ਹੁਣ ਚੁਣੇ ਹੋਏ ਚੰਗੇ ਹੈਗੇ ਆ ਫਿਰ ਤਾਂ ਉਹਨਾਂ ਨੂੰ ਪਾਓ, ਤੇ ਜੇ ਮੰਨ ਲਓ ਹੁਣ ਵਾਲਿਆਂ ਤੋਂ ਕੋਈ ਨਹੀਂ ਆਸ ਉਮੀਦ ਤੇ ਫਿਰ ਭਾਈ ਐਤਕੀ ਥੋੜਾ ਜਿਹਾ ਬਦਲਾਅ ਕਰਕੇ ਪਾ ਲਿਓ। ਪਰ ਐਤਕੀ ਦੀਆਂ ਵੋਟਾਂ ਜਿਹੜੀਆਂ ਪੰਜਾਬ ਦੇ ਲਈ ਫੈਸਲਾ ਕੁੱਝ ਹੋ ਸਕਦੀਆਂ, ਤੇ ਐਤਕੀ ਇਹ ਵੀ ਸੰਭਵ ਆ ਵੀ ਸ਼ਾਇਦ ਕਿਸੇ ਨੂੰ ਬਹੁਤ ਨਾ ਮਿਲੇ, ਪਰ ਇਹ ਗੱਲ ਜ਼ਰੂਰ ਵੀ ਚੰਗੇ ਚੰਗਿਆਂ ਨੂੰ ਵੋਟਾਂ ਪਾਉਣ। ਇਹ ਤਾਂ ਆਪਾਂ ਬਾਅਦ ਦੇ ਵਿੱਚ ਗੋਡਿਆਂ 'ਚ ਸਿਰ ਦੇ ਦੇ ਕੇ ਆਉਂਦੇ ਹਾਂ, ਪਰ ਅਸੀਂ ਪਹਿਲਾਂ ਕਦੇ ਵੇਲਾ ਨਹੀਂ ਵਿਚਾਰਿਆ ਜੀ। ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਟੈਨ ਸਾਹਿਬ, ਬਹੁਤ ਬਹੁਤ ਧੰਨਵਾਦ।
लैने आजाद फिर कल मिलने बाद सत श्रीकाल जी शुक्रिया। सो दोस्तो इस सरदार सवान सिंह टैणा जलंधर तो अगला प्रोग्राम लैके गुरबचन मान जी तैयार ने साडे मसले ते सांझा। सो दिओ इजाजत सत श्रीकाल दोस्तों।